ਸਾਈਂ ਦਾ ਪਹਿਲਵਾਨੜਾ ਮੈਂ ਗੁਰ ਮਿਲ ਉੱਚ ਦਮਾਲੜਾ ਸਭ ਹੋਈ ਛਿੰਝ ਇਕੱਠੀਆਂ ਦੇ ਬੈਠਾ ਵੇਖੇ ਆਪ ਜੀਓ ਵਾਤ ਵਜਨ ਟਮਕ ਭੇਰੀਆਂ ਮਲ ਲੱਥੇ ਲੈਂਦੇ ਫੇਰੀਆਂ ਨਿਹੱਤੇ ਪੰਜ ਜਵਾਨ ਮੈਂ ਗੁਰ ਥਾਪੀ ਦਿੱਤੀ ਕੰਡ ਜੀਓ ਨਿਹੱਤੇ ਪੰਜ ਜਵਾਨ ਮੈਂ ਗੁਰ ਥਾਪੀ ਦਿੱਤੀ ਕੰਡ ਜੀਓ। ਗੁਰੂ ਮਹਾਰਾਜ ਗੁਰਬਾਣੀ ਵਿੱਚ ਫਰਮਾਉਂਦੇ ਹਨ, ਐ ਇਨਸਾਨ ਤੇਰਾ ਗੁਰੂ ਸਰਬ ਕਲਾ ਸਮਰੱਥ ਹੈ, ਤੂੰ ਉਸਦਾ ਓਟ ਆਸਰਾ ਲੈ ਕੇ ਅਖਾੜੇ ਵਿੱਚ ਉੱਤਰ, ਤੇਰੀ ਚਾਰੇ ਪਾਸੇ ਜੈ ਜੈਕਾਰ ਹੋਏਗੀ, ਕਿਉਂਕਿ ਗੁਰੂ ਦਾ ਮੇਰ ਭਰਿਆ ਹੱਥ ਸਦਾ ਤੇਰੇ ਸਿਰ ਦੇ ਉੱਤੇ ਹੈ। ਬੋਲੋ ਜੀ ਸ਼੍ਰੀ ਵਾਹਿਗੁਰੂ। ਅੱਛਾ।
ਆ ਗਿਆ ਪਰਵਾਨ ਗਾਹੂ ਤੇ ਹੁਣ ਨਹੀਂ ਨਿਕਲਣ ਦਿੰਦਾ ਗੁਰੂ ਜੀ। ਲਾ ਫਿਰ ਜ਼ੋਰ ਤੇ ਬਚ ਕੇ ਚੱਲ। ਵਾਹ ਪੁੱਤਰਾ ਫੁੱਟ ਚਾਵਟ ਇਹ ਕੁਛ ਨਹੀਂ ਹੈ ਪੁੱਤਰ, ਕਬੱਡੀ ਨਹੀਂ ਗਈ ਉਧਰ ਰਹਿ ਮਾੜਾ ਜਿਹਾ ਜ਼ੋਰ ਲਾ ਜ਼ੋਰ। ਮਦਨ ਲਾਲ, ਪਰਮਿੰਦਰ ਵਿੱਚ ਜ਼ੋਰ ਤਾਂ ਬਥੇਰਾ ਹੈ ਪਰ ਅਜੇ ਅਭਿਆਸ ਦੀ ਕਮੀ ਹੈ। ਓ ਪਾ, ਮੈਂ ਤੈਨੂੰ 15 ਦਿਨਾਂ ਚ ਲੈਣ ਤੇ ਲੈ ਆਵਾਂ ਪਰ ਮੈਂ ਸੋਚਦਾ ਯਾਰ ਇਹਦੀ ਪੜ੍ਹਾਈ ਦਾ ਹਰਜ ਨਾ ਹੋਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ, ਵਾਹਿਗੁਰੂ ਜੀ ਕੀ ਫਤਿਹ। ਓ ਬੱਲੇ ਬੱਲੇ ਬੱਲੇ, ਆ ਵਾਕਈ ਕਮਾਲ ਹੋ ਗਈ ਹੈ ਚੱਕਾ ਸਿਆ। ਇਹ ਅੱਜ ਧਨ ਕਿਧਰੋਂ ਚੜ ਪਿਆ, ਤੂੰ ਤਾਂ ਯਾਰਾ ਮਿਲਣੋਂ ਗਿਲਣੋਂ ਵੀ ਗਿਆ, ਨਾ ਥੋ ਨਾ ਪਤਾ ਨਾ ਚਿੱਠੀ ਨਾ ਚਫੀਰੀ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਮਦਨ ਲਾਲ ਜੀ। ਹਾਂਜੀ, ਆ ਜ਼ਰਾ ਕੁਸ਼ਤੀ ਦਾ ਬੰਦ ਕਰਵਾਓ। ਲੈ ਭਾ। ਓਏ ਮੁੰਡਿਓ, ਇਧਰ ਦੇਖੋ, ਇਹ ਹੈ ਮੇਰਾ ਸਭ ਤੋਂ ਪੁਰਾਣਾ ਸ਼ਾਗਿਰਦ, ਤੁਹਾਡੇ ਸਾਹਮਣੇ ਜਿਹਦਾ ਮੈਂ ਜ਼ਿਕਰ ਕਰਦਾ ਹੁੰਦਾ ਸੀ। ਇਹ ਉਹੀ ਓ ਹੈ ਜਗਤਾਰ। ਇਧਰ ਵੀ ਮਿਲੋ ਉਸਤਾਦ ਜੀ, ਦੂਰ ਨੇੜ ਦੇ ਰਿਸ਼ਤੇ ਚੋਂ ਹੈ ਤਾਂ ਮੇਰਾ ਚਾਚਾ ਪਰ ਰਿਸ਼ਤੇਦਾਰੀ ਨਾਲੋਂ ਜ਼ਿਆਦਾ ਯਾਰੀ ਬਹੁਤੀ ਹੈ ਸਾਡੀ। ਬਸ ਜੀ, ਦਿਲ ਮਿਲੇ ਦੀ ਗੱਲ, ਪਿਆਰ ਦਾ ਪਟਾ ਪਾ ਕੇ ਖਿੱਚੀ ਫਿਰਦਾ ਹੈ ਨਾਲ ਨਾਲ। ਵੱਡੀ ਵੱਡੀ ਗੱਲ ਕੀਤੀ ਹੈ, ਪਿਆਰ ਦਾ ਪਟਾ ਪਾ ਕੇ। ਮਥੜੇ ਨਾ ਜਕਾਰ, ਭਲਾ ਇਹ ਕੌਣ ਹੈ? ਇਹ ਆਪਣਾ ਭੋਲਾ ਤਾਂ ਨੀ? ਸੋਹਣਾ ਸਰੀਰ ਕਮਾਇਆ ਬਾਈ ਭੋਲਿਆ, ਸ਼ਾਬਾਸ਼, ਬਿਲਕੁਲ ਚੰਗਾ ਕੱਦ ਕੱਟ ਕੱਢਿਆ ਮੁੰਡੇ, ਵਾਕਈ ਕਾਫੀ ਮਿਹਨਤ ਕੀਤੀ ਲੱਗਦੀ ਹੈ। ਉਸਤਾਦ ਜੀ, ਆਪਣਾ ਛੋਟਾ ਕਿੱਥੇ ਹੈ? ਪਰਮਿੰਦਰ, ਪਰਮਿੰਦਰ ਪੁੱਤਰ ਇੱਧਰ ਆ ਤਾਂ। ਪੁੱਤਰ ਮਿਲ ਆਪਣੇ ਬੜੇ ਬਾਈ। ਵਾਹ ਬਾਈ ਵਾਹ, ਨਜ਼ਰ ਨਾ ਲੱਗੇ ਮੁੰਡੇ ਨੂੰ, ਚੰਗਾ ਜਵਾਨ ਨਿਕਲੇ। ਇਹਨਾਂ ਨੂੰ ਮਿਲ, ਕੋਚ ਮਦਨ ਲਾਲ,
ਤੂੰ ਸੁਣਿਆ ਹੀ ਹੋਣਾ ਹੈ ਅਖਾੜਾ ਗੋਲ ਬਾਗ ਅੰਮ੍ਰਿਤਸਰ ਦੇ ਮੱਦੀ ਭਲਵਾਨ ਤੇਰੇ ਜਾਣ ਤੋਂ ਬਾਅਦ ਅਖਾੜਾ ਇਹਨਾਂ ਨੇ ਸਵਾਲਿਆ ਹੈ। ਬੜਾ ਨਾਂ ਸੁਣਿਆ ਸੀ ਤੁਹਾਡਾ ਭਲਵਾਨ ਜੀ, ਅੱਜ ਦਰਸ਼ਨ ਵੀ ਹੋ ਗਏ। ਉਹ ਕਾਹਦਾ ਨਾਂ ਜੀ, ਹੁਣ ਤਾਂ ਬਸ ਨਾਂ ਹੀ ਰਹਿ ਗਿਆ ਭਲਵਾਨ ਜੀ। ਵਾਹ ਕਿਆ ਸਿਮਲੀ ਮਾਰੀ, ਹੁੰਦਾ ਸੀ ਨਾ ਕਦੇ, ਹੁਣ ਤਾਂ ਬਸ ਨਾਂ ਹੀ ਰਹਿ ਗਿਆ। ਵਾਹ ਮਦਨ ਲਾਲ ਜੀ, ਹਾਂਜੀ ਤੁਸੀਂ ਅਖਾੜਾ ਸਭਾ। ਠੀਕ ਹੈ ਜੀ, ਚਲੋ ਪੁੱਤਰੋ ਜਗਤਾਰ ਚੱਲ ਕਰ ਚਲੀ। ਜਸਵੰਤ ਕੌਰ ਆ ਦੇਖ ਕੌਣ ਆਇਆ। ਮੱਥਾ ਟੇਕਦਾ ਬੀਬੀ। ਨਹੀਂ ਜਗਤਾਰ ਤੂੰ ਵੀ ਕਿੱਥੇ ਚਲਿਆ ਗਿਆ ਸੀਗਾ ਤੂੰ, ਇੰਨੇ ਸਾਲਾਂ ਬਾਅਦ ਆ ਗਈ ਤੈਨੂੰ ਮਾਂ ਦੀ ਯਾਦ। ਮਾਂ ਨੂੰ ਤਾਂ ਜਮਾ ਹੀ ਭੁੱਲ ਗਿਆ ਨਿਰਮੋਇਆ। ਕੋਈ ਨਾ ਆ ਗਿਆ ਨਾ, ਖਿੱਚਦੀ ਆ ਤੇਰੇ ਕੰਨ। ਇਸੇ ਕਰਕੇ ਤਾਂ ਆਇਆ ਬੀਬੀ, ਸਾਰੇ ਆ ਦੇ ਮੇਰੇ ਕੰਨ ਹੀ ਬੜੇ ਛੋਟੇ। ਮੈਂ ਕਿਹਾ ਬੀਬੀ ਤੋਂ ਖਿਚਵਾ ਕੇ ਲੰਮੇ ਹੀ ਕਰਵਾ ਲਈਏ। ਮਾਰਦਾ ਗਿਆ ਬੀਬੀ, ਮੈਨੂੰ ਲੱਗਦਾ ਉਸਤਾਦ ਜੀ ਦੇ ਕੰਨ ਵੀ ਵਾਵਾ ਲੰਮੇ ਹੁੰਦੇ ਜਾਂਦੇ ਆ। ਤੇਰੇ ਅੱਜ ਰਹਾ ਤੇ ਮਾਂ ਨਾਲ ਮਸ਼ਕਰੀ। ਇਹ ਮੇਰੇ ਚਾਚਾ ਜੀ ਬੀਬੀ ਦਾਸ ਨੂੰ ਬਗੇਲ ਸੀ ਉਹ ਕਹਿੰਦੇ। ਸਤਿ ਸ੍ਰੀ ਅਕਾਲ ਜੀ। ਮੱਥਾ ਟੇਕਦੀ ਆ ਭਰਾ ਜੀ। ਜਿਉਂਦੀ ਰਹਿ ਭਾਈ। ਬਹੁ ਰਾਣੀ ਹੈ ਸੁੱਖ ਨਾਲ ਆਪਣੇ ਜਗਦੀਸ਼ ਦੀ ਵਹੁਟੀ। ਅੱਛਾ ਅੱਛਾ ਅੱਛਾ, ਜਿਉਂਦੀ ਰਹਿ ਭਾਈ। ਤੇ ਤੂੰ ਰਾਣੋ ਤਾਂ ਨੀ? ਹੋਰ ਏਡੀ ਵੱਡੀ ਹੋ ਗਈ, ਮੈਂ ਤਾਂ ਇਹਨੂੰ ਪਛਾਣਿਆ ਹੀ ਨਹੀਂ ਸੀ। ਤੂੰ ਤਾਂ ਵਿਆਹਣ ਜੋਗੀ ਹੋ ਗਈ ਕੁੜੇ, ਭਾਵਾਂ ਕੱਲ ਵਿਆਹ ਦੀਏ। ਮੈਂ ਨੀ ਦੇਖਦੇ ਪਿਆ ਆਉਂਦੀ ਸ਼ੁਰੂ ਹੋ ਗਿਆ ਵੀਰਾ। ਚਲੋ ਜੀ ਬੈਠੋ, ਕਰੋ ਗੱਲਾਂ ਬਾਤਾਂ, ਮੈਂ ਭੇਜਦੀ ਹਾਂ ਤੁਹਾਡੇ ਕੁਝ ਖਾਣ ਪੀਣ ਨੂੰ। ਆ ਤੇ ਬੜਾ ਹੀ ਚੰਗਾ ਹੋ ਗਿਆ ਜਗਤਾਰ ਸਿਆ, ਤੂੰ ਆ ਗਿਆ। ਪਰ ਇੰਨੇ ਸਾਲ ਤੂੰ ਰਿਹਾ ਕਿੱਥੇ? ਉਹ ਸੌਰੀ ਦਿਆ, ਕਦੇ ਯਾਦ ਨਹੀਂ ਆਈ ਤੈਨੂੰ ਆਪਣੇ ਉਸਤਾਦ ਦੀ? ਹੁਣ ਤਾਂ ਆ ਗਿਆ ਉਸਤਾਦ ਜੀ, ਤੁਹਾਡੇ ਸਾਰੇ ਲਾਂਭੇ ਲਾ ਦੂੰਗਾ, ਹੁਣ ਤਾਂ ਪੱਕਾ ਹੀ ਰਹਾਂਗੇ। ਕਿਉਂ ਰੱਖ ਲੋਗੇ ਨਾ? ਲੈ ਦੱਸ ਕੀ ਗੱਲਾਂ ਕਰਦਾ, ਆਪਣੇ ਘਰੇ ਆਇਆ, ਕੋਈ ਬਗਾਨੀ ਥਾਂ ਹੈ ਕਿਉਂ ਜੀ? ਕਿਉਂ ਨਹੀਂ, ਉਹ ਮੇਰੀਆਂ ਤਾਂ ਬਾਹਾਂ ਮਜ਼ਬੂਤ ਹੋ ਗਈਆਂ ਸਗੋਂ ਤੇਰੇ ਆਉਣ ਨਾਲ। ਪਰ ਤੂੰ ਇੰਨੇ ਸਾਲ ਲੁਕਿਆ ਕਿੱਥੇ ਰਿਹਾ? ਉਸਤਾਦ ਜੀ ਮੈਂ ਜ਼ਰਾ ਬਾਹਰ ਚਲਾ ਗਿਆ ਸੀ। ਉਹ ਬਾਹਰ ਜਾਣ ਦਾ ਭੂਤ ਤਾਂ ਤੇਰੇ ਤੇ ਪਹਿਲਾਂ ਹੀ ਸਵਾਰ ਸੀ। ਕਹਿੰਦਾ ਹੁੰਦਾ ਸੀ ਬਾਹਰ ਤਾਂ ਪੈਸਾ ਹੀ ਬੜਾ ਹੈ ਉਸਤਾਦ ਜੀ। ਇਹਦੇ ਵਿੱਚ ਕੋਈ ਸ਼ੱਕ ਨਹੀਂ ਉਸਤਾਦ ਜੀ, ਬਾਹਰ ਬੜਾ ਹੀ ਕੁਛ ਹੈ, ਇੱਕ ਵਾਰ ਸੈਟਅਪ ਬਣਾਉਣ ਦੀ ਲੋੜ ਹੈ, ਫਿਰ ਬੱਲੇ ਹੀ ਬੱਲੇ। ਉਹ ਤੇਰੇ ਤਜਰਬੇ ਤੋਂ ਆਪਾਂ ਵੀ ਫਾਇਦਾ ਉਠਾਵਾਂਗੇ। ਹਰ ਕੰਮ 'ਚ ਸਮੇਂ ਸਿਰ ਸੁਧਾਰ ਲਿਆਉਣਾ ਤਾਂ ਜ਼ਰੂਰੀ ਹੈ ਨਾ? ਦੇਖਦੇ ਜਾਓ ਉਸਤਾਦ ਜੀ, ਸਾਲ 6 ਮਹੀਨਿਆਂ ਦੇ ਵਿੱਚ ਆਪਣਾ ਅਖਾੜਾ ਕਿੰਨੀਆਂ ਬੁਲੰਦੀਆਂ ਤੇ ਜਾਂਦਾ ਹੈ। ਆਪਣੇ ਅਖਾੜੇ ਦੇ ਭਲਵਾਨਾਂ ਦਾ ਨਾਂ ਪੂਰੀ ਦੁਨੀਆਂ ਵਿੱਚ ਚਮਕੂਗਾ। ਚੰਗੀ ਗੱਲ ਹੈ ਪੁੱਤਰਾ, ਆਪਣਾ ਤਾਂ ਮੰਦਿਰ ਗੁਰਦੁਆਰਾ ਹੀ ਹੈ, ਵਾਹਿਗੁਰੂ ਦਾ ਨਾਂ ਲੈ ਕੇ ਲੱਗੇ ਹੋਏ ਹਾਂ। ਆਪਣੇ ਵੱਲੋਂ ਤਾਂ ਕੋਈ ਕਸਰ ਨਹੀਂ ਛੱਡੀ ਦੀ ਮਿਹਨਤ ਕਰਨ ਚ। ਮਾਫ਼ ਕਰਨਾ ਉਸਤਾਦ ਜੀ, ਅੱਜ ਕੱਲ ਦੇ ਜ਼ਮਾਨੇ ਦੇ ਵਿੱਚ ਕੱਲੀ ਮਿਹਨਤ ਹੀ ਕਾਫੀ ਨਹੀਂ ਹੈ, ਜੁਗਾੜ ਬਣਾਉਣੇ ਵੀ ਬਹੁਤ ਜ਼ਰੂਰੀ ਹੈ ਭਲਵਾਨ ਜੀ। ਜੁਗਾੜ? ਤੁਸੀਂ ਆਪਣੇ ਦਿਮਾਗ ਤੇ ਬਹੁਤ ਬੋਝ ਨਾ ਪਾਓ ਉਸਤਾਦ ਜੀ, ਮੈਂ ਤੇ ਚੌਹਾਨ ਸਾਹਿਬ ਨੇ ਸਾਰੀ ਸਕੀਮ ਬਣਾ ਲਈ। ਇਹ ਚੌਹਾਨ ਸਾਹਿਬ ਕੌਣ ਹੈ? ਪੁਲਿਸ ਅਫਸਰ ਹੈ, DSP। ਦਰਅਸਲ ਰੈਸਲਿੰਗ ਐਸੋਸੀਏਸ਼ਨ ਵਾਲਿਆਂ ਦੇ ਸੱਦੇ ਤੇ ਉਹ ਕੈਨੇਡਾ ਆਇਆ ਸੀ, ਮੈਂ ਉਹਨੂੰ ਆਪਣੇ ਘਰ ਰੱਖ ਲਿਆ, ਜਵਾਕ ਜੱਲਿਆਂ ਨੂੰ ਕੁਝ ਖਰੀਦਦਾਰੀ ਕਰਵਾ ਦਿੱਤੀ, ਯਾਰੀ ਪੈ ਗਈ, ਖੁੱਲਦੇ ਖੁੱਲਦੇ ਇੰਨਾ ਖੁੱਲ ਗਏ
ਵਾਕੇ ਦੀ ਆ ਕੇ ਕੁਝ ਕਰਨ ਦਾ ਪ੍ਰੋਗਰਾਮ ਬਣਾ ਲਿਆ। ਆ ਤਾਂ ਬੜੀ ਚੰਗੀ ਗੱਲ ਹੋਈ, ਜੇ ਚੰਗੇ ਚੰਗੇ ਅਫਸਰ ਨਾਲ ਜੁੜਨਗੇ ਤਾਂ ਗੇਮ ਨੂੰ ਵੀ ਫਾਇਦਾ ਹੋਊ। ਕਿਉਂ ਨਹੀਂ, ਰੁਤਬਿਆਂ ਨਾਲ ਫਰਕ ਤਾਂ ਪੈਂਦਾ ਹੀ ਹੈ। ਆਪਣਾ ਡੀਐਸਪੀ ਵੈਸੇ ਵੀ ਕਰੂ ਬੰਦਾ ਹੈ, ਦੱਸਿਆ ਜੇ ਕੋਈ ਕੰਮ ਹੋਏ ਤਾਂ। ਉਹ ਆਪਾਂ ਠਹਿਰੇ ਸਿੱਧੇ ਸਾਦੇ ਬੰਦੇ, ਆਪਾਂ ਨੂੰ ਪੁਲਿਸ ਨਾਲ ਕੀ ਕੰਮ ਪੈਣਾ। ਇਹਨਾਂ ਪੁਲਿਸਿਆਂ ਕੀ ਤੋਂ ਕਹਾ ਕਰਾਂ, ਦੋਸਤੀ ਵੀ ਮਾੜੀ ਔਰ ਦੁਸ਼ਮਣੀ ਵੀ ਮਾੜੀ, ਇਹਨਾਂ ਤੇ ਤਾਂ ਪਰਾ ਹੀ ਠੀਕ ਹੈ ਬੰਦਾ। ਪੁਲਿਸ ਵਾਲਿਆਂ ਦੀ ਦੋਸਤੀ ਤਾਂ ਕਰਮਾਂ ਵਾਲਿਆਂ ਨੂੰ ਨਸੀਬ ਹੁੰਦੀ ਹੈ ਉਸਤਾਦ ਜੀ। ਅੱਜ ਕੱਲ ਦੋ ਹੀ ਚੀਜ਼ਾਂ ਤਾਂ ਕੰਮ ਆਉਂਦੀਆਂ ਉਸਤਾਦ ਜੀ, ਜਾਂ ਪੈਸਾ ਜਾਂ ਜਾਣ ਪਹਿਚਾਣ। ਲਿਆਊਂਗਾ ਕਦੇ ਮਿਲਵਾ ਕੇ ਤੁਹਾਨੂੰ ਡੀਐਸਪੀ ਨੂੰ। ਹਾਂ ਬਾਈ ਪਰਮਿੰਦਰ, ਕੀ ਹਾਲ ਹੈ ਤੇਰਾ? ਠੀਕ ਹੈ ਜੀ। ਕੀ ਕਰ ਰਿਹਾ ਅੱਜ ਕੱਲ? ਬੀਏ ਕਰ ਰਿਹਾ ਬਾਈ ਜੀ, ਫਾਈਨਲ ਈਅਰ। ਕਿਹੜੇ ਕਾਲਜ? ਆਪਣੇ ਮਾਲਪੁਰ ਖਾਲਸਾ ਕਾਲਜ ਤੋਂ ਜੀ। ਯਾਰ ਪਰਮਿੰਦਰ, ਤੂੰ ਆ ਡੋਲੇ ਡੋਲੇ ਕਿਵੇਂ ਬਣਾਇਆ? ਅਸੀਂ ਤਾਂ ਦੌੜੀਦਾ ਵੀ ਬਥੇਰਾ ਤੇ ਖਾਂਦੇ ਪੀਂਦੇ ਵੀ ਚੰਗਾ, ਪਰ ਤੇਰੇ ਵਰਗੀ ਗੱਲ ਨੀ ਬਣਦੀ। ਉਹ ਸੌਰੀ ਜਿਹਾ, ਤੂੰ ਦੌੜ ਤਾਂ ਲਾਉਣਾ ਕੁੜੀਆਂ ਮਗਰ, ਤੇ ਖਾਣਾ ਪੀਣਾ ਤੇਰਾ ਚਾਹ ਦੇ ਸਮੋਸੇ। ਬਾਈ ਆਪਾਂ ਜ਼ਿੰਦਗੀ ਦੋ ਚੀਜ਼ਾਂ ਕਮਾਈਆਂ, ਇੱਕ ਸਿਹਤ ਤੇ ਦੂਜਾ ਕਰੈਕਟਰ। ਸਿਹਤ ਤਾਂ ਤੇਰੀ ਸਾਹਮਣੇ ਦਿਸੀ ਰਹੀ ਹੈ, ਕਰੈਕਟਰ ਦੀ ਗੱਲ ਉਹ ਤਾਂ ਬੰਦਾ ਆਪਣੇ ਆਪ ਹੀ ਅੰਦਾਜ਼ਾ ਲਾ ਲੈਂਦਾ। ਹੱਸਲੋ ਬਾਬੇ ਹੱਸਲੋ, ਅਸੀਂ ਸਰੀਰ ਵੱਲੋਂ ਜ਼ਰੂਰ ਕਮਜ਼ੋਰ ਹਾਂ, ਪਰ ਤੁਹਾਡੇ ਵਾਂਗੂ ਕੁੜੀਆਂ ਸਾਹਮਣੇ ਜਾ ਕੇ ਪਸੀਨੇ ਵੀ ਛੁੱਟਦੇ ਸਾਡੇ। ਇਹ ਗੱਲ ਤਾਂ ਤੇਰੀ ਸੱਚ, ਜਦੋਂ ਇਹਦੇ ਸਾਹਮਣੇ ਖੜੀ ਹੁੰਦੀ ਹੈ ਤਾਂ ਹਾਲ ਦੇਖਣ ਵਾਲਾ ਹੁੰਦਾ ਹੈ ਇਹਦਾ, ਪਰ ਕੁਝ ਵੀ ਹੈ ਯਾਰ, ਮਰਦੀ ਪੂਰਾ ਹੈ ਇਹਦੇ ਤੇ। ਕੀ ਦੀ ਗੱਲ ਕਰਦਾ ਹੈ? ਉਹੀ ਤੇਰੀ ਹੀਸ ਲੇਤੀ ਸਿਮਰਨ। ਹਾਂਜੀ ਪਾਪਾ। ਧਿਆਨ ਨਾਲ ਜਾਈਂ ਫਿਰ, ਗੱਡੀ ਬਹੁਤ ਤੇਜ਼ ਚਲਾਉਣੀ ਹੈ ਤੂੰ। ਓਹੋ ਪਾਪਾ ਜੀ, ਤੁਸੀਂ ਐਵੇਂ ਫਿਕਰ ਨਾ ਕਰਿਆ ਕਰੋ, ਬਾਏ ਮੇਰੀ ਸੀਟ ਪਾਪਾ। ਕੁੜੀ ਨੇ ਕਹਿਣ ਲੱਗਾ, ਸਰ ਇੰਨੀ ਤੇਜ ਭੱਜਦੀ ਹੈ, ਮੈਂ ਸੀਟੀਆਂ ਮਾਰਦਾ ਰਹਿੰਦਾ, ਭੱਜੀ ਜਾਂਦੀ ਹੈ, ਰੁਕਦੀ ਨਹੀਂ ਹੈ। ਮੈਂ ਵਿੱਚ ਹੀ ਬੋਲ ਪਈ, ਦੇਖੋ ਸਰ ਤੁਸੀਂ ਵੀ ਧੀਆਂ ਪੈਣਾ ਵਾਲੇ ਹੋ, ਇਸ ਤਰ੍ਹਾਂ ਸਰੇਆਮ ਆਉਂਦੀਆਂ ਜਾਂਦੀਆਂ ਕੁੜੀਆਂ ਨੂੰ ਸੀਟੀਆਂ ਮਾਰਨਾ ਕੋਈ ਚੰਗੀ ਗੱਲ ਹੈ? ਸਾਡੇ ਅਮਰੀਕਾ ਵਿੱਚ ਇਹੋ ਜਿਹੇ ਬੰਦਿਆਂ ਨੂੰ ਅੰਦਰ ਕਰ ਦਿੰਨੇ ਆ। ਫੇਰ ਕੀ ਸੀ, ਅਫਸਰ ਸਿਪਾਹੀ ਨੂੰ ਤਾੜਨ ਲੱਗ ਪਿਆ ਤੇ ਮੈਂ ਮੌਕਾ ਪਾ ਕੇ ਭੱਜ ਕੇ ਆ ਗਈ। ਇਹ ਕਾਲਜ ਅੱਜ ਸੁੰਨਾ ਸੁੰਨਾ ਕਿਉਂ ਲੱਗ ਰਿਹਾ? ਸਾਡੇ ਕਾਕੇ ਕਿੱਧਰ ਗਏ? ਕਾਕੇ ਕਬੱਡੀ ਖੇਡ ਰਹੇ ਨੇ ਪੁੱਤਰ। ਕਬੱਡੀ 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 ਕਬ
ਵਾਕਈ ਸਾਡੇ ਮੁੰਡੇ ਤੋਂ ਕੋਈ ਨਹੀਂ ਜਿੱਤ ਸਕਦਾ। ਬਹੁਤ ਵਧੀਆ ਪਰਫਾਰਮੈਂਸ ਦਿੱਤੀ ਹੈ ਪਰਮਿੰਦਰ ਸਿੰਘ, ਸ਼ਾਬਾਸ਼। ਤੁਹਾਡਾ ਆਸ਼ੀਰਵਾਦ ਹੈ ਸਰ। ਪਰ ਅਸਲੀਅਤ ਇਹ ਹੈ ਪਰਮਿੰਦਰ ਕਿ ਤੇਰੀ ਪਰਫਾਰਮੈਂਸ ਸਿਰਫ ਜ਼ੋਰ ਦੇ ਸਿਰ ਤੇ ਹੈ, ਟੈਕਨੀਕ ਦੇ ਸਿਰ ਤੇ ਨਹੀਂ। ਕੋਈ ਗੱਲ ਨਹੀਂ, ਟੈਕਨੀਕ ਤੈਨੂੰ ਅਸੀਂ ਸਿਖਾਵਾਂਗੇ। ਸਾਡੇ ਕਾਲਜ ਵਿੱਚ ਇਸ ਤਰ੍ਹਾਂ ਦਾ ਸਪੋਰਟਸਮੈਨ ਸਾਨੂੰ ਤਾਂ ਪਤਾ ਹੀ ਨਹੀਂ ਸੀ। ਪ੍ਰੋਫੈਸਰ ਸਿੰਘ, ਇਸ ਵਾਰ ਸਾਡਾ ਕਾਲਜ ਇੰਟਰ ਕਾਲਜ ਵਿੱਚ ਪਹਿਲੇ ਨੰਬਰ ਤੇ ਆਉਣਾ ਚਾਹੀਦਾ ਹੈ। ਤੁਸੀਂ ਦੇਖਦੇ ਰਹੋ ਸਰ, ਇਹ ਤਾਂ ਇੰਟਰ ਯੂਨੀਵਰਸਿਟੀ ਦਾ ਮਟੀਰੀਅਲ ਹੈ। ਇਹਨੂੰ ਖਾਸ ਖਾਸ ਇਵੈਂਟਸ ਲਈ ਤਿਆਰ ਕਰਾਂਗੇ ਤੇ ਤੁਹਾਡਾ ਆਫਿਸ ਅਸੀਂ ਮੈਡਲਾਂ ਤੇ ਸ਼ੀਲਡਾਂ ਨਾਲ ਭਰ ਦਿਆਂਗੇ। ਹਾਂ ਬਾਈ, ਕਿਹਨੂੰ ਮਿਲਣਾ ਆ? ਤੂੰ ਨਵਾਂ ਆਇਆ ਲੱਗਦਾ ਸ਼ਾਇਦ। ਬਾਈ ਜੀ, ਕਿਤੇ ਗਲਤੀ ਤਾਂ ਨਹੀਂ ਕਰਤੀ ਮੈਂ? ਨਾ ਬਾਈ ਨਾ, ਮੈਨੂੰ ਤਾਂ ਨਹੀਂ ਪਤਾ, ਤੂੰ ਜਾਣੇ ਆ ਉਹ ਜਾਣੇ। ਮੇਰਾ ਨਾਂ DSP ਬਲਜੀਤ ਸਿੰਘ ਚੌਹਾਨ ਹੈ। ਲੱਗਦਾ ਉਹਦਾ ਕਦੇ ਵਾਹ ਨਹੀਂ ਪਿਆ ਸਾਡੇ ਵਰਗੇ ਅਫਸਰਾਂ ਨਾਲ। ਦੋ ਦਿਨਾਂ ਚ ਲੀਡਰੀ ਸ਼ੀਡਰੀ ਕੱਢ ਕੇ ਬੰਦੇ ਦਾ ਪੁੱਤ ਬਣਾ ਦੂੰ। ਦੱਸਦੀ ਉਹਨੂੰ ਸਾਲੇ ਨੇਤਾਗਿਰੀ ਦੇ। ਕੀ ਗੱਲ ਹੋ ਗਈ, ਰੁਟੀਨ ਹੈ ਯਾਰ। ਤੁਸੀਂ ਸੁਣਾਓ ਕੀ ਹਾਲ ਹੈ? ਇਹ ਹੈ ਸਿਕੰਦਰ ਸਿੰਘ ਜੀ, ਮੇਰੇ ਉਸਤਾਦ। ਬੜਾ ਨਾਮੀ ਗ੍ਰਾਮੀ ਅਖਾੜਾ ਇਹਨਾਂ ਦਾ। ਹਾਂ, ਮੈਂ ਸੁਣਿਆ ਹੋਇਆ ਇਹਨਾਂ ਬਾਰੇ। ਤੁਹਾਡੇ ਅਖਾੜੇ ਦਾ ਇੱਕ ਮੁੰਡਾ ਰੁਸਤਮ ਹਿੰਦ ਵੀ ਹੈ ਸ਼ਾਇਦ। ਜਗਦੀਸ਼ ਭੋਲਾ, ਅਰਜਨ ਵਾਰਡੀ, ਇਹਨਾਂ ਦਾ ਹੀ ਤਾਂ ਪੁੱਤਰ ਹੈ। ਅੱਛਾ ਅੱਛਾ, ਗੁੱਡ। ਮੇਰਾ ਆਪਣਾ ਆਪਣਾ ਇੰਟਰਸਟ ਹੈ ਇਸ ਗੇਮ ਵਿੱਚ। ਮੇਰੇ ਲਈ ਕੋਈ ਸੇਵਾ ਹੋਵੇ ਤਾਂ ਦੱਸਣਾ। ਜੀ ਬੜੀ ਮਿਹਰਬਾਨੀ। ਜਗਤਾਰ ਦੇ ਮੂੰਹੋਂ ਬੜੀ ਤਾਰੀਫ ਸੁਣੀ ਹੈ ਜਨਾਬ ਜੀ। ਤਾਰੀਫ ਸੱਚੀ ਕਰੀ ਦੀ ਹੈ? ਤੁਹਾਨੂੰ ਸ਼ਾਇਦ ਪਤਾ ਨਹੀਂ ਉਸਤਾਦ ਜੀ, ਚੌਹਾਨ ਸਾਹਿਬ ਪੰਜਾਬ ਰੈਸਲਿੰਗ ਬਾਡੀ ਦੇ ਕਰਤਾ ਧਰਤਾ ਹੀ ਨੇ। ਦੱਸੋ ਕਿਵੇਂ ਆਉਣਾ ਹੋਇਆ? ਤੁਹਾਨੂੰ ਦੱਸਣੀ ਆਇਆ ਕਿ ਆਪਣਾ ਹੈੱਡਕੁਆਟਰ ਉਸਤਾਦ ਜੀ ਦੇ ਅਖਾੜੇ ਜੀ ਹੈ। ਜਨਾਬ ਤੁਸੀਂ ਵੀ ਲੰਘਦੇ ਵੜਦੇ ਇਸ ਗਰੀਬ ਖਾਨੇ ਚ ਚਰਨ ਪਾਇਓ। ਕਿਉਂ ਨਹੀਂ, ਨਾਲੇ ਸਿਕੰਦਰ ਸਿੰਘ ਜੀ ਇੱਕ ਦੋ ਚੰਗੇ ਭਲਵਾਨ ਸਾਨੂੰ ਵੀ ਦਿਓ। ਬੱਚੇ ਹੈਗੇ ਨੇ ਸਾਡੇ ਕੋਲ ਚੰਗੇ ਸਿਰ ਕੱਢ, ਥੋੜੀ ਤਿਆਰੀ ਹੋਰ ਕਰਵਾ ਦਿਆਂਗੇ। ਜਗਤਾਰ ਸਿਆ, ਇਹ ਆਪਣਾ ਸ਼ੇਰਾ ਤੇ ਧਿਆਨ ਨਾ। ਉਸਤਾਦ ਜੀ, ਪਰਮਿੰਦਰ ਬਾਰੇ ਕੀ ਖਿਆਲ ਹੈ? ਨਾਲੇ ਉਹ ਪੜ੍ਹਿਆ ਲਿਖਿਆ ਵੀ ਹੈ। ਨਾ ਨਾ, ਉਹਦਾ ਖੀਰਲਾ ਸਾਲ ਹੈ BA ਦਾ। ਉਹਨੂੰ ਪੜ੍ਹਾਈ ਪੂਰੀ ਕਰਨ ਦੇ
ਨਾਲੇ ਕਹਿਣ ਨੂੰ ਤਾਂ ਹੋ ਜੂ ਖਾਨਦਾਨ ਚ ਕੋਈ ਬੀਏ ਪਾਸ। Stop, 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 please, 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 stop, stop. ਕੀ ਗੱਲ ਸਿਮਰਨ? ਮੇਰੀ ਗੱਡੀ ਪੰਚਰ ਹੋ ਗਈ ਹੈ। ਮੇਰੀ ਹੈਲਪ ਕਰ ਦੇ ਪਲੀਜ਼। ਪਰਮਿੰਦਰ ਮੈਂ ਲੇਟ ਹੋ ਰਿਹਾ। ਇਹਦੇ ਚ ਕੀ ਪ੍ਰੋਬਲਮ ਹੈ? ਤੂੰ ਬਾਈਕ ਲੈ ਕੇ ਜਾ, ਇਹਨੂੰ ਮੈਂ ਡ੍ਰੌਪ ਕਰ ਦਿਆਂਗੀ। ਹਾਂ ਯਾਰ ਇਹ ਠੀਕ ਆ, ਮੈਂ ਚੱਲਦਾ। ਉਹ ਮੈਂ ਭਗਵਾੜੇ ਚ ਮਿਲ ਤੈਨੂੰ। ਓਏ ਛੱਡ ਸੰਦੂ, ਹੁਣ ਆਇਆ ਕਾਬੂ। ਪਰਮਿੰਦਰ ਹੁਣ ਕੀ ਕਰੀਏ, ਗੱਡੀ 'ਚ ਤਾਂ ਜੈਕ ਵੀ ਨਹੀਂ ਹੈ। ਇਦਾਂ ਕਰਦੇ ਆਂ, ਮੈਂ ਗੱਡੀ ਚੁੱਕਦਾ ਤੇ ਤੁਸੀਂ ਟਾਇਰ ਬਦਲੋ। ਓਕੇ। ਛੇਤੀ ਕਰ, ਮੈਂ ਚੱਕੀ ਹੋਈ ਆ ਗੱਡੀ। ਚੱਲ ਦੂਜਾ ਲਾ ਛੇਤੀ। ਓਕੇ ਸਿਮਰਨ, ਥੈਂਕ ਯੂ। ਪਰਮਿੰਦਰ ਤੂੰ ਤਾਂ ਮੇਰੀ ਬਹੁਤ ਵੱਡੀ ਪ੍ਰੋਬਲਮ ਸੋਲਵ ਕਰ ਦਿੱਤੀ। ਚੰਗਾ ਫਿਰ ਮੈਂ ਚੱਲਦਾ। ਪਰ ਤੂੰ ਕਿੱਦਾਂ ਜਾਏਂਗਾ, ਤੇਰੀ ਬਾਈਕ ਤਾਂ ਸੰਧੂ ਲੈ ਗਿਆ ਹੈ ਨਾ। ਤੂੰ ਇੱਦਾਂ ਕਰ, ਬੈਠ, ਮੈਂ ਤੇਰਾ ਡ੍ਰੌਪ ਕਰ ਦੇਣੀ ਆ। ਬੈਠ ਤਾਂ। ਅੱਜ ਫਸ ਗਿਆ ਬੱਚੂ, ਫਸ ਗਿਆ ਕਬੂਤਰ। ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝ ਲੈ ਜਗਤਾਰ ਸਿਆ, ਜੇ ਦੌਲਤ ਤੇ ਸ਼ੌਹਰਤ ਕਮਾਣੀ ਹੈ ਤਾਂ ਕਿਸੇ ਵੀ ਤਰੀਕੇ ਸਿਕੰਦਰ ਸਿੰਘ ਦੇ ਅਖਾੜੇ ਤੇ ਕਬਜ਼ਾ ਕਰਨਾ ਹੀ ਪੈਣਾ। ਜੇ ਸਿਕੰਦਰ ਸਿੰਘ ਨਾਲ ਚੱਲਦਾ ਤਾਂ ਠੀਕ ਹੈ, ਨਹੀਂ ਤਾਂ ਉਹਨੂੰ ਵੀ ਨੱਕੀ ਕਰ ਦਿਓ। ਪਰ ਡੀਐਸਪੀ ਸਾਹਿਬ, ਬਾਪੂ ਸਿਕੰਦਰ ਮੇਰਾ ਉਸਤਾਦ ਹੈ, ਮੇਰੇ ਬਜ਼ੁਰਗਾਂ ਦੀ ਥਾਂ ਤੇ ਹੈ। ਉਹਦੇ ਨਾਲ ਇਹ ਜੀ ਗੱਦਾਰੀ ਕਰਨਾ, ਇਹ ਤਾਂ ਮੈਂ ਕਦੇ ਸੋਚ ਵੀ ਨਹੀਂ ਸਕਦਾ। ਉੱਚੇ ਮਨਸੂਬੇ ਰੱਖਣ ਵਾਲਿਆਂ ਨੂੰ ਭਾਵੁਕਤਾ ਛੱਡਣੀ ਪੈਂਦੀ ਹੈ ਜਗਤਾਰ ਸਿੰਘ। ਜੇ ਉੱਚੀ ਗੇਮ ਖੇਡਣੀ ਹੈ ਤਾਂ ਭੁੱਲ ਜਾਏ ਰਿਸ਼ਤੇ ਨਾਤੇ ਤੇ ਵਫਾਦਾਰੀਆਂ। ਪਰ ਡਿਪਟੀ ਸਾਹਿਬ, ਪਰ ਪੁਰਖੀ ਭਤੀਜੇ, ਡਿਪਟੀ ਸਾਹਿਬ ਬਿਲਕੁਲ ਠੀਕ ਫਰਮਾ ਰਹੇ ਨੇ। ਜਦੋਂ ਨੱਚਣੀ ਲੱਗ ਪਈ ਫਿਰ ਕੁੰਡ ਕਾਹਦਾ। ਡਿਪਟੀ ਸਾਹਿਬ ਤੁਸੀਂ ਲੱਗੋ ਅੱਗੇ, ਅਸੀਂ ਤੁਹਾਡੇ ਨਾਲ ਹੈ। ਆਹੋ ਭਤੀਜ ਨੂੰ ਮੈਂ ਆਪੇ ਸਮਝਾ ਲੂੰਗਾ। ਛਕੋ ਜੀ ਹੁਣ। ਪਰਮਿੰਦਰ ਤੂੰ ਕੁਛ ਬੋਲਦਾ ਕਿਉਂ ਨਹੀਂ? ਮੈਨੂੰ ਘਬਰਾਹਟ ਹੋ ਰਹੀ ਹੈ। ਘਬਰਾਹਟ ਕਿਸ ਗੱਲ ਦੀ? ਅਸੀਂ ਇੱਥੇ ਇਕੱਲੇ ਬੈਠੇ ਹਾਂ, ਕੋਈ ਦੇਖੇਗਾ ਤਾਂ ਕੀ ਸੋਚੇਗਾ? ਕੀ ਸੋਚੇਗਾ? ਕਿ ਦੋ ਦੋਸਤ ਖੜੇ ਹੋ ਕੇ ਗੱਲਾਂ ਕਰ ਰਹੇ ਨੇ, ਹੋਰ ਕੀ। ਤੂੰ ਆਪਣੀ ਜਗ੍ਹਾ ਠੀਕ ਹੈ ਸਿਮਰਨ, ਪਰ ਮੇਰੇ ਲਈ ਸਭ ਕੁਛ ਨਵਾਂ ਹੈ। ਜ਼ਿੰਦਗੀ 'ਚ ਪਹਿਲੀ ਵਾਰ ਮੈਂ ਕਿਸੇ ਕੁੜੀ ਨਾਲ ਕੁੜੀ ਨਾਲ ਖੜੇ ਕੇ ਕੀ ਕਰ ਰਿਹਾ, ਗੱਲਾਂ ਹੀ ਤਾਂ ਕਰ ਰਿਹਾ।
तू ही ना बस भोला ही है। भोला? भोला तो मेरे बड़े भरा का नाम है। ओ, अच्छा बाबा ए दस होर कौन है तेरे परिवार विच? मेरे बापू जी, बेबे, बड़ा भरा, भाभी जी, एक छोटी भैन राणो। बड़ा किस्मत वाला है तू परमिंदर, परे पूरे परिवार विच रहिंदा है ते एक मैं हां। इन्ने बड़े घर विच सिर्फ मैं ते मेरे पापा। थोड़े मम्मी? 4 साल हो गए कैंसर की लास्ट स्टेज पे पता लग गया। Oh, I'm sorry, सिमरन। खैर परमिंदर तू मैनु अपनी मम्मी नाल मिलवाएगा? मैं तो किसी नू मां कहण नू भी तरस गई हां। क्यों नहीं, बेबे तो सारे नाल बहुत प्यार करती है। पर नहीं, मैं तुहानू पिंड नहीं ले जा सकता अपने नाल। पर क्यों? तुहानू साडे पिंड वाले दा नहीं पता, सारी उम्र ली मेरी छेड़ पा देनी है। चंगा ना ले जाई, मैं आपे ही चले जावांगी। सिमरन हुण मैं चलदा। आप प्लीज सिमरन 5 मिनट रुक जाना, संधू आंदा ही होना है। नहीं आंदा तो ना सही, पर मैं हुण होर नहीं रुक सकदा, मैं चलदा। Thank you.
ਜਾਣਾ ਹੈ? ਕੀ ਗੱਲ ਵੀਰਿਆ, ਕਿੱਥੇ ਜਾਣਾ ਹੈ? ਤੂੰ ਇੱਥੇ ਕੀ ਕਰਦੀ ਹੈ? ਮੈਂ ਤਾਂ ਦੁੱਧ ਲੈ ਕੇ ਆਈ ਸੀ, ਕੁਝ ਖਾਣ ਲਈ ਵੀ ਲੈ ਕੇ ਆਵਾਂ? ਨਹੀਂ ਨਹੀਂ, ਵੀਰਾ ਸਖਤ ਸ਼ੁਰੂ ਹੋ ਗਿਆ। ਨਹੀਂ ਤਾਂ ਵੀਰ ਜੀ ਨਹੀਂ ਹੁੰਦੇ ਆਪਣੇ ਨਿਤਨੇਮ ਤੋਂ ਇੱਧਰ ਉੱਧਰ। ਅੱਛਾ, ਪੰਜ ਵੀ ਵੱਜ ਗਏ। ਆਪਣਾ ਗਲਾਸ। ਪਰਮਿੰਦਰ, ਆ ਹੁੰਦੀ ਓ ਮਿਹਨਤ। ਉਹ ਮੈਂ ਤੈਨੂੰ ਕਹਿ ਰਿਹਾ ਕਾਕਾ, ਤੇਰਾ ਧਿਆਨ ਕਿੱਥੇ? ਸੁਖੰਦਰ ਸਿੰਘ ਜੀ ਨਜ਼ਰ ਨਹੀਂ ਆ ਰਹੇ ਕਿਤੇ। ਇਹਨਾਂ ਨੂੰ ਤੂੰ ਚਾਹ ਪਿਆ ਕੇ ਮੋੜੇਗਾ? ਓਏ ਚਾਚਾ, ਸਮਝਾ ਇਹਨੂੰ। ਚਾਚਾ, ਬਾਹਰ ਜਾ ਕੇ ਮੁੰਡਿਆਂ ਦਾ ਬੰਦੋਬਸਤ ਹੋਏ, ਪੂਰਾ ਬੰਦੋਬਸਤ ਕਰ ਦਿੰਦੇ। ਆਓ ਫਿਰ ਕਿਸੇ ਕੰਮ ਦੀ ਗੱਲ ਤੇ ਆਈਏ। ਇਹ ਅਖਾੜਾ ਆਪਣੇ ਲਈ ਬੇਸ ਕੈਂਪ ਦਾ ਕੰਮ ਕਰੇਗਾ। ਹਾਂ,
ਆਪਰੇਸ਼ਨ ਹੈੱਡਕੁਆਰਟਰ। ਮੁੰਡੇ ਲੱਭਣੇ, ਉਹਨਾਂ ਨੂੰ ਟ੍ਰੇਨਿੰਗ ਤੇ ਪਬਲਿਸਿਟੀ ਦੇਣ ਦਾ ਕੰਮ ਤੁਸੀਂ ਸੰਭਾਲੋਗੇ ਤੇ ਫੈਡਰੇਸ਼ਨ ਦੇ ਥਰੂ ਕੰਪੀਟੀਸ਼ਨ ਲਈ ਬਾਹਰ ਭੇਜਣ ਦਾ ਕੰਮ ਤੁਹਾਡਾ। ਪਾਸਪੋਰਟ ਵੀਜ਼ੇ ਅਰੇਂਜ ਕਰਨਾ ਵੀ ਤੁਹਾਡੇ ਜੁੰਮੇ। 10 ਲੱਖ ਪਰ ਹੈੱਡ, 50-50। ਓਕੇ ਬਾਈ ਜੀ, ਹਮੇ ਵੀ ਲਾ ਲਾ ਘੁੱਟ ਘੱਟ, ਮੈਂ ਗਲਾਸ ਲੈ ਕੇ ਆਇਆ। ਉਹ ਬਾਈ ਸਾਹ, ਹਲੇ ਅਸੀਂ ਪੀ ਨਹੀਂ ਸਕਦੇ, ਹਲੇ ਤਾਂ ਅਸੀਂ ਡਿਊਟੀ ਤੇ ਆ। ਅੱਛਾ, ਨਾ ਅੰਦਰ ਆਵਾਂ ਡਿਊਟੀ ਪਰ? ਉਹ ਚੁੱਪ ਕਰ, ਉਹ ਤਾਂ ਸਾਹਬ ਆ ਸਾਹਬ। ਜੋ ਵੀ ਠੀਕ ਆ, ਸਾਹਬ ਤੋਂ ਸਾਹਬ ਹੋਵਾ। ਬਿਲਕੁਲ, ਭਰਤੀ ਕਰਾਉਣ ਦੇ 2 ਲੱਖ ਐਕਸਟਰਾ, ਪਰ ਉਹਦੇ 'ਚ ਤੁਹਾਡਾ ਕੋਈ ਹਿੱਸਾ ਨਹੀਂ ਹੋਏਗਾ, ਉਹ ਮੇਰਾ ਤੇ ਮੇਰੇ ਉੱਪਰ ਵਾਲਿਆਂ ਦਾ ਹੋਏਗਾ। ਅਸੀਂ ਕੇਸ ਭੇਜਾਂਗੇ ਤੁਹਾਡੇ ਕੋਲ ਚੁੰਗੀ ਕੱਟ ਕੇ। ਮੇਰੇ ਕੋਲ ਡਾਇਰੈਕਟ ਕੋਈ ਨਹੀਂ ਆਏਗਾ, ਤੇ ਕਲੈਕਸ਼ਨ ਵੀ ਤੁਸੀਂ ਆਪਣੇ ਲੈਵਲ ਤੇ ਕਰੋਗੇ। ਪਰ ਇੱਕ ਮੁੰਡਾ ਮੁਫ਼ਤ ਭਰਤੀ ਕਰਨਾ ਪਊਗਾ, ਉਸਤਾਦ ਜੀ ਦਾ ਵਿਸ਼ਵਾਸ ਵੀ ਤਾਂ ਜਿੱਤਣਾ। ਓਕੇ, ਨੋ ਪ੍ਰੋਬਲਮ। ਜੈਨੂਨ ਗੱਲ ਹੈ, ਮੁੰਡਾ ਕਿਹੜਾ ਚਾਹੀਦਾ? ਜਗਦੀਸ਼। ਡਨ, ਬਿਜ਼ਨਸ ਦੇ ਸ਼ੁਰੂ ਹੋਣ ਤੇ ਇੱਕ ਵਾਰ ਫੇਰ ਚੀਅਰਸ। ਨਵਾਂ ਹੀ ਕੰਮ ਹੋ ਗਿਆ ਖਾੜੇ ਮਾਂ, ਪਰ ਇਹਨਾਂ ਕੀ ਕਾਸਤਾਨੀਆ ਬਤਾਵਾਂਗਾ ਜ਼ਰੂਰ ਤਾਈ ਨੂੰ। ਦੇਖਾਂ ਕਿਵੇਂ ਵਾਸੀ ਮਾਰਦਾ ਜਿਵੇਂ ਕੁੱਤਾ ਰੋਂਦਾ ਹੁੰਦਾ। ਉਹ ਤੜਕੇ ਤੇ ਕਿਤੇ ਸੋਹਣਾ ਮਿਲਿਆ ਜਾ ਕੇ। ਮਾੜੀ ਜੀ ਅੱਖ ਲੱਗੀ ਸੀ, ਗਹਿਰੇ ਥਮੇ ਆ ਗਏ। ਕਿਉਂ, ਕੀ ਕਰਦਾ ਰਿਹਾ ਸਾਰੀ ਰਾਤ? ਇਹੋ ਹੀ ਤਾਂ ਦੱਸਣਾ ਆ। ਕੋਈ ਮੂੰਹ ਮਿੱਠਾ ਕਰਾਓ ਬਈ, ਖੁਸ਼ਖਬਰੀ ਲੈ ਕੇ ਆਏ ਹੈ। ਭਰਾ ਜੀ, ਦੱਸੋ ਤਾਂ ਸਹੀ, ਕਿਹੜੀ ਖੁਸ਼ਖਬਰੀ ਦੇ ਰਹੇ ਸੀ? ਤੂੰ ਤਾਂ ਭਾਈ ਜ਼ੋਰ ਨਾਲ ਵੀ ਪੁੱਛ ਸਕਦੀ ਹੈ, ਥਾਣੇਦਾਰਨੀ ਜੋ ਬਣ ਗਈ। ਵੀ ਥਾਣੇਦਾਰਨੀ? ਹਾਂ ਬੀਬੀ, ਤੇਰਾ ਵੱਡਾ ਪੁੱਤਰ ਪੁਲਿਸ ਵਿੱਚ ਭਰਤੀ ਹੋ ਗਿਆ, ਥਾਣੇਦਾਰ ਬਣ ਗਿਆ। ਰਾਤ ਡਿਪਟੀ ਹਮ ਵੀ ਭਰ ਗਿਆ। ਜੀ ਸੱਚ ਕਹਿੰਦਾ? ਹਾਂ। ਸੌਂ ਖਾ ਕੇ ਵੇ ਤੇਰੇ ਮੂੰਹ ਚ ਪੁੱਤ ਕੀ ਹੋ ਸ਼ੱਕਰ। ਵੇ ਐਡੀ ਗੱਲ, ਤੂੰ ਸਾਰੀ ਰਾਤ ਢੱਡ ਚ ਕਿਵੇਂ ਰੱਖ ਕੇ ਬੈਠਾ ਰਹਿ ਥੋੜੀਆ? ਪਰ ਬਾਈ ਜੀ, ਨਾ ਕੋਈ ਅਰਜ਼ੀ ਨਾ ਕੋਈ ਇੰਟਰਵਿਊ। ਇਹ ਨੌਕਰੀਆਂ ਅਰਜ਼ੀਆਂ ਦੇਣ ਨਾਲ ਨਹੀਂ ਮਿਲਦੀਆਂ, ਇਹਨਾਂ ਅਫਸਰਾਂ ਦੇ ਕਹਿਣ ਨਾਲ ਮਿਲਦੀਆਂ। ਮੈਂ ਕਿਹਾ ਜੀ, ਤੁਸੀਂ ਥਾਣੇਦਾਰ ਬਣ ਗਏ, ਪਹਿਲਾਂ ਹੀ ਮਾਰਨੀ ਸੀ, ਹੁਣ ਤਾਂ ਹੋਰ ਵੀ ਡਰ ਕੇ ਰਹਿਣਾ ਪਊ। ਜਾਣਦੇ ਉਸਤਾਦ ਜੀ, ਤੁਸੀਂ ਕੀ ਸੋਚੀ ਜਾਂਦੇ ਹੋ? ਤੁਹਾਨੂੰ ਖੁਸ਼ੀ ਨਹੀਂ ਹੋਈ? ਖੁਸ਼ੀ ਕਿਉਂ ਨਹੀਂ, ਬਥੇਰੀ ਖੁਸ਼ੀ ਹੋਈ। ਚੰਗਾ ਬੀਬੀ, ਮੈਂ ਚੱਲਦਾ। ਉਸਤਾਦ ਜੀ, ਆਉਂਗੇ ਮੇਰੇ ਨਾਲ? ਕੀ ਗੱਲ ਹੈ ਉਸਤਾਦ ਜੀ, ਉਹ ਕਿਹੜੀ ਗੱਲੋਂ ਵੱਟਿਆ? ਤੂੰ ਚੰਗਾ ਨਹੀਂ ਕੀਤਾ ਜਗਤਾਰ। ਕੀ ਚੰਗਾ ਨਹੀਂ ਕੀਤਾ? ਤੁਸੀਂ ਕੀ ਸੋਚਿਆ ਸੀ ਮੈਂ ਸ਼ੇਰੇ ਜਾਂ ਸਤਪਾਲ ਨੂੰ ਵੀ ਭਰਤੀ ਕਰਵਾ ਦਿੰਦਾ? ਇਹੋ ਹੀ ਨਾ? ਨਹੀਂ, ਇਹ ਗੱਲ ਨਹੀਂ। ਫੇਰ ਕਿਹੜੀ ਗੱਲ ਹੈ? ਤੂੰ ਜਾਣਦਾ ਹੈ, ਇਹ ਅਖਾੜਾ ਮੇਰੇ ਲਈ ਇੱਕ ਮੰਦਰ ਹੈ, ਤੇ ਇਸ ਮੰਦਰ ਵਿੱਚ ਤੂੰ ਸ਼ਰਾਬ ਵੜ ਕੇ ਚਿਹਰਾ ਤੋਂ ਬਣਾਈ ਸਾਂਭੀ ਪਵਿੱਤਰਤਾ ਭੰਗ ਕਰ ਦਿੱਤੀ।
ਬਸ ਇਹੋ ਹੀ ਗੱਲ ਹੈ। ਮੈਂ ਸੋਚਿਆ ਪਤਾ ਨਹੀਂ ਕੀ ਪਹਾੜ ਪੈ ਗਿਆ। ਮੇਰੀ ਸਾਲਾਂ ਦੀ ਤਪੱਸਿਆ ਭੰਗ ਹੋ ਗਈ ਹੈ ਤੇ ਤੂੰ ਸੋਚਦਾ ਹੈ ਇਹ ਛੋਟੀ ਜਿਹੀ ਗੱਲ ਹੈ। ਨਹੀਂ ਜਗਤਾਰ, ਤੂੰ ਚੰਗਾ ਨਹੀਂ ਕੀਤਾ, ਬਿਲਕੁਲ ਚੰਗਾ ਨਹੀਂ ਕੀਤਾ। ਜ਼ਮਾਨਾ ਬਦਲ ਗਿਆ ਉਸਤਾਦ ਜੀ, ਤੇ ਤੂੰ ਵੀ ਹੁਣ ਆਪਣੇ ਸਤਿਯੁਗ ਚੋਂ ਬਾਹਰ ਆ ਜਾ। ਜ਼ਿੰਦਗੀ ਦਾ ਸੱਚ ਕੁਛ ਹੋਰ ਹੀ ਹੈ। ਤੂੰ ਆਪ ਸੋਚ, ਉਹ ਏਡਾ ਵੱਡਾ ਅਫਸਰ ਮੇਰੇ ਇੱਕ ਵਾਰੀ ਕਹਿਣ ਤੇ ਤੇਰੇ ਘਰ ਆ ਗਿਆ, ਉਹਦਾ ਅਖਾੜੇ ਵਿੱਚ ਪੈਰ ਪਾਉਣ ਨਾਲ ਕਿੱਡਾ ਉੱਚਾ ਰੁਤਬਾ ਹੋ ਗਿਆ ਆਪਣਾ ਇਸ ਪਿੰਡ ਵਿੱਚ। ਓਏ ਇਸ ਗੱਲ ਦਾ ਅਹਿਸਾਸ ਹੈ ਤੈਨੂੰ? ਓਏ ਏਡੇ ਵੱਡੇ ਅਫਸਰ ਨੂੰ ਮੈਂ ਲੱਸੀ ਪਿਆ ਕੇ ਮੋੜ ਦਿੰਦਾ? ਓਏ ਯਾਰ, ਨੌਕਰੀਆਂ ਲੈਣ ਲਈ ਤਾਂ ਲੋਕ ਨੋਟਾਂ ਦੀਆਂ ਬੋਰੀਆਂ ਉਹਨਾਂ ਦੇ ਪਿੱਛੇ ਪਿੱਛੇ ਲਈ ਫਿਰਦੇ ਆ। ਤੇ ਜਿਹੜਾ ਤੇਰੇ ਪੁੱਤਰ ਨੂੰ ਮੁਫ਼ਤ 'ਚ ਨੌਕਰੀ ਦੇ ਗਿਆ, ਤੇ ਤੂੰ ਪਤਾ ਨੀ ਕਿਹੜੀ ਦੁਨੀਆਂ ਵਿੱਚ। ਗੱਲ ਨੂੰ ਸਮਝਿਆ ਕਰੋ ਉਸਤਾਦ ਜੀ, ਨਾਲੇ ਨੌਕਰੀ ਨਹੀਂ ਕਰਨੀ ਤਾਂ ਨਾ ਸੀ, ਘਰਦਿਆਂ ਨਾਲ ਰਹਿ ਕਰ ਲੋ, ਜਿਵੇਂ ਸਾਰਿਆਂ ਦੀ ਖੁਸ਼ੀ ਹੋਈ ਉਵੇਂ ਕਰ ਲਾਂਗੇ। ਚੰਗਾ, ਇਜਾਜ਼ਤ ਦਿਓ। ਬੜੀ ਖੁਸ਼ ਅੱਜ ਲੱਗ ਰਹੀ ਪਰਮਜੀਤ। ਥਾਣੇਦਾਰ ਨੇ ਬਣ ਕੇ ਵੀ ਖੁਸ਼ ਨਹੀਂ ਹੋਊਂਗੀ, ਨਾ ਕੋਈ ਛੋਟੀ ਮੋਟੀ ਗੱਲ ਹੈ। ਇਹਨਾਂ ਗੱਲਾਂ ਦਾ ਭਰੋਸਾ ਨਹੀਂ, ਜਿੰਨਾ ਚਿਰ ਕੋ ਕਾਗਜ਼ ਪੱਤਰ ਹੱਥ ਨਹੀਂ ਆਉਂਦਾ ਕੁਛ ਕਿਹਾ ਨਹੀਂ ਜਾ ਸਕਦਾ। ਪਰ ਮੈਨੂੰ ਤਾਂ ਪੱਕਾ ਲੱਗ ਰਿਹਾ ਕਿ ਆਪਣਾ ਕੰਮ ਹੋ ਜੂ। ਹਾਂ, ਜੇ ਕੁਸ਼ਤੀ ਕਰਵਾ ਕੇ ਦੇਖ ਲਈ ਫਿਰ ਤਾਂ ਮੈਨੂੰ ਭਰੋਸਾ, ਮੈਂ ਲੈ ਜੂ। ਜੇ ਕੁਛ ਲਖਵਾ ਲਖਵੂ ਕੇ ਦੇਖ ਲਿਆ ਫਿਰ ਆਪਣਾ ਕੰਮ ਖਰਾਬ ਹੈ। ਪਰਮਾਤਮਾ ਤੇ ਭਰੋਸਾ ਰੱਖੀਏ, ਸਾਰਾ ਕੁਛ ਬੰਦਿਆਂ ਦੇ ਹੱਥ 'ਚ ਤਾਂ ਨਹੀਂ ਹੁੰਦਾ। ਉਹ ਤਾਂ ਠੀਕ ਹੈ, ਅਜੇ ਤੂੰ ਆਪਣੇ ਮੰਮੀ ਪਾਪਾ ਨਾਲ ਨਾ ਗੱਲ ਕਰਦੀ। ਲੈ ਹੈ, ਮੈਂ ਚੱਲੀ ਆ, ਕੋਈ ਕੱਚੀ ਪੱਕੀ ਗੱਲ ਕਰੂੰਗੀ। ਹਾਂ, ਜਦੋਂ ਲੈਟਰ ਮਿਲ ਗਿਆ ਤਾਂ ਆਪਾਂ ਦੋਵੇਂ ਆਪ ਜਾ ਕੇ ਇਹਨਾਂ ਨੂੰ ਵਧਾਈਆਂ ਦੇ ਆਵਾਂਗੇ। ਨਹੀਂ ਨਹੀਂ ਨਹੀਂ, ਮੈਂ ਨਹੀਂ ਖਾਣਾ ਮੱਖਣ, ਅੱਗੇ ਇੰਨੀ ਮੋਟੀ ਹੁੰਦੀ ਜਾ ਰਹੀ ਆ, ਤੁਹਾਨੂੰ ਪਤਾ ਹੈ ਇਹਦੇ 'ਚ ਕਿੰਨੀ ਕੈਲਰੀਜ਼ ਹੁੰਦੀਆਂ ਨੇ। ਨਾ ਪੁੱਤਰ, ਮੈਨੂੰ ਕੀ ਪਤਾ, ਇਹ ਸਾਰਾ ਕੁਝ ਤਾਂ ਤੁਹਾਨੂੰ ਅੱਜ ਕੱਲ ਦੇ ਬੱਚਿਆਂ ਨੂੰ ਹੀ ਪਤਾ ਹੈ। ਜੋ ਵੀ ਹੈ, ਬੰਦੇ ਨੂੰ ਹੈਲਥ ਕੌਨਸ਼ੀਅਸ ਹੋਣਾ ਚਾਹੀਦਾ ਹੈ। ਪਤਾ ਨਹੀਂ ਕੀ ਬਣੂਗਾ ਅੱਜ ਕੱਲ ਦੇ ਬੱਚਿਆਂ ਦਾ। ਲਿਆ, ਨਹੀਂ ਖਾਣਾ ਨਾ ਖਾ, ਮੈਂ ਤਾਂ ਖਾਣਾ। ਨਾ ਨਾ ਨਾ, ਤੁਸੀਂ ਵੀ ਨਹੀਂ ਖਾਣਾ, ਡਾਕਟਰ ਨੇ ਮਨਾ ਕੀਤਾ ਨਾ ਤੁਹਾਨੂੰ। ਇਹ ਬਟਰ ਘਿਓ ਬਣਾਉਣ ਵਾਲੀਆਂ ਕੰਪਨੀਆਂ ਲੱਗਦਾ ਛੇਤੀ ਹੀ ਬੰਦ ਹੋਣ ਵਾਲੀਆਂ ਨੇ। ਬੱਚੇ ਖਾਣਾ ਪਸੰਦ ਨਹੀਂ ਕਰਦੇ ਤੇ ਵੱਡਿਆਂ ਨੂੰ ਡਾਕਟਰ ਨਹੀਂ ਖਾਣ ਦਿੰਦੇ। ਓ ਹਾਂ, ਉਹ ਖਾਣੇ ਤੋਂ ਯਾਦ ਆਇਆ, ਤੇਰਾ ਅੱਜ ਸ਼ਾਮੀ ਕਿਤੇ ਜਾਣ ਦਾ ਪ੍ਰੋਗਰਾਮ ਤਾਂ ਨਹੀਂ? ਕਿਉਂ? ਮੇਰੇ ਇੱਕ ਦੋਸਤ ਦਾ ਬੇਟਾ UK ਤੋਂ ਹੋਟਲ ਮੈਨੇਜਮੈਂਟ ਦੀ ਡਿਗਰੀ ਕਰਕੇ ਆ ਰਿਹਾ। ਆਪਾਂ ਉਹਨਾਂ ਨੂੰ ਅੱਜ ਖਾਣੇ ਤੇ ਬੁਲਾਇਆ, ਤੂੰ ਬੇਟਾ ਘਰੇ ਰਹੀ, ਤੈਨੂੰ ਵੀ ਮਨਾਉਣਾ ਹੈ। ਪਾਪਾ, ਤੁਹਾਨੂੰ ਲੱਗਦਾ ਨਹੀਂ ਇਹ ਕਿਸੇ ਹਿੰਦੀ ਫਿਲਮ ਦਾ ਸੀਨ ਬਣਦਾ ਜਾ ਰਿਹਾ ਹੈ? ਫੇਰ ਤੁਸੀਂ ਮੈਨੂੰ ਕਹੋਗੇ, ਦੇਖੋ ਬੇਟੇ ਕਿਤਾ ਲਾਇਆ ਕਰ ਹੋਨਹਾਰ ਲੜਕਾ ਹੈ, ਬਿਲਕੁਲ ਗਾਓ ਕੇ ਮਾਫਿਕ, ਇਸ ਲਈ ਬੇਟੇ ਮੈਨੇ ਤੁਹਾਰੀ ਸ਼ਾਦੀ ਇਸੀ ਲੜਕੇ ਸੇ ਕਰਨੇ ਕਾ ਫੈਸਲਾ ਕੀਆ ਹੈ। ਪਰ ਬੇਟਾ, ਸ਼ਾਦੀ ਤਾਂ ਇੱਕ ਨਾ ਇੱਕ ਦਿਨ ਕਰਨੀ ਹੈ ਨਾ, ਇਹਦੇ ਨਾਲ ਨਾ ਸਹੀ ਕਿਸੇ ਹੋਰ ਨਾਲ ਸਹੀ, ਐਨੀ ABCD। ਪਾਪਾ, ਜੇ ABCD ਹੋ ਸਕਦਾ ਹੈ ਤਾਂ ਫਿਰ ਪੀ ਵੀ ਹੋ ਸਕਦਾ ਹੈ। ਪੀ ਮਤਲਬ? ਪੀ ਮਤਲਬ ਪੀ ਫੋਰ, ਪਤਾ ਨਹੀਂ। ਇਹ ਨੇਖਰ ਛੱਡ ਕੇ ਪੀ ਕਿੱਥੋਂ ਆ ਗਿਆ? ਬਿਨਾਂ ਵਜ੍ਹਾ ਤਾਂ ਨਹੀਂ ਹੋ ਸਕਦਾ।
ਆ ਸਦਕੇ ਮੇਰਾ ਪੁੱਤ ਤਾਂ ਸੱਚੀ ਥਾਣੇਦਾਰ ਬਣ ਗਿਆ। ਵੇਖਾਂ ਵਰਦੀ ਪੁੱਤ ਦੀ ਕਿੰਨੀ ਸਬਜ਼ੀ ਨਜ਼ਰ ਨਾ ਲੱਗ ਜਾਏ। ਇਸ ਵਰਦੀ ਚ ਬੜੀ ਜੱਚ ਰਹੇ। ਓਏ ਪੁੱਤਰਾ, ਮੇਰੀ ਤਾਂ ਛਾਤੀ ਚੌੜੀ ਹੋ ਗਈ ਤੈਨੂੰ ਇਸ ਵਰਦੀ ਵਿੱਚ ਦੇਖ ਕੇ। ਇੱਕ ਦਿਨ ਮੈਂ ਤੇਰੇ ਥਾਣੇ ਆਊਂਗਾ ਤੇ ਹੌਲਦਾਰ ਮੈਨੂੰ ਪੁੱਛੂ, ਇਹ ਹਾਜੀ ਤੁਸੀਂ? ਤੇ ਮੈਂ ਮੁੱਛ ਤੇ ਹੱਥ ਰੱਖ ਕੇ ਕਹਾਂਗਾ ਕਿ ਮੈਂ ਓਏ ਮੈਂ ਤੇਰੇ ਥਾਣੇਦਾਰ ਦਾ ਪਿਓ। ਵਾਹ ਵੀਰਾ ਵਾਹ, ਹੁਣ ਗੱਲ ਬਣੀ ਹੈ। ਕਿਸੇ ਦਿਨ ਮੇਰੇ ਕਾਲਜ ਚ ਆਈ ਵਰਦੀ ਪਾ ਕੇ, ਮੇਰੀ ਵੀ ਟੌਰ ਬਣ ਲਈ ਯਾਰਾ ਦੋਸਤਾਂ ਚ। ਓ ਮੁੰਡਿਓ, ਓਏ ਇੱਟਾਂ ਆਪਣੀਆਂ ਨੀ ਹੈ, ਇੱਥੇ ਕਿਉਂ ਲਾਈ ਜਾਂਦੇ ਹੋ? ਓਏ ਆਪਣੀਆਂ ਹੀ ਹੈ ਉਸਤਾਦ ਜੀ, ਲਾ ਲੈਣ ਦਿਓ। ਇਹ ਕਾਹਦੇ ਲਈ ਮੰਗਵਾਈਆਂ ਜਗਤਾਰ ਸਿਆਂ? ਤੂੰ ਮੇਰੇ ਨਾਲ ਕੋਈ ਗੱਲ ਵੀ ਨਹੀਂ ਕੀਤੀ। ਇੱਕ ਸ਼ੈੱਡ ਥੱਲੇ ਫਰਸ਼ੀ ਲਾਉਣਾ ਸੀ। ਸ਼ਾਇਦ ਤੁਹਾਨੂੰ ਪਤਾ ਨੀ ਉਸਤਾਦ ਜੀ, ਇੰਟਰਨੈਸ਼ਨਲ ਕੁਸ਼ਤੀਆਂ ਮੈਟਾਂ ਤੇ ਹੁੰਦੀਆਂ, ਤੇ ਹੁਣ ਤੁਸੀਂ ਕਹੋਗੇ ਕਿ ਮੈਟ ਕਿੱਥੋਂ ਆਉਣਗੇ? ਚਿੰਤਾ ਮੈਨੂੰ ਮੈਟਾਂ ਦੀ ਨਹੀਂ, ਕੁਸ਼ਤੀ ਮਿੱਟੀ ਦੀ ਖੇਡ ਹੈ ਤੇ ਸਾਨੂੰ ਇਹੀਓ ਫਲਦੀ ਹੈ। ਬਾਹਰਲੇ ਦੇਸ਼ਾਂ ਦੇ ਲੋਕ ਸਾਡੀ ਖੇਡ ਦੇ ਨਵੇਂ ਨਵੇਂ ਕਾਇਦੇ ਕਾਨੂੰਨ ਬਣਾ ਕੇ ਸਾਤੋਂ ਹੀ ਜਿੱਤ ਕੇ ਚਲੇ ਜਾਂਦੇ ਨੇ। ਓਏ ਸਾਨੂੰ ਤਾਂ ਸਗੋਂ ਇਹਦਾ ਵਿਰੋਧ ਕਰਨਾ ਚਾਹੀਦਾ। ਉਸਤਾਦ ਜੀ, ਸਾਡਾ ਵਿਰੋਧ ਵੇਖਣੇ ਕੀ ਨੇ ਉਸ ਲੈਵਲ ਤੇ, ਔਕਾਤ ਹੀ ਕੀ ਹੈ ਸਾਡੇ ਇਸ ਅਖਾੜੇ ਦੀ? ਕੀ ਕਿਹਾ? ਔਕਾਤ ਦੀ ਗੱਲ ਕਰਦਾ? ਪਿਛਲੇ 10 ਸਾਲਾਂ ਤੋਂ ਕਿਹੜੇ ਅਖਾੜੇ ਦਾ ਪਹਿਲਵਾਨ ਰੁਸਤਮੇ ਹਿੰਦ ਬਣਦਾ ਆ ਰਿਹਾ? ਸਰਕਾਰ ਨੇ ਕਿਹੜੇ ਅਖਾੜੇ ਦੇ ਪਹਿਲਵਾਨ ਨੂੰ ਅਰਜੁਨ ਅਵਾਰਡ ਨਾਲ ਸਨਮਾਨਿਆ? ਇਸ ਅਖਾੜੇ ਦੇ ਖਪਾਤਾਰ ਅੱਜ ਤੋਂ ਬਾਅਦ ਇਸ ਅਖਾੜੇ ਦੀ ਸ਼ਾਨ ਦੇ ਖਿਲਾਫ ਇਹੋ ਜਿਹੇ ਸ਼ਬਦਾਂ ਦੀ ਵਰਤੋਂ ਕੀਤੀ। ਆਪਾਂ ਬਹਿਸ ਕਿਉਂ ਕਰ ਰਹੇ ਹਾਂ? ਇਹਦੇ ਚ ਗੱਲ ਕੀ ਹੈ ਪਹਿਲਾਂ? ਹੈ ਹੁਣ ਸਮਾਨ ਆ ਹੀ ਗਿਆ ਹੈ ਤਾਂ ਉਤਰ ਲੈਣ ਦਿਓ। ਚਲੋ ਫਰਸ਼ ਨਾ ਸਹੀ, ਦੋ ਗੁਸਲਖਾਨੇ ਬਣਾ ਲੈਂਦੇ, ਮੁੰਡਿਆਂ ਲਈ ਠੰਡੇ ਤੱਤੇ ਪਾਣੀ ਦੀ ਸਹੂਲਤ ਹੋ ਜੂ। ਹੁਣ ਬਣਾਉਣੇ ਕਿੱਥੇ ਹੈ ਭਾਈ, ਇਹ ਤੁਸੀਂ ਦੋਵੇਂ ਫੈਸਲਾ ਕਰਕੇ ਦੱਸੋ। ਸਾਡੇ ਲਈ ਤਾਂ ਤੁਸੀਂ ਦੋਵੇਂ ਬਰਾਬਰ ਦੇ ਮਾਲਕ ਹੋ। ਮੈਂ ਤਾਂ ਮਾਲਕ ਸਮਝ ਕੇ ਕਰੀ ਜਾ ਰਿਹਾ, ਪੱਲਿਓ ਖਰਚ ਕਰਦਾ ਤਾਂ ਕਿ ਅਖਾੜੇ ਦਾ ਕੁਛ ਬਣ ਜਾਏ। ਬੰਦਾ ਆਪ ਨਾ ਕੁਝ ਕਰਨ ਜੋਗਾ ਹੋਵੇ ਤਾਂ ਕਿਸੇ ਕਰਨ ਵਾਲੇ ਦੇ ਨਾਲ ਤਾਂ ਤੁਰ ਪਏ। ਤੁਰਨਗੇ ਪਤੀਜ, ਸਾਰੇ ਨਾਲ ਤੁਰਨਗੇ, ਪਰ ਪਹਿਲਾਂ ਤੂੰ ਤਾਂ ਮੇਰੇ ਨਾਲ ਤੁਰ। ਚੱਲ ਚੱਲ। ਮਦਨ ਲਾਲ, ਇਹਨਾਂ ਦੇ ਚਾਲੇ ਮੈਨੂੰ ਕੁਝ ਠੀਕ ਨਹੀਂ ਲੱਗ ਰਹੇ। ਤੇਰੀ ਗੱਲ ਬਿਲਕੁਲ ਠੀਕ ਹੈ ਭਾ, ਇਹਨੂੰ ਤਾਂ ਕੂਣ ਦਾ ਢੰਗ ਵੀ ਨਹੀਂ ਰਿਹਾ, ਵੇਖਿਆ ਨੀ ਕਿਵੇਂ ਕੋਈ ਜਾਂਦਾ ਸੀਗਾ ਇਹ। ਮੈਂ ਤਾਂ ਸੋਚਿਆ ਸੀ ਕੁਝ ਮਦਦ ਕਰੂਗਾ, ਪਰ ਇਹ ਤਾਂ ਹਮੇਸ਼ਾ ਮੇਰੇ ਦਿਮਾਗ ਤੇ ਬੋਝ ਪਾਈ ਰੱਖਦਾ ਹੈ। ਕੁਝ ਸਮੇਂ ਤੋਂ ਮੈਂ ਵੇਖ ਰਿਹਾ ਕਿ ਮੁੰਡਿਆਂ ਵਿੱਚ ਵੀ ਉਹ ਪਹਿਲਾਂ ਵਾਲਾ ਸਿਰੜੀ ਪਨ ਨਹੀਂ ਰਿਹਾ। ਆਪਾਂ ਨੂੰ ਛੇਤੀ ਕੋਈ ਫੈਸਲਾ ਲੈਣਾ ਪੈਣਾ ਹੈ ਮਦਨ ਲਾਲ। ਲੈ ਲਈ ਫੈਸਲਾ ਵੀ ਲੈ ਲਈ ਪਤੀਜ, ਪਰ ਹਰੇਕ ਕੰਮ ਦਾ ਇੱਕ ਤਰੀਕਾ। ਇਹ ਗੱਲ ਤਾਂ ਸਾਫ ਹੈ ਨਾ ਕਿ ਅਸੀਂ ਇਸ ਅਖਾੜੇ ਦੀ ਜ਼ਮੀਨ ਨੂੰ ਛੱਡਣਾ ਨਹੀਂ? ਇਹਦੇ ਵਿੱਚ ਕੀ ਸ਼ੱਕ ਹੈ? ਸਾਡੇ ਬਿਜ਼ਨਸ ਦਾ ਸਾਰਾ ਦਾਰੋ ਮਦਾਰ ਇਸ ਅਖਾੜੇ ਦੇ ਨਾਂ ਨਾਲ ਹੀ ਤਾਂ ਜੁੜਿਆ ਹੋਇਆ ਹੈ। ਫਿਰ ਤਾਂ ਦੋਹੀ ਰਸਤੇ ਰਹਿ ਜਾਂਦੇ, ਜਾਂ ਤਾਂ ਚੁੱਪ ਬੱਟ ਕੇ ਆਪ ਪਾਸੇ ਹਟ ਜਾਓ,
या फिर अगले नूं पासे हटा दियो। की मतलब? चाचा बगैर सिंह दी सियासत है एहो कहंदी है कि जे हालात अपने हाथ विच नहीं है ता सिर सुट के सुनते रहो या फिर अपनी पोजीशन मजबूत बना सुनन दी बजाए कहण दी स्थिति विच आ। चाचा तू बड़ी कुत्ती चीज है। हुण चल के मुंडियां दी पहली क्लास भी तू ही लेगा। ਸਸਰੀਕਾਲ ਜੀ। ਪੈਰੀ ਪੈਣੇ ਸ਼ਾਬਾਸ਼। ਪੈਰੀ ਪੈਣੇ ਆ ਜੀ। ਪੈਰੀ ਪੈਣੇ ਕੀ ਹੁੰਦਾ ਰਹਿ ਮੱਥਾ ਟੇਕਦਾ ਉਸਤਾਦ ਜੀ। ਉਸਤਾਦ ਜੀ ਪੈਰੀ ਪੈਣੇ। ਅੱਛਾ ਉਸਤਾਦ ਜੀ ਇਜਾਜ਼ਤ ਦਿਓ। ਹੋਰ ਕੀ ਬਤੇਰਾ ਮਿੱਟੀ ਚ ਮਿੱਟੀ ਹੋ ਲੇ। ਹੁਣ ਜਾ ਕੇ ਕਰ ਦਿੰਦੇ ਆ ਰੋਟੀਆਂ ਪਾੜੋ ਤੜਕੇ ਫੇਰ ਆ ਜਾਇਓ ਮੂੰਹ ਚੱਕ ਕੇ। ਚਾਚਾ ਆ ਕੀ ਗੱਲ ਹੋਈ ਭਲਾ। ਹੋਰ ਕੀ ਇੱਥੇ ਹਿੰਦੁਸਤਾਨ ਚ ਹੈ ਕੀ ਕੁਸ਼ਤੀਆਂ ਚ? ਇਹ ਕੋਈ ਅਮਰੀਕਾ ਕੈਨੇਡਾ ਤਾਂ ਹੈ ਨੀ। ਉੱਥੇ ਕੀ ਹੁੰਦਾ ਚਾਚਾ? ਦੇਖੋ ਜੀ ਹੁਣ ਤੁਸੀਂ ਗੱਲ ਛੇੜੀ ਹੈ ਤਾਂ ਸੁਣ ਲਓ ਧਿਆਨ ਨਾਲ। ਆ ਜਾਓ ਬਹਿ ਜਾਓ। ਦੇਖੋ ਭਲਵਾਨੋ ਉੱਥੇ ਏਦਾਂ ਮਿੱਟੀ ਚ ਜਾਨ ਨਹੀਂ ਮਾਰਨੀ ਪੈਂਦੀ। ਉੱਥੇ ਤਾਂ ਵੱਡੇ ਵੱਡੇ ਏਅਰ ਕੰਡੀਸ਼ਨ ਅਖਾੜੇ ਸਾਫ ਸੁਥਰੇ ਗੱਦਿਆਂ ਤੇ ਕੁਸ਼ਤੀਆਂ ਨਾਲ ਠੰਡੇ ਥੱਤੇ ਪਾਣੀ ਦੇ ਫਵਾਰੇ ਸਰੀਰ ਨੂੰ ਭਾਫਾ ਦੇਣ ਵਾਲੀਆਂ ਮਸ਼ੀਨਾਂ ਏਦਾਂ ਦੇ ਵੀ ਖਾੜੇ ਹੁੰਦੇ ਆ। ਉੱਥੇ ਦੇ ਭਲਵਾਨ ਵੱਡੀਆਂ ਵੱਡੀਆਂ ਕਾਰਾਂ ਚ ਆਉਂਦੇ ਆ। ਡਰਾਈਵਰ ਅੱਡ ਰੱਖੇ ਹੋਏ ਅੱਗੇ ਪਿੱਛੇ ਬਾਡੀਗਾਰਡ ਤੁਰੇ ਫਿਰਦੇ। ਆ ਹੋਈ ਨਾ ਗੱਲ। ਵੱਡੇ ਵੱਡੇ ਮਹਿਲਾਂ ਵਰਗੇ ਘਰ ਉਹਨਾਂ ਦੇ ਸੋਨੇ ਦੇ ਹਾਰ ਪਾਏ ਹੋਏ ਸੋਨੇ ਦੀਆਂ ਘੜੀਆਂ ਜੇਬਾਂ ਡਾਲਰਾਂ ਨਾਲ ਬੂਥੀਆਂ ਹੋਈਆਂ। ਭਾਈ ਉਹਦਾ ਐਕਟਰਾਂ ਵਾਂਗ ਸਹਿਨ ਦਿੰਦੇ ਐ। ਚਾਚਾ ਸਾਡੇ ਬਾਰੇ ਵੀ ਕੁਝ ਸੋਚੋ। ਆ ਬੈਠਾ ਹੈ ਸੋਚਣ ਵਾਲਾ ਤਾਂ। ਇਹਦੇ ਲੜ ਲੱਗੇ ਹੋ ਸਭ ਕੁਛ ਬਣ ਜੂ। ਉੱਥੇ ਕੀ ਨਹੀਂ ਸੀ ਇਹਦੇ ਕੋਲ? ਉੱਥੋਂ ਇੱਥੇ ਆਇਆ ਕੁਛ ਸੋਚ ਕੇ ਹੀ ਆਇਆ ਹੋਣਾ। ਹੁਣ ਤੁਸੀਂ ਇਹਦਾ ਸਾਥ ਨਾ ਛੱਡਿਓ। ਦੇਖਿਓ ਕਿੱਥੇ ਤੋਂ ਕਿੱਥੇ ਪਹੁੰਚਾਉਂਦਾ ਇਹ ਤੁਹਾਨੂੰ। ਉਸਤਾਦ ਜੀ ਤੁਸੀਂ ਹੁਕਮ ਤਾਂ ਕਰੋ, ਸਾਡੀ ਜਾਨ ਵੀ ਹਾਜ਼ਰ ਹੈ। ਓਏ ਸ਼ਾਬਾਸ਼ ਤੇਰੇ ਜਵਾਨਾ ਸ਼ਾਬਾਸ਼ ਮੰਨ ਗਏ ਤੈਨੂੰ। ਬਸ ਭਰੋਸਾ ਰੱਖੋ ਹਨੇਰਾ ਬਹੁਤ ਜ਼ਿਆਦਾ ਹੋ ਗਿਆ। ਹੁਣ ਚਲੋ ਆਪਣੇ ਆਪਣੇ ਘਰ। ਚਲੋ ਜਵਾਨੋ ਸ਼ਾਬਾਸ਼ ਮੁੰਡਿਓ। ਓਏ ਵਾਹ ਬਈ ਵਾਹ। ਚਲੋ ਬਈ ਚਲੋ। ਚਾਚਾ ਬੰਦੇ ਨੂੰ ਤਾਂ ਤੂੰ ਖਰੀਦ ਹੀ ਲੈਣਾ ਇੱਕੇ ਵਾਰੀ। ਹੁਣ ਦੱਸ ਹੁਣ ਤਾਂ ਐਕਸ਼ਨ ਦਾ ਟਾਈਮ ਆ ਗਿਆ ਕਿ ਨਹੀਂ? ਨਾ ਪਤੀਜ ਨਾ। ਫੇਰ ਉਹੀ ਕਾਣੀ, ਹਾਲੇ ਤਾਂ ਆਪਾਂ ਬਹੁਤ ਕੁਛ ਕਰਨਾ ਹੈ। ਸਤਿ ਸ੍ਰੀ ਅਕਾਲ ਭਲਵਾਨ ਜੀ, ਅੱਜ ਇੱਧਰ ਕਿਵੇਂ? ਥੋੜੀ ਸੇਵਾ ਸੀ, ਸੋਚਿਆ ਜਾ ਕੇ ਆਪਣੇ ਹੱਥੀ ਕਰਾਈਏ। ਨਾਲੇ ਇਸ ਬਹਾਨੇ ਤੁਹਾਡੇ ਦਰਸ਼ਨ ਹੋ ਜਾਣਗੇ। ਆਓ ਬੈਠੋ। ਖੜੇ ਕਿਉਂ? ਬਹਿ ਕੇ ਗੱਲ ਕਰਦੇ ਆ। ਇਹ ਥੋੜੀ ਜਿਹੀ ਤਿਲ ਫੁੱਲ ਜੇ ਨੇ ਗੁਰਦੁਆਰਾ ਸਾਹਿਬ ਦੇ ਹਾਲ ਦੇ ਵਿੱਚ ਪੱਖੇ ਛੱਕੇ ਲਵਾ ਲਿਆ ਯਾਰ, ਜਿੱਥੇ ਤੁਸੀਂ ਮੁਨਾਸਿਬ ਸਮਝੋ। ਬੜੀ ਚੰਗੀ ਗੱਲ ਹੈ ਭਲਵਾਨ ਜੀ, ਪਰ ਇਹ ਕੰਮ ਜੇ ਤੁਸੀਂ ਆਪਣੇ ਹੱਥੀ ਕਰਦੇ ਤਾਂ ਹੋਰ ਵੀ ਸ਼ੋਭਾ ਵਾਲੀ ਗੱਲ ਹੋਣੀ ਸੀ।
ਦਾਨ ਤਾਂ ਕਹਿੰਦੇ ਇੱਕ ਹੱਥ ਦੇਵੇ ਤਾਂ ਦੂਜੇ ਨੂੰ ਖਬਰ ਨਹੀਂ ਹੋਣੀ ਚਾਹੀਦੀ, ਨਾਲੇ ਆਪਾਂ ਕਿਸੇ ਤੋਂ ਵਾਹ ਵਾਹ ਲੈਣੀ ਹੈ। ਦੇਖੋ ਜੀ ਤੁਸੀਂ ਮੋਤਬਰ ਬੰਦੇ ਹੋ, ਅਸੀਂ ਤਾਂ ਬਸ ਤੁਹਾਨੂੰ ਫੜਾ ਜਾਇਆ ਕਰਨੇ। ਨਾਲੇ ਪਿੰਡ ਦੇ ਲੋਕਾਂ ਨੂੰ ਦਿਸੇ ਤਾਂ ਸਹੀ ਬਈ ਸਰਪੰਚ ਸਾਹਿਬ ਦੀ ਦੇਖ ਰੇਖ ਵਿੱਚ ਕਿੰਨਾ ਕੰਮ ਹੋ ਰਿਹਾ। ਪਿੰਡ ਦੇ ਭਲੇ ਵਾਸਤੇ ਤਾਂ ਲੋਕਲ ਬੰਦੇ ਇਹਨਾਂ ਨਹੀਂ ਸੋਚਦੇ ਜਿਨ੍ਹਾਂ ਤੁਸੀਂ ਬਾਹਰੋਂ ਆ ਕੇ ਕਰੀ ਜਾਂਦੇ। ਦੇਖੋ ਜੀ ਅਸੀਂ ਤਾਂ ਹਰੇਕ ਦਾ ਫਾਇਦਾ ਸੋਚੀਦਾ ਹੈ। ਉਹ ਕੀ ਕਹਿੰਦੇ ਹੁੰਦੇ ਆ, ਹੈ ਕੀ ਕਹਿੰਦੇ ਭਤੀਜ? ਹਾਂ ਸਰ ਬਾਤ ਤਾਂ ਪਹਿਲਾਂ ਸਰਪੰਚ ਸਾਹਿਬ ਉਹ ਅੱਡੇ ਤੇ ਦੋ ਦੁਕਾਨਾਂ ਖਾਲੀ ਪਈਆਂ ਨੇ, ਪਤਾ ਲੱਗਿਆ ਉਹ ਤੁਹਾਡੀਆਂ ਹੀ ਨੇ। ਹਾਂ ਜੀ ਵਿਹਲੀਆਂ ਪਈਆਂ ਨੇ, ਬਸ ਪੈਸੇ ਫਸਾ ਕੇ ਬਹਿ ਗਏ ਆ। ਇੰਡੀਅਨ ਬੈਂਕ ਦੇ GM ਸਾਹਿਬ ਆਪਣੇ ਵਾਕਫ ਨੇ, ਜੇ ਤੁਸੀਂ ਠੀਕ ਸਮਝੋ ਤਾਂ ਉੱਥੇ ਬੈਂਕ ਨਾ ਖੁਲਵਾ ਦੇਈਏ, ਪਿੰਡ ਦੀ ਵੀ ਤਰੱਕੀ ਹੋ ਜਾਏਗੀ, ਨਾਲੇ ਕਿਰਾਏ ਵਜੋਂ 8-10 ਹਜ਼ਾਰ ਰੁਪਇਆ ਤੁਹਾਡਾ ਖਰਾ ਹੋ ਜਾਏਗਾ। ਨਾਲੇ ਪੁੰਨ ਨਾਲੇ ਫਲੀਆਂ, ਇਹਦੇ ਵਰਗੀ ਤਾਂ ਗੱਲ ਹੀ ਕੀ ਹੋ ਸਕਦੀ ਹੈ। ਵਾਹ ਜੀ ਵਾਹ। ਉਹ ਸੁਰਜੀਤ ਕੁਰੇ ਉਹ ਚਾਹ ਦੁੱਧ ਭੇਜੋ ਇੱਧਰ। ਨਹੀਂ ਨਹੀਂ ਅੱਜ ਨਹੀਂ, ਅੱਜ ਅਸੀਂ DSP ਸਾਹਿਬ ਨੂੰ ਮਿਲਣ ਚੱਲੇ ਹਾਂ, ਮਿੱਤਰ ਨੇ ਆਪਣੇ। ਪੁਲਿਸ ਨਾਲ ਕਦੇ ਵੀ ਕੋਈ ਕੰਮ ਹੋਵੇ ਦੱਸਿਆ ਕਿਸੇ ਵੀ ਤਰ੍ਹਾਂ ਦਾ? ਪਰ ਤਾਂ ਕੋਈ ਗੱਲ ਨੀ ਬਣੀ, ਬਿਨਾਂ ਚਾਹ ਪਾਣੀ ਬੈਠਾਂਗੇ ਕਿਸੇ ਦਿਨ। ਹੁਣ ਤੁਸੀਂ ਆਇਆ ਸਾਡੇ ਘਰੇ ਟਾਈਮ ਟੂਮ ਕੱਢ ਕੇ? ਜ਼ਰੂਰ ਕਿਉਂ ਨੀ, ਪਰ ਉਹ ਬੈਂਕ ਵਾਲੀ ਗੱਲ ਜਰਾ ਧਿਆਨ ਚ ਰੱਖਿਓ। ਜ਼ਰੂਰ, ਉਹ ਤਾਂ ਸਮਝੋ ਤੁਹਾਡਾ ਕੰਮ ਹੋ ਗਿਆ। ਅੱਛਾ ਜੀ ਸਰਪੰਚ ਸਾਹਿਬ ਛੁੱਟੀ ਦਿਓ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ। ਸਾਡੇ ਕਾਲਜ ਦੇ ਸਾਲਾਨਾ ਫੰਕਸ਼ਨ ਵਿੱਚ ਮੈਂ ਖਾਲਸਾ ਕਾਲਜ ਮਾਹਲਪੁਰ ਦੇ ਮੈਨੇਜਮੈਂਟ ਕਮੇਟੀ, ਸਟਾਫ ਅਤੇ ਵਿਦਿਆਰਥੀਆਂ ਵੱਲੋਂ ਆਏ ਹੋਏ ਪਤਵੰਤੇ ਸੱਜਣਾਂ ਨੂੰ ਜੀ ਆਇਆਂ ਆਖਦਾ। ਮੇਰੇ ਸਾਹਮਣੇ ਕਾਲਜ ਦਾ ਸਰਵੋਤਮ ਖਿਡਾਰੀ ਪਰਮਿੰਦਰ ਸਿੰਘ ਬੈਠਾ ਹੈ, ਜਿਸ ਨੇ ਇਸ ਸਾਲ ਖੇਡ ਮੁਕਾਬਲਿਆਂ ਵਿੱਚ ਕਾਲਜ ਦਾ ਨਾਮ ਰੋਸ਼ਨ ਕੀਤਾ। ਮੈਂ ਬੜੇ ਮਾਣ ਨਾਲ ਉਹਦੇ ਪਰਿਵਾਰ ਦਾ ਸਵਾਗਤ ਅਤੇ ਧੰਨਵਾਦ ਕਰਦਾ ਹਾਂ। ਤੇ ਲਓ ਹੁਣ ਪੇਸ਼ ਹੈ ਵਿਦਿਆਰਥੀਆਂ ਵੱਲੋਂ ਤਿਆਰ ਕੀਤਾ ਰੰਗਾ ਰੰਗ ਪ੍ਰੋਗਰਾਮ, ਜਿਸ ਦਾ ਵਿਦਿਆਰਥੀਆਂ ਨੇ ਨਾਮ ਰੱਖਿਆ ਹੈ ਪਹਿਲਾ ਪੌਂਦਾ ਪੰਜਾਬ। Yeah.
and the jungle is tight. I'm getting wicked and mad, understand me, man. ਕਿਹੜੀ ਛੋਟੀ ਕੁੜੀ ਸੀ ਉਹਦੀ ਪਰਫਾਰਮੈਂਸ ਕਮਾਲ ਸੀ ਉਹ ਡਾਂਸ ਗਰੁੱਪ ਪ੍ਰੋਫੈਸ਼ਨਲ ਸੀ ਨਹੀਂ ਪਾਪਾ ਸਟੂਡੈਂਟ ਹੀ ਸੀ ਅੱਛਾ ਅੱਛਾ ਪਰਮਿੰਦਰ ਇਹ ਮੇਰੇ ਪਾਪਾ ਤੇ ਪਾਪਾ ਇਹ ਪਰਮਿੰਦਰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਵੈਲ ਡਨ ਮਾਈ ਬੋਏ ਕੀਪ ਇਟ ਅਪ ਜੀ ਇਹ ਤੁਹਾਡੇ ਇਹ ਮੇਰੇ ਬਾਪੂ ਜੀ ਅੱਛਾ ਅੱਛਾ ਸਿਕੰਦਰ ਸਿੰਘ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਇਹ ਮੇਰੀ ਭੈਣ ਹੈ ਛੋਟੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹਾਈ ਰਾਨੂ ਸੋ ਕਿਊਟ ਹਾਈ ਅੰਕਲ ਆਓ ਭਾਈ ਹਾਏ ਹਾਏ ਵੱਡਿਆਂ ਨੂੰ ਸਤਿ ਸ਼੍ਰੀ ਅਕਾਲ ਬੁਲਾਈ ਦੀ ਪੁੱਤਰ ਸੌਰੀ ਅੰਕਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਪੁੱਤਰ ਕੋਈ ਗੱਲ ਨਹੀਂ ਵਾਹ ਸਰਦਾਰ ਸਿਕੰਦਰ ਸਿੰਘ ਕੀ ਸ਼ਖਸੀਅਤ ਹੈ ਨਾ ਜੀ ਨਾ ਅਸੀਂ ਤਾਂ ਬਸ ਪਿੰਡਾਂ ਦੇ ਰਹਿਣ ਵਾਲੇ ਦੇਸੀ ਜੇ ਬੰਦੇ ਆ ਤੁਸੀਂ ਕਦੇ ਸਾਡੇ ਫਾਰਮ ਹਾਊਸ ਤੇ ਚੱਕਰ ਮਾਰਿਓ ਅਸੀਂ ਤੁਹਾਨੂੰ ਆਪਣਾ ਖਾੜਾ ਵਿਖਾਵਾਂਗੇ ਤੂੰ ਵੀ ਆਈ ਧੀ ਰਾਣੀ ਏ ਤੈਨੂੰ ਦੇਖ ਕੇ ਤਾਂ ਇਵੇਂ ਲੱਗਦਾ ਤੂੰ ਕਦੇ ਪਿੰਡ ਦੀ ਸ਼ਕਲ ਦੇਖੀ ਨਹੀਂ ਹੋਣੀ ਹਾਂਜੀ ਅੰਕਲ ਮੈਂ ਜ਼ਰੂਰ ਆਵਾਂਗੀ ਤੇ ਨਾਲ ਪਾਪਾ ਨੂੰ ਵੀ ਲਿਆਵਾਂਗੀ ਲੋ ਮੈਨੂੰ ਹੁਣ ਇਹ ਲੈ ਕੇ ਆਊਗੀ ਅੱਛਾ ਅੰਕਲ ਜੀ ਚਲਦੇ ਹਾਂ ਓਕੇ ਬੇਟਾ ਬਾਏ ਪਰਵਿੰਦਰ ਬਾਏ ਸਿਮਰਨ ਬੇਟਾ ਹਾਂਜੀ ਪਾਪਾ ਇੱਕ ਗੱਲ ਪੁੱਛਾਂ ਜੀ ਤੈਨੂੰ ਯਾਦ ਆ ਆਪਾਂ ਇੱਕ ਦਿਨ ਗੱਲ ਕਰ ਰਹੇ ਸੀ ਉਹ ਪੀ ਤੋਂ ਪਰਮਿੰਦਰ ਤਾਂ ਨਹੀਂ ਬਾਬਾ ਓਕੇ ਓਕੇ ਮਾਈ ਚਾਈਲਡ ਪੀ ਤੋਂ ਬਣਾਉਂਦੇ ਆ ਫਿਰ ਪ੍ਰੋਗਰਾਮ ਪੀ ਤੋਂ ਪਿੰਡ ਜਾਣ ਦਾ ਆਜ ਚੰਗਾ ਤੁਸੀਂ ਕਰੋ ਗੱਲਾਂ ਬਾਤਾਂ ਮੈਂ ਰੋਟੀ ਪਾਣੀ ਦਾ ਦੇਖ ਲਾ ਰਾਣੋ ਪੁੱਤ ਹਾਂਜੀ ਤੂੰ ਸਿਮਰਨ ਨੂੰ ਜਰਾ ਘੁਮਾ ਲਿਆ ਲੈ ਜਾ ਮੇਰਾ ਪੁੱਤ ਜਾਓ ਮੈਡਮ ਜੀ ਆਪਾਂ ਚੱਲੀਏ ਹਾਂ ਹਾਂ ਮੇਰੇ ਵਾਸਤੇ ਨਵਾਂ ਐਕਸਪੀਰੀਅੰਸ ਹੈ ਆ ਚੱਲੀਏ ਚੰਗਾ ਭਾ ਮੈਂ ਵੀ ਚੱਲਦਾ ਮੈਂ ਜਰਾ ਖਾੜੇ ਦਾ ਗੇੜਾ ਮਾਰ ਆਵਾਂ ਹਾਂ ਹਾਂ ਠੀਕ ਚੰਗਾ ਜੀ ਅੱਛਾ ਜੀ ਅਡਵਾਲ ਸਾਹਿਬ ਪਹੁੰਚਣ ਚ ਕੋਈ ਪਰੇਸ਼ਾਨੀ ਤਾਂ ਨਹੀਂ ਹੋਈ ਜੇ ਛੋਟਾ ਜਿਹਾ ਫੋਨ ਕਰ ਦਿੰਦੇ ਤਾਂ ਪਰਮਿੰਦਰ ਜਾ ਕੇ ਲੈ ਆਉਂਦਾ ਮੈਂ ਜਾਣ ਕੇ ਨਹੀਂ ਸੀ ਦੱਸਿਆ ਤਾਂ ਕਿ ਸਿਮਰਨ ਨੂੰ ਪਿੰਡ ਦੇ ਰਹਿਣ ਸਹਿਣ ਬਾਰੇ ਕੁਝ ਪਤਾ ਲੱਗੇ
ਮੈਨੂੰ ਕਹਿੰਦੀ ਪਾਪਾ ਆਪਾਂ ਨੂੰ ਉਹਨਾਂ ਦੇ ਹਾਊਸ ਨੰਬਰ ਵਗੈਰਾ ਦਾ ਤਾਂ ਪਤਾ ਨਹੀਂ ਹੈ, ਆਪਾਂ ਪਹੁੰਚਾਂਗੇ ਕਿਵੇਂ? ਅਟਵਾਲ ਸਾਹਿਬ, ਆਪਣੇ ਹਾਊਸ ਨੰਬਰ ਦਾ ਤਾਂ ਮੈਨੂੰ ਹਾਲੇ ਤੱਕ ਨਹੀਂ ਪਤਾ ਲੱਗਿਆ, ਪਰ ਜਿਹਨੂੰ ਵੀ ਪੁੱਛੋਗੇ ਨਾ ਉਹ ਘਰ ਤੱਕ ਛੱਡ ਜਾਂਦਾ। ਨਾਲੇ ਇਹੀ ਤਾਂ ਗੱਲਾਂ ਨੇ ਜਿਹਨਾਂ ਨੂੰ ਅਸੀਂ ਆਪਣਾ ਕਲਚਰ ਕਹਿ ਕੇ ਮਾਣ ਕਰ ਸਕਦੇ ਹਾਂ। ਸਾਂਝੇ ਮਹਿਮਾਨ, ਸਾਂਝੀ ਇੱਜ਼ਤ। ਕੁੜੀਆਂ ਕਿੱਧਰ ਗਈਆਂ? ਪਿੰਡ ਵਿੱਚ ਗਈਆਂ ਹੋਣੀਆਂ, ਆਮ ਉਮਰ ਬੱਚਿਆਂ ਵਿੱਚ ਛੇਤੀ ਦੋਸਤੀ ਪੈ ਜਾਂਦੀ ਹੈ। ਜਿਵੇਂ ਬੰਦੀ ਸਿੰਘ ਜੀ ਆਓ। ਅਟਵਾਲ ਸਾਹਿਬ, ਇਹ ਜਗਦੀਸ਼ ਮੇਰਾ ਬੜਾ ਮੁੰਡਾ। ਜਗਦੀਸ਼, ਇਹ ਅਟਵਾਲ ਸਾਹਿਬ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਬੇਟਾ। ਮੈਡਮ ਜੀ, ਤੁਸੀਂ ਵੀ ਵੀਰੇ ਦੀ ਕਲਾਸ ਚ ਪੜ੍ਹਦੇ ਹੋ? ਆ ਕੀ ਮੈਡਮ ਜੀ, ਮੈਡਮ ਜੀ ਲਾਈਏ। ਮੇਰਾ ਨਾਮ ਸਿਮਰਨ ਹੈ ਤੇ ਤੂੰ ਮੈਨੂੰ ਸਿਮੀ ਕਹਿ ਸਕਦੀ ਹੈ। ਹੁਣ ਤਾਂ ਆਪਾਂ ਫਰੈਂਡਸ ਆ। ਓ ਆ ਰਿਹਾ ਵੀਰਾ, ਮੈਂ ਇੱਥੇ ਲੁਕ ਜਾਂਦੀ ਹਾਂ, ਤੁਹਾਨੂੰ ਦੱਸੀ ਨਾ, ਆਪਾਂ ਉਹਨੂੰ ਸਰਪ੍ਰਾਈਜ਼ ਦਿਆਂਗੇ। ਹਾਂ। ਤੂੰ ਇੱਥੇ ਕੀ ਕਰਦੀ ਕੁੜੀਏ? ਚੱਲ ਘਰ ਨੂੰ। ਓ ਬਾਪੂ ਜੀ, ਹਰ ਨਾਲ ਕੌਣ ਹੈ? ਸ਼ਹਿਰੋਂ ਆਏ ਨੇ ਕੋਈ, ਨਾਲ ਉਹਨਾਂ ਦੀ ਧੀ ਵੀ ਹੈ। ਕਿਤੇ ਸਿਮਰਨ ਤਾਂ ਨਹੀਂ ਮਾਰ ਗਏ? ਕਿੱਥੇ ਹੈ? ਪਹਿਚਾਨ ਕੌਣ? ਕੀ ਕਰੀ ਜਾਂਦੀ ਹੈ ਸਿਮਰਨ, ਚੱਲੀ ਹੋ ਗਈ? ਇਹ ਸ਼ਹਿਰ ਨਹੀਂ, ਪਿੰਡ ਹੈ। ਕੀ ਗੱਲ, ਕੁਝ ਗਲਤ ਹੋ ਗਿਆ ਮੇਥੋਂ? ਆ ਕਿਹੋ ਜਿਹੇ ਕੱਪੜੇ ਪਾ ਕੇ ਆਈ ਹੈ? ਕੋਈ ਢੰਗ ਦਾ ਸੂਟ ਨਹੀਂ ਸੀ ਪਾ ਕੇ ਆਉਂਦਾ? ਕਿਉਂ, ਇਹਨੂੰ ਕੀ ਹੋਇਆ? ਵੀਰ ਜੀ, ਮੈਂ ਵੀ ਇਹੋ ਜਿਹੀ ਡਰੈਸ ਪਾਉਂਗੀ। ਗਲ ਘੁੱਟ ਦੂੰਗਾ ਤੇਰਾ। ਤੁਸੀਂ ਘਰ ਚੱਲੋ, ਮੈਂ ਆਉਣਾ। ਛੇਤੀ ਆਈ, ਮੈਂ ਤੇਰੇ ਨਾਲ ਜਾ ਕੇ ਪਿੰਡ ਵੀ ਵੇਖਣਾ ਹੈ। ਆਹੋ, ਹੁਣ ਗਲੀਆਂ ਚ ਘੁਮਾਈ ਮੈਨੂੰ, ਕੋਈ ਕਸਰ ਨਾ ਰਹਿ ਜੇ। ਸੌ ਕਰੋੜ ਦੀ ਆਬਾਦੀ ਵਾਲਾ ਮੁਲਕ ਤੇ ਖੇਡਾਂ ਚ ਫਿਰ ਵੀ ਛੋਟੇ ਛੋਟੇ ਮੁਲਕਾਂ ਨਾਲੋਂ ਪਿੱਛੇ, ਇਹੀ ਤਾਂ ਹੈਰਾਨੀ ਵਾਲੀ ਗੱਲ ਹੈ। ਪਰ ਸਮਝ ਨਹੀਂ ਆਉਂਦਾ ਕਿ ਕਮੀ ਕਿੱਥੇ ਹੈ। ਪ੍ਰੋਫੈਸ਼ਨਲ ਟ੍ਰੇਨਿੰਗ ਦੀ ਕਮੀ ਹੈ, ਸਹੂਲਤਾਂ ਦੀ ਕਮੀ ਹੈ, ਖਿਡਾਰੀਆਂ ਨੂੰ ਗੇਮ ਦੇ ਨਾਲ ਨਾਲ ਰੋਟੀ ਕਮਾਉਣ ਦੀ ਚਿੰਤਾ। ਜੇ ਕੋਈ ਉੱਪਰ ਨਿਕਲ ਵੀ ਆਉਂਦਾ ਉਹਨੂੰ ਸਿਆਸਤ ਲੱਗਦੀ ਹੈ। ਇੰਨੀ ਉੱਪਰ ਦਾ ਤਾਂ ਅਜੇ ਸਾਨੂੰ ਗਿਆਨ ਨਹੀਂ ਅਟਵਾਲ ਸਾਹਿਬ, ਪਰ ਜਿੰਨੇ ਜੋਗੇ ਆ ਉਸ ਉੱਪਰ ਵਾਲੇ ਦਾ ਨਾਂ ਲੈ ਕੇ ਕਰੀ ਜਾ ਰਹੇ ਆ। ਇਸ ਤੋਂ ਅੱਗੇ ਮੈਂ ਕੁਝ ਕਰਨਾ ਚਾਹੁੰਦਾ, ਮੈਂ ਪਰਮਿੰਦਰ ਨੂੰ ਇੰਟਰਨੈਸ਼ਨਲ ਲੈਵਲ ਤੇ ਪ੍ਰਮੋਟ ਕਰਨਾ ਚਾਹੁੰਦਾ। ਸਾਡਾ ਤਾਂ ਮਕਸਦ ਹੀ ਗੇਮ ਨੂੰ ਪ੍ਰਮੋਟ ਕਰਨਾ ਹੈ। ਪਰਮਿੰਦਰ ਤੁਹਾਡਾ ਬੱਚਾ ਹੈ, ਨਾਲੇ ਅਜੇ ਤਾਂ ਗਿੱਲੀ ਮਿੱਟੀ ਹੈ, ਜਿਵੇਂ ਮਰਜ਼ੀ ਇਹ ਢਾਲ ਲਓ। ਧੰਨਵਾਦ ਭਰਾ ਜੀ, ਟਾਈਮ ਬਹੁਤ ਹੋ ਗਿਆ, ਅਸੀਂ ਵਾਪਸ ਵੀ ਜਾਣਾ। ਜ਼ਰਾ ਪਤਾ ਤਾਂ ਕਰੋ ਕੁੜੀਆਂ ਕਿੱਧਰ ਗਈਆਂ। ਮਸਾ
ਕੁੜੀਆਂ ਵੱਧ ਕੇ ਇੱਕ ਦੂਜੀ ਤੋਂ ਮਾਰਾ ਮੇਰੇ ਨਾਲ ਗੱਦਾ ਪਾਓ ਨੀ ਜਨਾਬ, ਇਹ ਵਿਦੇਸ਼ੀ ਪਹਿਲਵਾਨਾਂ ਦਾ ਕਿੱਸਾ ਕੀ ਹੈ? ਆਪਸੀ ਭਾਈਚਾਰਾ ਵਧਾਉਣ ਦੀ ਕੋਸ਼ਿਸ਼ ਹੈ। ਭਾਈਚਾਰਾ? ਪਰ ਇਹਦੇ ਵਿੱਚ ਆਪਣਾ ਕੰਮ ਕੀ ਹੈ? ਆਪਣਾ ਕੰਮ ਹੈ ਲੋਕਾਂ ਨੂੰ ਖੁਸ਼ ਕਰਨਾ ਤੇ ਆਪ ਖੁਸ਼ ਰਹਿਣਾ। ਜਗਤਾਰ ਜੀ, ਇਹ ਕੁਸ਼ਤੀ ਫੈਡਰੇਸ਼ਨ ਵੱਲੋਂ ਤਗੜੀ ਆਫਰ ਆਈ ਹੈ, ਮੋਟਾ ਪੈਸਾ ਹੈ। ਕਿਸ ਗੱਲ ਦੀ? ਉਹਨਾਂ ਦੇ ਆਪਣੇ ਇੰਟਰਸਟ ਨੇ, ਸਾਡਾ ਕੰਮ ਹੈ ਉਹਨਾਂ ਦੇ ਭਲਵਾਨ ਨੂੰ ਜਿਤਾ ਕੇ ਭੇਜਣਾ। ਜੇ ਹਾਰਨਾ ਹੀ ਹੈ ਫਿਰ ਤਾਂ ਜਿਹੜੇ ਮਰਜ਼ੀ ਭਲਵਾਨ ਨੂੰ ਲੜਾ ਦਈਏ। ਨਹੀਂ ਨਹੀਂ, ਉਹਨਾਂ ਦੀ ਇੱਕ ਸ਼ਰਤ ਵੀ ਹੈ ਕਿ ਭਲਵਾਨ ਘੱਟੋ ਘੱਟ ਰੁਸਤਮ ਹਿੰਦ ਜ਼ਰੂਰ ਹੋਣਾ ਚਾਹੀਦਾ। ਸਾਡੇ ਕੋਲ ਤਾਂ ਫਿਰ ਇੱਕੋ ਹੀ ਬੰਦਾ ਬਚਦਾ ਹੈ, ਉਹ ਹੈ ਜਗਦੀਸ਼। ਪਰ ਸੋਚਣ ਵਾਲੀ ਗੱਲ ਇਹ ਹੈ, ਉਹ ਹਾਰਨ ਲਈ ਮੰਨ ਜਾਏਗਾ? ਇਹਦੇ ਚ ਕਿਹੜੀ ਵੱਡੀ ਗੱਲ ਹੈ ਭਤੀਜ, ਆਪਾਂ ਉਹਨੂੰ ਬੁਲਾ ਕੇ ਕਹਿ ਦਿੰਦੇ। ਨਹੀਂ ਜਵਾਨ ਸਾਹਿਬ, ਪਹਿਲਾਂ ਉਸ ਦੀ ਲਿਖਤੀ ਰੂਪ ਵਿੱਚ ਹਾਂ ਕਰਾ ਕੇ ਪਬਲਿਸਿਟੀ ਕਰਵਾਓ। ਅਸਲੀ ਗੱਲ ਦਾ ਪ੍ਰੈਸ਼ਰ ਤਾਂ ਮੌਕੇ ਸਿਰ ਹੀ ਪਾਵਾਂਗੇ। ਲਓ ਵੀ ਪਿਆਰੇ ਸੱਜਣੋ, ਅੱਜ ਬਹੁਤ ਹੀ ਵੱਡੀ ਕੁਸ਼ਤੀ ਹੋਣ ਜਾ ਰਹੀ ਹੈ, ਜਿਹਦੇ ਵਿੱਚ 10 ਸਾਲਾਂ ਤੋਂ ਰੁਸਤਮੇ ਹਿੰਦ ਦਾ ਖਿਤਾਬ ਜਿੱਤਣ ਵਾਲੇ ਜਗਦੀਸ਼ ਭੋਲਾ ਤੇ ਰੁਸਤਮ ਪਹਿਲਵਾਨ ਅਲੀ ਵਿਚਕਾਰ ਇਹ ਕੁਸ਼ਤੀ ਹੋਣ ਜਾ ਰਹੀ ਹੈ। ਆਹ ਦੇਖੋ ਕਿਵੇਂ ਖਚਾ ਖਚ ਭਰਿਆ ਪੰਡਾਲ, ਇਹ ਕੁਸ਼ਤੀ ਨੂੰ ਦੇਖਦੇ ਆ ਸਾਰੇ। ਕਦੇ ਹਾਰਨ ਵਾਸਤੇ ਵੀ ਅਖਾੜੇ ਵਿੱਚ ਉਤਰਿਆ? ਨਾ ਬਈ, ਇਹ ਤੇ ਸਰਾਸਰ ਧੋਖਾ ਹੈ ਲੋਕਾਂ ਨਾਲ ਖੇਡ ਨਾਲ ਤੇ ਆਪਣੀਆਂ ਤਰ੍ਹਾਂ। ਤੂੰ ਬਸ ਸੱਚੇ ਪਾਤਸ਼ਾਹ ਦਾ ਨਾਂ ਲੈ ਕੇ ਅਖਾੜੇ ਚੁੱਕ, ਇਮਾਨਦਾਰੀ ਨਾਲ ਧੋ, ਬਾਕੀ ਉਸ ਤੇ ਛੱਡ। ਚੱਲ ਮੇਰਾ ਸ਼ਹਿਰ ਆਪ ਜੀਓ।
ਕਰ ਗਿਆ ਨਾ ਉਹੀ ਕਾਰਾ। ਮੇਰੀ ਸਾਰੀ ਬਣੀ ਬਣਾਈ ਮਿੱਟੀ ਚ ਮਿਲਾ ਕੇ ਰੱਖ ਦਿੱਤੀ, ਮੇਰਾ ਰੁਤਬਾ, ਮੇਰੀ ਪੋਜੀਸ਼ਨ, ਮੇਰੇ ਕੰਟਰੈਕਟਸ। ਕੋਈ ਗੱਲ ਨਹੀਂ ਜਨਾਬ, ਕੋਈ ਗੱਲ ਨਹੀਂ। ਜਾਏਗਾ ਕਿੱਥੇ? ਪਾਣੀ ਤਾਂ ਆਖਰ ਹੈ ਨਾ, ਪੁਲਾਂ ਦੇ ਥੱਲੇ ਹੀ ਨਿਕਲਣਾ ਹੈ। ਮੈਂ ਤਾਂ ਸੋਚ ਵੀ ਨਹੀਂ ਸਕਦਾ ਸੀ ਕਿ ਜਗਦੀਸ਼। ਮੈਂ ਜਗਦੀਸ਼ ਦੀ ਨਹੀਂ, ਤੁਹਾਡੀ ਸਾਰਿਆਂ ਦੀ ਗੱਲ ਕਰ ਰਿਹਾ। ਆਪਣੇ ਅਖਾੜੇ ਦੇ ਇੱਕ ਮੁੰਡੇ ਨੂੰ ਨਹੀਂ ਸੰਭਾਲ ਸਕੇ ਤੁਸੀਂ? ਲਾਹਨਤ ਹੈ ਤੁਹਾਡੇ ਤੇ ਡੀਐਸਪੀ। ਤੂੰ ਕੁਝ ਜ਼ਿਆਦਾ ਹੀ ਨਹੀਂ ਬੋਲ ਰਿਹਾ ਡੀਐਸਪੀ? ਮਤਹਿਤ ਤਾਂ ਉਹ ਤੇਰੀ ਹੈ ਨਾ, ਪਰ ਇਹ ਤਾਂ ਰਵਾਇਤ ਹੈ ਤੁਹਾਡੇ ਮਹਿਕਮੇ ਦੀ। ਜੇ ਚੰਗਾ ਹੋ ਜਾਏ ਤਾਂ ਤੁਸੀਂ ਕੀਤਾ, ਤੇ ਜੇ ਮਾੜਾ ਹੋ ਜਾਏ ਕਿਸੇ ਹੋਰ ਸਿਰ ਪਾ ਦੇ। ਆਪਸ ਵਿੱਚ ਬਹਿਸ ਕਰਕੇ ਕੁਛ ਨਹੀਂ ਮਿਲਣਾ ਪਤੀਜ, ਕੁਛ ਨਹੀਂ, ਅੱਗੇ ਦੀ ਸੋਚੋ। ਇਹ ਪਹਿਲਵਾਨ ਜਗਦੀਸ਼ ਨਹੀਂ, ਪਹਿਲਵਾਨ ਜਗਦੀਸ਼ ਨਹੀਂ, ਇੰਸਪੈਕਟਰ ਜਗਦੀਸ਼। ਹੁਣ ਤਾਂ ਮੈਂ ਦੇਖੂਗਾ। ਇੰਸਪੈਕਟਰ ਨੇ ਡੀਐਸਪੀ ਤਾਂ ਹਜੇ ਦੇਖਿਆ ਹੀ ਨਹੀਂ। ਤੇਰੀ ਨੌਕਰੀ ਕਰਨ ਦੀ ਸਲਾਹ ਹੈ ਕਿ ਨਹੀਂ? ਕਰਨੀ ਜਨਾਬ, ਕਿਉਂ ਨਹੀਂ ਕਰਨੀ? ਫਿਰ ਬੰਦਾ ਬਣ ਕੇ ਰਹਿ, ਤਨਖਾਹ ਤੈਨੂੰ ਸਾਰਾ ਮਹੀਨਾ ਸਰਕਾਰ ਦਾ ਜਵਾਈ ਬਣ ਕੇ ਘਰੇ ਵਿਹਲੇ ਬਹਿਣ ਦੀ ਨਹੀਂ ਮਿਲਦੀ, ਨੌਕਰੀ ਤੇਰਾ ਪਿਓ ਕਰੂ। ਪਰ ਮੈਂ ਤਾਂ ਜਨਾਬ ਸਪੋਰਟਸ ਕੋਟੇ ਚ ਹਾਂ। ਇਹ ਕੋਟੇ ਦਾ ਮੈਨੂੰ ਨੀ ਪਤਾ। ਸਵੇਰੇ 9 ਵਜੇ ਤੋਂ ਲੈ ਕੇ ਸ਼ਾਮੀ 5 ਵਜੇ ਤੱਕ ਤੇਰੀ ਹਾਜ਼ਰੀ ਚਾਹੀਦੀ ਮੈਨੂੰ ਇੱਥੇ, ਸਮਝ ਗਿਆ? ਸਭ ਸਮਝ ਰਿਹਾ ਜਨਾਬ, ਇਹ ਸਭ ਕਿਉਂ ਹੋ ਰਿਹਾ ਤੇ ਕੌਣ ਕਰ ਰਿਹਾ? ਮੇਰੇ ਵੱਲੋਂ ਵੀ ਕਹਿ ਦਿਓ ਉਹਨੂੰ, ਮਹਿਕਮੇ ਚ ਅਰਜਨ ਅਵਾਰਡੀ ਤੇ ਰੁਸਤਮੇ ਹਿੰਦ, ਮੈਂ ਕੱਲਾ ਹੀ ਹਾਂ। ਐਸਪੀ ਤੇ ਡੀਐਸਪੀ ਬਥੇਰੇ ਫਿਰਦੇ ਨੇ। ਇਸ ਬਕਵਾਸ ਬਾਜ਼ੀ ਦਾ ਅੰਜਾਮ ਜਾਣਦਾ ਹੈ ਤੂੰ ਚੰਗੀ ਤਰ੍ਹਾਂ? ਮਹਿਕਮਾ ਮੇਰੀ ਨੌਕਰੀ ਖੋ ਸਕਦਾ ਹੈ, ਮੁਕੱਦਰ ਨਹੀਂ। ਮੈਂ ਜਾ ਰਿਹਾ। ਜਾ ਰਿਹਾ ਨਹੀਂ, ਤੂੰ ਤੇ ਗਿਆ, ਆਪਣਾ ਫਰਲਾ ਤਾਂ ਲੈ ਜਾ। ਇਹ ਕੀ ਹੈ? ਤੇਰਾ ਸਸਪੈਂਸ਼ਨ ਲੈਟਰ, ਇਹਨੂੰ ਸ਼ੀਸ਼ੇ ਜੜਾ ਕੇ ਲਾਈ ਆਪਦੇ ਅਖਾੜੇ ਚ। ਬਾਪੂ ਜੀ ਸਮਝ ਨਹੀਂ ਆਉਂਦੀ, ਬਿਨਾਂ ਕਿਸੇ ਕਾਰਨ ਮੈਨੂੰ ਸਸਪੈਂਡ ਕਰ ਦਿੱਤਾ। ਕੋਈ ਗੱਲ ਨਹੀਂ ਪੁੱਤਰਾ, ਹਿੰਮਤ ਨਹੀਂ ਹਾਰੀ ਦੀ। ਜੇ ਬੰਦਿਆਂ ਦੇ ਹੱਥ 'ਚ ਸਭ ਕੁਝ ਆ ਜਾਏ ਤਾਂ ਦੁਨੀਆ 2 ਦਿਨ ਨਾ ਚੱਲੇ। ਰੱਬ ਤੇ ਭਰੋਸਾ ਰੱਖ, ਸਭ ਠੀਕ ਹੋ ਜਾਊਗਾ। ਚਲੋ ਜੀ, ਮੰਨ ਲੈਂਦੇ ਹਾਂ ਕਿ ਸਿਕੰਦਰ ਸਿੰਘ ਚੰਗਾ ਬੰਦਾ ਹੈ, ਪਰ ਜੇ ਚੰਗਾ ਬੰਦਾ ਦੁਸ਼ਮਣਾਂ ਨਾਲ ਰਲ ਜੇ ਤਾਂ ਕੀ ਉਹਦੀ ਚੰਗਿਆਈ ਨੂੰ ਆਪਾਂ ਰਗੜ ਕੇ ਫੋੜੇ ਤੇ ਲਾਣਾ ਹੈ? ਕਿਹੜੇ ਦੁਸ਼ਮਣਾਂ ਦੀ ਗੱਲ ਕਰਦੇ ਹੋ? ਉਹੀ ਮੇਹਰ ਸਿੰਘ ਹੋਣੇ, ਤੁਹਾਡਾ ਵਿਰੋਧੀ ਧੜਾ। ਸਿਕੰਦਰ ਸਿੰਘ ਅੱਜ ਕੱਲ ਉਹਨਾਂ ਦੇ ਹੱਥੇ ਚੜਿਆ ਹੋਇਆ ਹੈ। ਅੱਛਾ, ਹਾਂ, ਤੇ ਇੱਧਰ ਜਗਤਾਰ ਸਿੰਘ ਤੁਹਾਡਾ ਅਜ਼ੀਜ਼, ਕੀ ਕੁਛ ਨਹੀਂ ਕੀਤਾ ਉਹਨੇ ਤੁਹਾਡੇ ਵਾਸਤੇ? ਗੁਰਦੁਆਰੇ ਵਾਸਤੇ ਕੂਲਰ, ਪੰਚਾਇਤ ਘਰ ਵਾਸਤੇ ਫਰਨੀਚਰ, ਸਕੂਲ ਵਾਸਤੇ ਕੰਪਿਊਟਰ, ਸਾਰੇ ਪਿੰਡ ਵਿੱਚ ਵਾਹ ਵਾਹ ਹੋ ਰਹੀ ਹੈ ਤੁਹਾਡੀ। ਇਹ ਤਾਂ ਹੈ, ਕੰਮ ਤਾਂ ਬਹੁਤ ਹੋ ਰਿਹਾ। ਤਾਂਹੀਓ ਤਾਂ ਦੁਸ਼ਮਣਾਂ ਦੀ ਨੀਂਦ ਉੜੀ ਪਈ ਹੈ। ਉਹ ਜਾਣਦੇ ਕਿ ਜੇ ਇਸੇ ਤਰ੍ਹਾਂ ਪਿੰਡ ਵਿੱਚ ਕੰਮ ਹੁੰਦੇ ਰਹੇ ਤਾਂ ਅਗਲੀ ਵਾਰੀ ਦੀ ਸਰਪੰਚੀ ਤੁਹਾਡੀ ਪੱਕੀ। ਤਾਂ ਇਹ ਅਗਲੇ ਇਲੈਕਸ਼ਨ ਦੀ ਮੋਰਚਾਬੰਦੀ ਹੋਈ ਹੈ। ਹੋਰ ਕੀ, ਤੁਹਾਨੂੰ ਤੇ ਜਗਤਾਰ ਸਿੰਘ ਨੂੰ ਅੱਡ ਅੱਡ ਕਰਨ ਦੀ ਸਾਜਿਸ਼ ਹੈ।
ਦੇਖੋ ਜੀ, ਮਾਮਲਾ ਹੁਣ ਅਖਾੜੇ ਤੇ ਕਬਜ਼ੇ ਦਾ ਹੈ। ਸਰਪੰਚ ਬਨਾਮ ਜਗਤਾਰ ਸਿੰਘ, ਸਿਕੰਦਰ ਬਨਾਮ ਮੇਹਰ ਸਿੰਘ। ਅੱਛਾ, ਆਓ ਮੇਰੇ ਨਾਲ, ਆਪਾਂ ਆਪਣੇ ਕੁਝ ਖਾਸ ਬੰਦੇ ਨਾਲ ਗੱਲ ਕਰਕੇ ਆਈਏ। ਨਾ ਜੀ ਨਾ, ਦੇਖੋ ਜੀ, ਆਪਾਂ ਆਪਣਾ ਫਰਜ਼ ਨਿਭਾ ਦਿੱਤਾ ਹੈ। ਤੁਹਾਡੇ ਪਿੰਡ ਦੀ ਰਾਜਨੀਤੀ ਚ ਆਪਾਂ ਦਖਲ ਨਹੀਂ ਦਿੰਦੇ। ਦਖਲ ਤਾਂ ਅਸੀਂ ਵੀ ਨਹੀਂ ਦਿੱਤਾ ਕਦੇ ਅਖਾੜੇ ਦੇ ਕੰਮ ਕਾਰ ਵਿੱਚ, ਪਰ ਪਿਛਲੇ ਕੁਝ ਸਮੇਂ ਤੋਂ ਜੋ ਕੁਝ ਦੇਖਣ ਸੁਣਨ ਵਿੱਚ ਆ ਰਿਹਾ, ਪੰਚਾਇਤ ਨੂੰ ਦਖਲ ਅੰਦਾਜ਼ੀ ਕਰਨ ਵਾਸਤੇ ਮਜਬੂਰ ਹੋਣਾ ਪੈ ਰਿਹਾ। ਜੋ ਹੁੰਦਾ ਚੰਗੇ ਵਾਸਤੇ ਹੀ ਹੁੰਦਾ ਸਰਪੰਚ ਸਾਹਿਬ, ਗੱਲ ਜਦੋਂ ਬਰਦਾਸ਼ਤ ਤੋਂ ਬਾਹਰ ਹੋ ਜਾਏ ਨਾ ਤਾਂ ਤੌੜੇ ਫੈਸਲੇ ਵੀ ਲੈਣੇ ਹੀ ਪੈਂਦੇ। ਮੈਂ ਇਸ ਕਰਕੇ ਫੈਸਲਾ ਕਰੀ ਬੈਠਾ ਹੈ ਕਿ ਦੇਖ ਲਓ ਸਰਪੰਚ ਸਾਹਿਬ, ਆ ਗਈ ਨਾ ਉਹੀ ਗੱਲ, ਸਿਕੰਦਰ ਸਿਆ ਤੂੰ ਕੌਣ ਹੁੰਦਾ ਫੈਸਲੇ ਕਰਨ ਵਾਲਾ? ਬਘੇਲ ਸਿਆ, ਮੋਤਬਰ ਬੰਦਿਆਂ ਵਿੱਚ ਬੈਠ ਕੇ ਗੱਲ ਨਾਪ ਤੋਲ ਕੇ ਕਰੀ ਦੀ ਆ, ਬਾਲੀ ਤੂੰ ਤੜਿਕ ਨਹੀਂ ਕਰੀ ਦੀ। ਹਾਂ ਜੀ ਹਾਂ ਬਿਲਕੁਲ, ਆਪਾਂ ਸਾਰਿਆਂ ਦੀ ਰਾਏ ਲੈ ਕੇ ਹੀ ਫੈਸਲਾ ਕਰਨਾ। ਦੇਖੋ ਭਰਾਵੋ, ਇਹ ਸ਼ਾਮਲਾਤ ਜਗ੍ਹਾ ਪੰਚਾਇਤ ਨੇ ਖੇਡਾਂ ਦੀ ਤਰੱਕੀ ਵਾਸਤੇ ਦਿੱਤੀ ਆ, ਨਾ ਕਿ ਕਿਸੇ ਇੱਕ ਬੰਦੇ ਨੂੰ। ਸਿਕੰਦਰ ਸਿੰਘ ਜੀ ਨੇ ਇਸ ਅਖਾੜੇ ਦੀ ਬਹੁਤ ਸੇਵਾ ਕੀਤੀ ਆ ਤੇ ਇਸ ਅਖਾੜੇ ਦੇ ਭਲਵਾਨਾਂ ਨੂੰ ਅਰਜਨ ਅਵਾਰਡ ਤੇ ਰੁਸਤਮ ਹਿੰਦ ਤੱਕ ਦਵਾਏ ਆਪਣੇ ਪੁੱਤ ਨੂੰ। ਬਘੇਲ ਸਿਆ, ਪੰਗੇ ਵਾਲੀ ਗੱਲ ਨਹੀਂ ਕਰਨੀ। ਤੇ ਹੁਣ ਨੌਜਵਾਨ ਭਲਵਾਨਾਂ ਨੂੰ ਆਪਣਾ ਭਵਿੱਖ ਅਗਾਂਹ ਵਧੂ ਵਿਚਾਰਾਂ ਵਾਲੇ ਜਗਤਾਰ ਸਿੰਘ ਦੇ ਹੱਥਾਂ ਵਿੱਚ ਸੁਰੱਖਿਅਤ ਮਹਿਸੂਸ ਹੋ ਰਿਹਾ। ਸਾਰਿਆਂ ਦਾ ਫੈਸਲਾ ਹੈ ਕਿ ਇਸ ਅਖਾੜੇ ਦੀ ਵਾਗਡੋਰ ਜਗਤਾਰ ਸਿੰਘ ਦੇ ਹੱਥਾਂ ਵਿੱਚ ਦੇ ਦਿੱਤੀ ਜਾਏ ਤੇ ਬਜ਼ੁਰਗ ਉਸਤਾਦ ਸਿਕੰਦਰ ਸਿੰਘ ਜੀ ਆਪਣਾ ਉਹਨਾਂ ਨੂੰ ਪੂਰਾ ਸਹਿਯੋਗ ਦੇਣ ਕਿ ਉਹਨਾਂ ਦੇ ਤਜਰਬੇ ਦਾ ਲਾਭ ਅਖਾੜੇ ਨੂੰ ਵੀ ਮਿਲ ਸਕੇ। ਸਰਪੰਚ ਸਾਹਿਬ, ਇਹ ਤਾਂ ਨਾਇਨਸਾਫੀ ਹੈ। ਨਹੀਂ ਪੁੱਤਰ, ਕੋਈ ਦਲੀਲ ਕੋਈ ਅਪੀਲ ਨਹੀਂ ਕਰਨੀ, ਪੰਚਾਂ ਦਾ ਕਿਹਾ ਸਿਰ ਮੱਥੇ। ਇੱਕ ਗੱਲ ਜ਼ਰੂਰ ਕਹਾਂਗਾ ਜਗਤਾਰ ਸਿਆਂ, ਕਿ ਫਰੇਬ ਦੇ ਬੱਦਲ ਸੱਚ ਦੇ ਸੂਰਜ ਨੂੰ ਜ਼ਿਆਦਾ ਦੇਰ ਢੱਕ ਕੇ ਨਹੀਂ ਰੱਖ ਸਕਦੇ। ਭੁੱਲ ਚੁੱਕ ਮਾਫ ਕਰਨਾ ਭਰਾਵੋ। ਚੱਲ ਪੁੱਤਰ। ਕੀ ਸੋਚ ਰਹੀ ਹੈ ਜਸਵੰਤ ਕੁਰੇ? ਜਗਤਾਰ ਬਾਰੇ ਸੋਚਦੀ ਹਾਂ, ਜਿਹਨੂੰ ਮੈਂ ਪੁੱਤਰ ਤੋਂ ਵੀ ਵੱਧ ਸਮਝਿਆ, ਉਸੇ ਨੇ ਸਾਡੇ ਘਰ ਦੀਆਂ ਸਾਰੀਆਂ ਖੁਸ਼ੀਆਂ ਖੋਲੀਆਂ। ਪਹਿਲਾਂ ਮੇਰੇ ਪੁੱਤਰ ਜਗਦੀਸ਼ ਦੀ ਨੌਕਰੀ ਖੋਲੀ, ਹੁਣ ਆ ਸਾਰੀ ਉਮਰ ਜਾਨ ਮਾਰ ਕੇ ਬਣਾਇਆ ਅਖਾੜਾ। ਇਹ ਕੋਈ ਨਵੀਂ ਗੱਲ ਨਹੀਂ ਜਸਵੰਤ ਕੁਰੇ, ਦਿਲ ਤੇ ਨਾ ਲਾ। ਨੇਕੀ ਤੇ ਬਦੀ ਦੀ ਲੜਾਈ ਤਾਂ ਮੁੱਢ ਕਦੀਮ ਤੋਂ ਚੱਲੀ ਆ ਰਹੀ ਹੈ। ਰਾਮ ਰਾਵਣ ਦੇਖ ਲਵੋ,
ਕੌਰਵ ਪਾਂਡੋ ਦੇਖ ਲਵੋ, ਦਸਮ ਪਾਤਸ਼ਾਹ ਨੇ ਤਾਂ ਆਪਣਾ ਸਾਰਾ ਸਰਬੰਸ ਵਾਰ ਦਿੱਤਾ ਸੀ ਜ਼ੁਲਮ ਦੇ ਖਿਲਾਫ ਲੜਦਿਆਂ। ਸਾਡੇ ਹਿੱਸੇ ਤਾਂ ਲੜਾਈ ਉਹ ਬੜੀ ਛੋਟੀ ਜਿਹੀ ਆਈ ਹੈ। ਉਹ ਤਾਂ ਤੇਰੀ ਗੱਲ ਠੀਕ ਹੈ ਭਾ, ਪਰ ਹੁਣ ਤਾਂ ਨਵੇਂ ਸਿਰੇ ਤੋਂ ਮੁੱਢ ਬੰਨਣਾ ਪੈਣਾ। ਫਿਲਹਾਲ ਤਾਂ ਨਵਾਂ ਖੂਹ ਪੁੱਟ ਕੇ ਪਾਣੀ ਪੀਣ ਵਾਲੀ ਗੱਲ ਹੈ। ਚਿੰਤਾ ਤਾਂ ਇਸੇ ਗੱਲ ਦੀ ਹੈ, ਹਾਂ ਏਡਾ ਢਾਣਸ ਪੱਟ ਕੇ ਜਾਵਾਂਗੇ ਕਿੱਥੇ? ਇੱਥੇ ਰਹਿਣ ਦਾ ਤਾਂ ਹੁਣ ਕੋਈ ਹੱਜ ਨਹੀਂ ਰਹਿ ਗਿਆ। ਕਿਉਂ, ਜਾਣਾ ਕਿੱਥੇ? ਇਹ ਘਰ, ਇਹ ਜ਼ਮੀਨ ਜਾਇਦਾਦ ਤਾਂ ਸਾਡੀ ਆਪਣੀ ਹੈ, ਅਸੀਂ ਇੱਥੇ ਹੀ ਅਖਾੜਾ ਬਣਾਵਾਂਗੇ। ਮੇਰੇ ਸੱਜੇ ਖੱਬੇ ਮੇਰੇ ਸ਼ੇਰਾਂ ਵਰਗੇ ਪੁੱਤ ਬੈਠੇ ਹੈ, ਮਦਨ ਲਾਲ ਵਰਗਾ ਤਜਰਬੇਕਾਰ ਤੇ ਵਫਾਦਾਰ ਕੋਚ ਮੇਰੇ ਕੋਲ ਹੈ। ਤੁਸੀਂ ਦੇਖਿਓ, ਰੱਬ ਨੇ ਚਾਹਿਆ ਤਾਂ ਦਿਨਾਂ ਵਿੱਚ ਹੀ ਰੰਗ ਬੰਨਿਆ ਜਾਣਾ। ਸੰਧੂ ਬਾਈ, ਖਾੜਾ ਤਾਂ ਹੋ ਗਿਆ ਆਪਣਾ ਤਿਆਰ, ਬਾਕੀ ਹੋਰ ਖਾੜੇ ਦਾ ਸਮਾਨ ਆਪਣਾ? ਹਾਂ, ਸਮਾਨ ਬਿਨਾਂ ਤਾਂ ਸਰਨਾ ਨਹੀਂ ਹੈ, ਬਾਕੀ ਹੋਰ ਉਸਤਾਦ ਜੀ ਤੇ ਬਾਪੂ ਜੀ ਹੋਣੇ ਕਰਨਗੇ। ਸਾਡੇ ਸਿਰਾਂ ਤੇ ਰੱਖ ਬਾਪੂ, ਆਪਣਾ ਨਵਾਂ ਖੜਾ ਤਿਆਰ। ਸਾਰੀ ਤੁਹਾਡੀ ਮਿਹਨਤ ਹੈ, ਦੇਖੋ ਦੁਬਾਰਾ ਰੌਣਕਾਂ ਲੱਗ ਪਈਆਂ। ਬਸ ਉਸੇ ਦਾ ਆਸ਼ੀਰਵਾਦ ਹੈ, ਅਸੀਂ ਕਿਸ ਕਾਬਿਲ ਹਾਂ। ਐਤਕੀ ਭਰਾ ਜੀ, ਫਿਰ ਰੁਸਤਮ ਹਿੰਦ ਮੁਕਾਬਲੇ ਲਈ ਕੀ ਸੋਚਿਆ? ਸੋਚਣਾ ਕੀ ਹੈ, ਪਿਛਲੇ 10 ਸਾਲਾਂ ਤੋਂ ਸ਼ਾਮਿਲ ਹੋ ਰਹੇ ਹਾਂ, ਇਸ ਸਾਲ ਵੀ ਜਾਵਾਂਗੇ। ਮੈਨੂੰ ਪੂਰਾ ਭਰੋਸਾ ਹੈ ਜਗਦੀਸ਼ ਤੇ, ਮੁਕਾਬਲਾ ਐਤਕੀ ਵੀ ਆਪਾਂ ਹੀ ਜਿੱਤਾਂਗੇ। ਜਿੱਤ ਹਾਰ ਤਾਂ ਅਟਵਾਲ ਸਾਹਿਬ ਉਸ ਉੱਪਰ ਵਾਲੇ ਦੇ ਹੱਥ ਹੈ, ਪਰ ਤਿਆਰੀ ਵਿੱਚ ਅਸੀਂ ਕੋਈ ਕਸਰ ਨਹੀਂ ਜੇ ਛੱਡਣੀ। ਹੋ ਗਈ ਤਿਆਰੀ ਮੁਕੰਮਲ? ਤਿਆਰੀ ਭਲਵਾਨ ਆਪਣੇ, ਇੰਤਜ਼ਾਮ ਆਪਣੇ, ਰੈਫਰੀ ਆਪਣੇ ਤੇ ਜੱਜ ਆਪਣੇ, ਹੋਰ ਤਿਆਰੀ ਕਿਹੜੀ ਕਰਨੀ? ਤੁਸੀਂ ਬਸ ਮੁੰਡਿਆਂ ਨੂੰ ਬਾਹਰ ਜਾਣ ਲਈ ਤਿਆਰ ਕਰੋ। ਇੱਕ ਵਾਰ ਰਸਤਾ ਖੁੱਲ ਜਾਏ, ਮੁੰਡੇ ਬਾਹਰ ਤੇ ਲੱਛਮੀ ਅੰਦਰ। ਸ਼ਗਨ ਆ ਗਿਆ।
35 ਪੇਟੀ ਬਸ ਬਾਕੀ ਅਗਲੇ ਹਫਤੇ ਸਾਡੇ ਵਾਸਤੇ ਮੁਕਾਬਲਾ ਜਿੱਤਣਾ ਬਹੁਤ ਜ਼ਰੂਰੀ ਹੈ ਜੇ ਜਿੱਤ ਗਏ ਤਾਂ ਸਾਰੇ ਰਸਤੇ ਆਸਾਨ ਹੋ ਜਾਣਗੇ ਕੀ ਗੱਲ ਤੁਹਾਨੂੰ ਕੋਈ ਸ਼ੱਕ ਹੈ ਸਾਡੇ ਕੋਲ ਭੀਮਾ ਧਿਆਨ ਹੈ ਸਤਪਾਲ ਹੈ ਜਗਦੀਸ਼ ਨੂੰ ਕਿਉਂ ਭੁੱਲ ਰਹੇ ਹੋ ਮੈਂ ਮੰਨਦਾ ਕਿ ਆਪਣੇ ਸਾਰੇ ਮੁੰਡੇ ਤਕੜੇ ਨੇ ਪਰ ਉਸ ਧਰਤੀ ਤੇ ਕਿਸੇ ਲੱਗੇ ਟਿਕਣ ਵਾਲੇ ਨਹੀਂ ਨਾਲੇ ਹੁਣ ਉਹ ਆਪਣੇ ਖਾੜੇ ਦਾ ਨਹੀਂ ਵਿਰੋਧੀ ਖਾੜੇ ਦਾ ਹੈ ਫੁੱਲ ਪ੍ਰੂਫ ਕਿਲੇਬੰਦੀ ਕਰਨੀ ਹੈ ਤਾਂ ਉਸ ਨੂੰ ਨਾ ਰਲਾਓ ਦਾਮ ਦਾਮ ਦੰਡ ਭੇਦ ਕੋਈ ਵੀ ਤਰੀਕਾ ਅਪਣਾਉਣਾ ਪਏ ਅਪਣਾਓ ਉਹਦੇ ਜਿੱਤਣ ਨਾਲ ਸਾਨੂੰ ਕੀ ਫਾਇਦਾ ਹੋ ਉਹ ਸਾਡੇ ਖਾੜੇ ਵੱਲੋਂ ਲੜੇ ਇੰਨਾ ਹੀ ਬਹੁਤ ਹੈ ਪਬਲਿਸਿਟੀ ਇਸ ਢੰਗ ਨਾਲ ਕਰਾਂਗੇ ਜਿੱਤੇ ਭਾਵੇਂ ਜਗਦੀਸ਼ ਪਰ ਨਾ ਸਾਡੇ ਖਾੜੇ ਦਾ ਹੋਵੇਗਾ ਇੰਨਾ ਕੁਝ ਹੋਣ ਤੋਂ ਬਾਅਦ ਕੋਸ਼ਿਸ਼ ਕਰਨ ਵਿੱਚ ਕੀ ਹਰਜ ਹੈ ਪਤੀਜ ਇੱਕ ਵਾਰੀ ਸੂਈ ਰਿਕਾਰਡ ਤੇ ਧਰ ਕੇ ਦੇਖ ਲੈਂਦੇ ਆ ਜਿਹੇ ਜਿਹੇ ਆ ਜਾਓ ਉਹ ਜੇ ਨੱਚ ਲਾਂਗੇ ਤਾਂ ਫੇਰ ਮੈਂ ਆਪ ਹੀ ਜਾ ਕੇ ਆਉਣਾ ਕਿਆ ਬਾਤ ਹੈ ਸਦਕੇ ਜਾਵਾਂ ਉਸਤਾਦ ਜੀ ਦੁਨੀਆ ਐਵੇਂ ਤਾਂ ਨਹੀਂ ਕਾਇਲ ਹੋਈ ਫਿਰਦੀ ਪੁੱਤਰੋ ਕੁਸ਼ਤੀ ਅਧੂਰੀ ਛੱਡਣਾ ਪਹਿਲਵਾਨਾਂ ਦਾ ਧਰਮ ਨਹੀਂ ਕੁਸ਼ਤੀ ਜਾਰੀ ਰੱਖੋ ਨਾ ਤੂੰ ਲੈਣ ਕੀ ਆਇਆ ਇੱਥੇ ਤੂੰ ਹੌਸਲਾ ਕਿਵੇਂ ਕੀਤਾ ਮੇਰੇ ਇਸ ਅਖਾੜੇ ਚ ਪੈਰ ਪਾਉਣ ਦਾ ਅੱਜ ਮੈਂ ਕੁਝ ਲੈਣ ਨਹੀਂ ਬਲਕਿ ਕੁਝ ਦੇਣ ਆਇਆ ਉਸਤਾਦ ਜੀ ਤੁਹਾਡਾ ਸ਼ਗਿਰਦ ਆ ਸਮਝ ਲਓ ਗੁਰੂ ਦਕਸ਼ਣਾ ਹੀ ਦੇਣ ਆਇਆ ਓਏ ਗੁਰੂ ਦਕਸ਼ਣਾ ਵਰਗੇ ਪਵਿੱਤਰ ਸ਼ਬਦ ਨੂੰ ਹਰੇਕ ਤੇ ਚੱਕੜ ਚ ਨਾ ਲਵੇੜ ਸੱਪ ਦੀ ਡੰਗ ਮਾਰਨ ਦੀ ਪ੍ਰਵਿਰਤੀ ਕਦੇ ਖਤਮ ਨਹੀਂ ਹੁੰਦੀ ਗੁੱਸਾ ਥੱਕਦਾ ਉਸਤਾਦ ਜੀ ਸੱਪਾਂ ਤੇ ਸ਼ੇਰਾਂ ਦੇ ਜ਼ਮਾਨੇ ਤਾਂ ਲੱਦ ਗਏ ਹੁਣ ਤਾਂ ਰਿਆਸਤ ਸਿਆਸਤ ਦਾ ਜ਼ਮਾਨਾ ਹੈ ਮੁੰਡਿਆਂ ਦੇ ਇੰਨੇ ਸੋਹਣੇ ਸ਼ਰੀਰਾਂ ਨੂੰ ਮਿੱਟੀ 'ਚ ਕਿਉਂ ਰੋਲ ਰਹੇ ਹੋ ਰੁਸਤਮੇ ਹਿੰਦ ਦੇ ਮੁਕਾਬਲੇ ਸਿੱਧੇ ਆ ਗਏ ਉਸਤਾਦ ਜੀ ਇੱਕ ਵਾਰ ਸਿਰਫ ਇੱਕ ਵਾਰ ਜਗਦੀਸ਼ ਮੈਨੂੰ ਦੇ ਦਿਓ ਲੱਖਾਂ ਦੇ ਦਾਅ ਲਵਾ ਦਿਆਂਗਾ ਜਿੱਤ ਦਾ ਗੁਰਜ ਲੈ ਕੇ ਮਾਲੋ ਮਾਲ ਹੋ ਕੇ ਆਵੇਗਾ ਤੇ ਘਰ ਆਉਂਦੇ ਨੂੰ ਨੌਕਰੀ ਤੇ ਬਹਾਲ ਕਰਾ ਦਿਆਂਗਾ ਓਏ ਅਸੀਂ ਨੌਕਰੀ ਤੇ ਰੁਤਬਿਆਂ ਦੇ ਭੁੱਖੇ ਨਹੀਂ ਹੈ ਅਸੀਂ ਤਾਂ ਉਸ ਭਲਵਾਨੀ ਲਈ ਲੜਦੇ ਹਾਂ ਜਿਹਦੀ ਨੀਂਹ ਸ਼੍ਰੀ ਗੁਰੂ ਅੰਗਦ ਦੇਵ ਜੀ ਨੇ ਰੱਖੀ ਸੀ ਤੇ ਜਿਹਨੂੰ ਗੁਰੂ ਹਰਗੋਬਿੰਦ ਸਾਹਿਬ ਨੇ ਅਪਣਾਇਆ ਸੀ ਬਾਬੂ ਦਿਮਾਗ ਤੋਂ ਕੰਮ ਲੈ ਅੱਜ ਦੇ ਜ਼ਮਾਨੇ ਵਿੱਚ ਜਿੱਤਣ ਵਾਸਤੇ ਜ਼ੋਰ ਤੇ ਜਿਸਮ ਹੀ ਕਾਫੀ ਨਹੀਂ ਹੋਰ ਬੜੀਆਂ ਚੀਜ਼ਾਂ ਦੀ ਜ਼ਰੂਰਤ ਹੁੰਦੀ ਹੈ ਕੁਸ਼ਤੀ ਦੇ ਮੈਦਾਨ ਵਿੱਚ ਹੋਰ ਬੜੇ ਦਾਅ ਪੇਚ ਸ਼ਾਮਲ ਹੋ ਚੁੱਕੇ ਹੈ
ਕੁੱਲਣ ਤੋਂ ਪਹਿਲਾਂ ਹੀ ਜਿੱਤ ਹਾਰ ਦਾ ਫੈਸਲਾ ਹੋ ਜਾਂਦਾ ਹੈ ਉਸਤਾਦ ਜੀ। ਜੇ ਮੈਂ ਗੁਰੂ ਦੱਖਣਾ ਲੈਣ ਤੋਂ ਇਨਕਾਰ ਕਰ ਦਿਆਂ ਤਾਂ ਉਹ ਤੇਰੀ ਜ਼ਿੰਦਗੀ ਦੀ ਸਭ ਤੋਂ ਵੱਡੀ ਗਲਤੀ ਹੋਏਗੀ। ਸਾਡੇ ਪਹਿਲਵਾਨ ਤਿਆਰ ਹੋ ਚੁੱਕੇ ਹੈ ਤੇ ਉਹਨਾਂ ਦੇ ਮੁਕਾਬਲੇ ਵਿੱਚ ਆਉਣ ਵਾਲੇ ਪਹਿਲਵਾਨ ਆਉਣਗੇ ਤਾਂ ਆਪਣੇ ਪੈਰਾਂ ਤੇ, ਪਰ ਜਾਣਗੇ ਮੰਜੀਆਂ ਤੇ। ਸੋਚ ਲੈ, ਕੁੱਤਿਆਂ ਦੇ ਪੌਂਪਣ ਨਾਲ ਹਾਥੀ ਰਾਹ ਨਹੀਂ ਬਦਲਿਆ ਕਰਦੇ ਜਗਤਾਰਿਆ। ਇਹ ਪਟਿਆਂ ਵਾਲੇ ਕੁੱਤੇ ਐ ਉਸਤਾਦ, ਬੋਟੀਆਂ ਤਾਂ ਕੀ ਲਹੂ ਦਾ ਆਖਰੀ ਕਤਰਾ ਤੱਕ ਚੱਟ ਜਾਣ। ਤੂੰ ਮੈਨੂੰ ਧਮਕੀ ਦੇ ਰਿਹਾ? ਧਮਕੀ ਕਿੱਥੇ, ਅਸਲੀਅਤ ਤੋਂ ਵਾਕਫ ਕਰਾ ਰਿਹਾ। ਤੇ ਫੇਰ ਇੱਕ ਅਸਲੀਅਤ ਤੋਂ ਤੂੰ ਵੀ ਵਾਕਫ ਹੋ ਕੇ ਜਾਣਾ। ਦੋ ਮਹੀਨੇ ਕਦੋਂ ਤੇ ਕਿਹਨੂੰ ਆਏ ਜਗਤਾਰਿਆ? ਅੱਜ ਮੈਂ ਇਸ ਅਖਾੜੇ ਦੀ ਪਵਿੱਤਰ ਮਿੱਟੀ ਦੀ ਸਹੁੰ ਖਾ ਕੇ ਐਲਾਨ ਕਰਦਾ ਕਿ ਰੁਸਤਮ ਹਿੰਦ ਦੇ ਮੁਕਾਬਲੇ ਵਿੱਚ ਮੇਰਾ ਪੁੱਤਰ ਜਗਦੀਸ਼ ਤੇਰੇ ਪਹਿਲਵਾਨਾਂ ਨੂੰ ਮਿੱਟੀ ਦੇ ਸ਼ੇਰਾਂ ਵਾਂਗੂ ਰੋੜ ਦੇਵੇਗਾ। ਚੱਲੋ, ਮੈਨੂੰ ਡਰ ਹੈ ਉਸਤਾਦ ਜੀ, ਤੇਰਾ ਬੀਜਿਆ ਤੇਰੀ ਔਲਾਦ ਨੂੰ ਨਾ ਵੱਢਣਾ ਪੈ ਜਾਏ। ਚਲੋ ਬੰਦੇ, ਇਹ ਜਗਦੀਸ਼ ਤਾਂ ਸਾਡੀ ਕੁੰਡਲੀ ਦੇ ਵਿੱਚ ਸ਼ਨੀ ਬਣ ਕੇ ਬੈਠ ਗਿਆ ਹੈ। ਇਹ ਤਾਂ ਕੁਛ ਨਾ ਕੁਛ ਕਰ ਪਤੀ, ਕੁਛ ਨਾ ਕੁਛ ਕਰ। ਚਾਰ ਪੰਜ ਤਗੜੇ ਤਗੜੇ ਮੁੰਡਿਆਂ ਦਾ ਇੰਤਜ਼ਾਮ ਕਰਕੇ ਮੈਨੂੰ ਟੈਲੀਫੋਨ ਕਰ, ਬਾਕੀ ਦਾ ਪ੍ਰੋਗਰਾਮ ਤੈਨੂੰ ਬਾਅਦ ਵਿੱਚ ਦੱਸਾਂਗਾ। ਨਹੀਂ ਜਗਤਾਰ, ਹੁਣ ਹੋਰ ਚਾਂਸ ਨਹੀਂ ਲਿਆ ਜਾ ਸਕਦਾ। ਹੁਣ ਮੈਂ ਦੇਖਦਾ ਇਸ ਮਸਲੇ ਨੂੰ ਆਪਣੇ ਤਰੀਕੇ ਨਾਲ। ਪਿਆਰੇ ਸੱਜਣੋ, ਅੱਜ 2005 ਰੁਸਤਮੇ ਹਿੰਦੀ ਕੁਸ਼ਤੀ ਦਾ ਫਾਈਨਲ ਮੁਕਾਬਲਾ ਉਸਤਾਦ ਸਿਕੰਦਰ ਸਿੰਘ ਦੇ ਨਾਲੇ ਦਾ ਪਹਿਲਵਾਨ ਜਗਦੀਸ਼ ਭੋਲਾ, ਜੋ ਕਿ ਪਿਛਲੇ 10 ਸਾਲਾਂ ਤੋਂ ਰੁਸਤਮੇ ਹਿੰਦ ਦਾ ਖਿਤਾਬ ਜਿੱਤਦਾ ਆ ਰਿਹਾ, ਉਹਦਾ ਮੁਕਾਬਲਾ ਜਗਤਾਰ ਸਿੰਘ ਦੇ ਅਖਾੜੇ ਦੇ ਪਹਿਲਵਾਨ ਬਲਵਿੰਦਰ ਭੀਮਾ ਨਾਲ ਹੋਣਾ ਹੈ। ਬਲਵਿੰਦਰ ਭੀਮਾ ਅਖਾੜੇ ਵਿੱਚ ਪਹੁੰਚ ਗਿਆ, ਅਸੀਂ ਜਗਦੀਸ਼ ਭੋਲੇ ਨੂੰ ਬੇਨਤੀ ਕਰਦੇ ਹਾਂ ਕਿ ਜਲਦੀ ਤੋਂ ਜਲਦੀ ਅਖਾੜੇ ਵਿੱਚ ਪਹੁੰਚ ਜਾਵੇ। ਔਰ ਸਾਹਮਣੇ ਭੀਮਾ ਪਹਿਲਵਾਨ ਪਹੁੰਚ ਚੁੱਕਿਆ ਅਖਾੜੇ ਦੇ ਵਿੱਚ, ਬਈ ਤਾਪੀਆਂ ਮਾਰਦਾ ਪੱਟਾਂ ਦੇ ਨਵੇਂ ਜਗਦੀਸ਼ ਭੋਲੇ ਨੂੰ 2 ਮਿੰਟ ਦਾ ਟਾਈਮ ਦਿੱਤਾ ਜਾ ਰਿਹਾ, ਜੇ 2 ਮਿੰਟ ਦੇ ਵਿੱਚ ਵਿੱਚ ਉਹ ਅਖਾੜੇ ਵਿੱਚ ਨਹੀਂ ਪਹੁੰਚਦਾ ਤਾਂ ਜਗਤਾਰ ਸਿੰਘ ਦੇ ਅਖਾੜੇ ਦੇ ਪਹਿਲਵਾਨ ਬਲਵਿੰਦਰ ਭੀਮੇ ਨੂੰ ਇਹ ਰੁਸਤਮੇ ਹਿੰਦ ਦਾ ਖਿਤਾਬ ਦਿੱਤਾ ਜਾਵੇਗਾ। ਜਗਦੀਸ਼ ਭੋਲਾ ਅਖਾੜੇ ਵਿੱਚ ਅਜੇ ਨਹੀਂ ਪਹੁੰਚਿਆ, 1 ਮਿੰਟ ਦਾ ਟਾਈਮ ਬਾਕੀ ਆ ਬਈ, 1 ਮਿੰਟ ਦਾ ਬਈ। 10 ਸਾਲਾਂ ਦੇ ਵਿੱਚ ਪਹਿਲੀ ਵਾਰੀ ਇਹ ਗੱਲ ਹੋਈ ਆ ਕਿ ਜਗਦੀਸ਼ ਭੋਲਾ ਅਖਾੜੇ ਵਿੱਚ ਨਹੀਂ ਪਹੁੰਚਿਆ, ਨਹੀਂ ਤਾਂ ਪਹਿਲਾਂ ਹੀ ਆ ਜਾਂਦਾ ਸੀ ਉਹ, ਪਤਾ ਨਹੀਂ ਕੀ ਗੱਲ ਹੈ। ਲਓ ਬਈ 1 ਮਿੰਟ ਦਾ ਟਾਈਮ ਪੂਰਾ ਹੋ ਗਿਆ, ਅਖਾੜਾ ਕਮੇਟੀ ਹੈ ਜਿਹੜੀ ਉਹਨਾਂ ਦਾ ਇਹ ਫੈਸਲਾ ਹੈ ਵੀ 2005 ਦੇ ਰੁਸਤਮੇ ਹਿੰਦ ਦਾ ਜਿਹੜਾ ਖਿਤਾਬ ਹੈ ਇਹ ਜਗਤਾਰ ਸਿੰਘ ਦੇ ਅਖਾੜੇ ਦੇ ਪਹਿਲਵਾਨ ਬਲਵਿੰਦਰ ਸਿੰਘ ਭੀਮਾ ਨੂੰ 2005 ਦਾ ਰੁਸਤਮੇ ਹਿੰਦ ਦਾ ਖਿਤਾਬ ਕਮੇਟੀ ਵੱਲੋਂ ਦਿੱਤਾ ਜਾ ਰਿਹਾ ਹੈ।
ਕਿਉਂ ਬਤੀਜ ਬੈਠ ਗਈ ਨਾ ਗੋਟੀ ਫਿੱਟ ਚਾਚਾ ਬਘੇਲ ਸਿਓ ਵਾਲੀ ਆਪਣਾ ਪਹਿਲਵਾਨ ਬਣ ਗਿਆ ਰੁੱਸ ਮਹਿਲ ਹੁਣ ਸਾਰੇ ਕੰਮ ਫਤਿਹ ਇਹ ਸਿਕੰਦਰ ਸਿਓ ਇਹ ਕਿਤੇ ਛਡਾ ਤਾਂ ਨਹੀਂ ਲਿਆ ਜਗਦੀਸ਼ ਨੂੰ ਅਟਵਾਲ ਸਾਹਿਬ ਕੀ ਗੱਲ ਤੁਸੀਂ ਇੰਨੇ ਲੇਟ ਕਿਉਂ ਹੋ ਗਏ ਅਨਰਥ ਹੋ ਗਿਆ ਅਟਵਾਲ ਸਾਹਿਬ ਅਸੀਂ ਤਾਂ ਆ ਰਹੇ ਸੀਗੇ ਰਸਤੇ ਵਿੱਚ ਕੁਝ ਬੰਦੇ ਜਗਦੀਸ਼ ਨੂੰ ਅਗਵਾ ਕਰਕੇ ਲੈ ਗਏ ਅਗਵਾ ਕਰਕੇ ਲੈ ਗਏ ਕੁਝ ਕਰੋ ਅਟਵਾਲ ਸਾਹਿਬ ਮੇਰੇ ਪੁੱਤਰ ਨੂੰ ਕੋਈ ਨੁਕਸਾਨ ਨਾ ਪਹੁੰਚਾਉਣ ਤੁਸੀਂ ਚਿੰਤਾ ਨਾ ਕਰੋ ਆਓ ਮੇਰੇ ਨਾਲ ਆਓ ਸਰ ਕਿਤੇ ਗੰਗਾ ਗਈਆਂ ਹੱਡੀਆਂ ਵੀ ਵਾਪਸ ਆਈਆਂ ਚਾਚਾ ਤੂੰ ਇਹਨਾਂ ਦਾ ਫਿਕਰ ਛੱਡ ਰਾਤ ਦੇ ਜਸ਼ਨ ਦੀ ਤਿਆਰੀ ਕਰ ਅੱਜ ਖੇਡੂਗੀ ਕਾਟੋ ਫੁੱਲਾਂ
ਜਦਵਈ ਸ਼ੇਰ ਵਾਂਗੂ ਡੁੱਬਦਾ ਪੰਜਾਬੀ ਜਦਵਈ ਸ਼ੇਰ ਵਾਂਗੂ ਡੁੱਬਦਾ ਪੰਜਾਬੀ ਜਦਵਈ ਤੇਰੀ ਜਾਤ ਕੀ ਹੈ ਤੇਰੀ ਔਕਾਤ ਕੀ ਹੈ ਤੇਰੇ ਕੀ ਇਰਾਦੇ ਉਹ ਪਹਿਲਾਂ ਤੂੰ ਬਤਾ ਦੇ ਉਹ ਮੈਂ ਤੈਨੂੰ ਕੀ ਜਾਣਾ ਮੈਂ ਤੈਨੂੰ ਨਾ ਪਹਿਚਾਣਾ ਸ਼ੇਰ ਵਾਂਗੂ ਡੁੱਬਦਾ ਪੰਜਾਬੀ ਜੱਟ ਬਈ ਸ਼ੇਰ ਵਾਂਗੂ ਡੁੱਬਦਾ ਪੰਜਾਬੀ ਜੱਟ ਬਈ ਤਲਵਾਰ ਸਾਹਿਬ ਇਹਨਾਂ ਨੂੰ ਲੱਗਦਾ ਕਿ ਸ਼ਾਇਦ ਇਹਦੇ ਚ ਪੁਲਿਸ ਦਾ ਹੱਥ ਹੈ ਡੀਸੀ ਸਾਹਿਬ ਜਗਦੀਸ਼ ਨੂੰ ਚੁੱਕੇ ਪੁਲਿਸ ਨੇ ਲੋਕਾਂ ਨੇ ਆਪਣੀ ਅੱਖੀ ਦੇਖੀ ਜਿਪਸੀ ਬਿਨਾਂ ਨੰਬਰ ਤੋਂ ਮਿਸਟਰ ਅਟਵਾਲ ਇਹਦੇ ਵਿੱਚ ਪੁਲਿਸ ਦਾ ਕੀ ਇੰਟਰਸਟ ਹੋ ਸਕਦਾ ਹੈ ਦੇਖੋ ਮੋਟਿਵ ਤਾਂ ਸੀ ਜਗਦੀਸ਼ ਨੂੰ ਮੁਕਾਬਲੇ ਤੋਂ ਬਾਹਰ ਰੱਖਣ ਦਾ ਇਹਦੇ ਵਿੱਚ ਪੁਲਿਸ ਦਾ ਇੰਟਰਸਟ ਬਿਲਕੁਲ ਹੈ ਡੀਸੀ ਸਾਹਿਬ ਓਕੇ ਅਸਲ ਜਗਦੀਸ਼ ਦਾ ਅੱਜ ਕੱਲ੍ਹ ਆਪਣੇ ਡੀਐਸਪੀ ਦੇ ਨਾਲ ਸੰਬੰਧ ਠੀਕ ਨਹੀਂ ਚੱਲ ਰਿਹਾ ਉਹਨਾਂ ਨੇ ਜਗਦੀਸ਼ ਤੋਂ ਕੋਈ ਗਲਤ ਕੰਮ ਕਰਾਉਣਾ ਚਾਹਿਆ ਸੀ ਜੋ ਉਹਨੇ ਨਹੀਂ ਕੀਤਾ ਸੋ ਅੱਜ ਕੱਲ ਜਗਦੀਸ਼ ਸਸਪੈਂਡ ਚੱਲ ਰਿਹਾ ਡੀਐਸਪੀ ਸਾਹਿਬ ਨਾਲ ਜਗਤਾਰ ਸਿੰਘ ਦੇ ਬਹੁਤ ਚੰਗੇ ਸੰਬੰਧ ਨੇ ਮੈਨੂੰ ਤਾਂ ਲੱਗਦਾ ਸਾਹਿਬ ਇਹ ਸਾਰੀ ਸਕੀਮ ਬਣਾਈ ਜਗਤਾਰ ਸਿੰਘ ਦੀ ਆ ਤੇ ਚੌਹਾਨ ਸਾਹਿਬ ਨੇ ਉਹਦੀ ਮਦਦ ਕੀਤੀ ਹੈ ਕਿਹੜਾ ਪਹਿਲਵਾਨ ਜਿੱਤਿਆ ਉਹ ਕਿਹਦੇ ਖਾੜੇ ਦਾ ਜਗਤਾਰ ਦੇ ਸਰ ਸਾਨੂੰ ਤਾਂ ਉਹਨਾਂ ਵੱਲੋਂ ਜਾਨੀ ਨੁਕਸਾਨ ਦਾ ਵੀ ਖਤਰਾ ਹੈ ਨਾ ਤੁਸੀਂ ਫਿਕਰ ਨਾ ਕਰੋ ਅਟਵਾਲ ਸਾਹਿਬ ਬੇਸ਼ੱਕ ਹੁਣ ਤੁਸੀਂ ਚੱਲੋ ਇਹਦਾ ਪਤਾ ਮੈਂ ਕਰਾਵਾਂ ਜਦੋਂ ਵੀ ਕੁਝ ਪਤਾ ਲੱਗਾ ਮੈਂ ਆਪ ਤੁਹਾਨੂੰ ਦੱਸਾਂਗਾ ਠੀਕ ਹੈ ਸਰ ਚੰਗਾ ਜੀ ਧੰਨਵਾਦ ਜੀ ਓਕੇ ਅਟਵਾਲ ਸਾਹਿਬ ਡੋਂਟ ਵਰੀ ਥੈਂਕ ਯੂ ਸ਼ਰਮਾ ਮੈਨੂੰ ਇਨਫੋਰਮੇਸ਼ਨ ਮਿਲੀ ਹੈ ਕਿ ਅਰਜੁਨ ਅਵਾਰਡੀ ਪਹਿਲਵਾਨ ਜਗਦੀਸ਼ ਭੋਲਾ ਦਾ ਕਿਡਨੈਪ ਕੀਤਾ ਗਿਆ ਚਾਰੇ ਪਾਸੇ ਪੂਰੇ ਸ਼ਹਿਰ ਦੀ ਨਾਕਾਬੰਦੀ ਕਰ ਦਿੱਤੀ ਜਾਵੇ ਈਵਨ ਪੁਲਿਸ ਦੀਆਂ ਗੱਡੀਆਂ ਵੀ ਬਿਨਾਂ ਤਲਾਸ਼ੀ ਤੋਂ ਨਹੀਂ ਨਿਕਲਣੀਆਂ ਚਾਹੀਦੀਆਂ ਸਮਝ ਗਏ ਨਾ ਬੀ ਫਾਸਟ ਹਾਂ ਹਾਂ ਬਿਲਕੁਲ ਪਤਾ ਕਰੋ ਕਿਸੇ ਵੀ ਪੁਲਿਸ ਸਟੇਸ਼ਨ ਦੇ ਵਿੱਚ ਕੋਈ ਵੀ ਗੈਰ ਕਾਨੂੰਨੀ ਤੌਰ ਤੇ ਜਾਂ ਝੂਠਾ ਪਰਚਾ ਕੁਝ ਵੀ ਪਤਾ ਲੱਗੇ ਤੇ ਫੌਰਨ ਮੇਰੇ ਮੋਬਾਈਲ ਦੇ ਉੱਤੇ ਮੈਨੂੰ ਇਨਫੋਰਮ ਕਰੋ ਕਿਸੇ ਵੀ ਵੇਲੇ ਯੈਸ ਓਕੇ ਕੁਛ ਪਤਾ ਲੱਗਿਆ ਮੇਰੇ ਲਾਲ ਦਾ ਬਹਿ ਜਾ ਕਿਤੋਂ ਵੀ ਕੁਝ ਪੱਲੇ ਨਹੀਂ ਪਿਆ ਜਸਵੰਤ ਕੁਰੇ ਸਾਰਾ ਦਿਨ ਦੌੜ ਭੱਜ ਕਰਕੇ ਖਾਲੀ ਹੱਥ ਮੁੜਿਆ
ਅਟਵਾਲ ਸਾਹਿਬ ਨੂੰ ਕਹਿਣਾ ਸੀ, ਉਹੀ ਕੁਛ ਕਰਦੇ, ਉਹਨਾਂ ਦੀ ਤਾਂ ਬਥੇਰੀ ਪਹੁੰਚ ਹੈ। ਉਹ ਵੀ ਵਿਚਾਰੇ ਕਰੀ ਜਾਂਦੇ ਨੇ ਜਿੰਨੇ ਕੁ ਕਰਨ ਜੋਗੇ ਨੇ। ਡੀਸੀ ਸਾਹਿਬ ਕੋਲ ਲੈ ਕੇ ਉਹੀ ਗਏ ਸੀ, ਪਤਾ ਨਹੀਂ ਕਿੱਥੇ ਕਿਸ ਸਾਲ ਵਿੱਚ ਹੋਣਗੇ। ਉਕਣ ਪਾਣਾ ਪਤਾ ਨਹੀਂ ਕੁਛ ਕਰਦਾ ਵੀ ਹੋ ਕੇ ਨਹੀਂ ਸਵੇਰ ਦਾ। ਕਿਸੇ ਨੂੰ ਕੀ ਵੈਰ ਸੀ ਉਸ ਸੰਤ ਲੋਕ ਨਾਲ। ਉਗਰਵਾਦ ਕੇ ਟਾਈਮ ਕੀ ਬਾਤ ਹੈ, ਮਾਰੇ ਗਾਉਂ ਤੇ ਛੋਕਰਾ ਪੁਲਿਸ ਲੈ ਗਈ ਚੱਕ, ਦੋ ਦਿਨ ਬਾਅਦ ਮੈਂ ਰੌਲਾ ਪਵਾ ਦਿਆ ਵੀ ਛੋਕਰਾ ਹਵਾ ਲਾਤੇ ਦੌੜ ਗਿਆ। ਫੇਰ ਕਿਆ, ਅੱਠਵੇਂ ਦਿਨ ਲੋਥ ਮਿਲੀ ਛੋਕਰੇ ਕੀ ਘੱਗਰਮਾ ਤੇ। ਹੌਸਲਾ ਰੱਖ ਪਾ, ਆਪਣੇ ਡੀਸੀ ਨਾਲ ਗੱਲ ਤਾਂ ਹੋ ਹੀ ਗਈ ਆ, ਵੇਣਿਆ ਕੱਲ ਕੀ ਕਰਦਾ ਉਹ। ਅਸੀਂ ਜ਼ਾਲਮ ਦੀਆਂ ਡਾਂਗਾਂ ਦੀ ਅੱਗ ਸੇਕੀ, ਹੁਣ ਦੱਸ ਕਿੱਥੇ ਗਏ ਤੇਰੇ ਅਵਾਰਡ। ਜੀ ਤਾਂ ਕਰਦਾ ਤੈਨੂੰ ਹੁਣੇ ਕੁੰਡ ਮਾਰ ਦਿਆ, ਪਰ ਆਰਡਰ ਸਿਰਫ ਤੇਰੀਆਂ ਦੱਤਾਂ ਤੋੜਨ ਦਾ ਹੀ ਹੈ। ਨਾਲੇ ਤੇਰੇ ਤੇ ਕੇਸ ਵੀ ਇਹੋ ਜਿਹਾ ਪਾਇਆ ਕਿ ਸਾਰੀ ਉਮਰ ਕਾਲ ਕੋਠੜੀ ਸੜੇਗਾ। ਲੈ ਜਾਓ ਇਹਨੂੰ, ਸੁੱਟੋ ਕਾਲ ਕੋਠੜੀ ਚ। Oh,
ਭਗਵਾਨ ਸਾਹਿਬ ਕੀ ਹਾਲ ਹੈ ਆਪਣੇ ਭਲਵਾਨ ਹੋਰਾਂ ਦਾ? ਇੰਨਾ ਕੁ ਤੇ ਕਰ ਦਿੱਤਾ ਕਿ ਸਾਰੀ ਉਮਰ ਤੁਰ ਨਹੀਂ ਸਕਦਾ। ਬਸ ਠੀਕ ਹੈ, ਅਸਲੀ ਕੰਡਾ ਤਾਂ ਨਿਕਲ ਗਿਆ ਨਾ। ਮੈਂ ਹੁਣ ਕਹਿੰਦਾ ਜਨਾਬ ਹੁਣ ਚੁੱਕਿਆ ਦਾ ਹੈ ਇੱਕ ਬਸ ਵਾਪਸ ਆ ਗਿਆ ਤਾਂ ਮੈਂ ਸਾਡੇ ਲਈ ਕੋਈ ਨਵੀਂ ਮਸੀਬਤ ਖੜੀ ਕਰਨਾ। ਜਗਤਾਰ ਸਿੰਘ ਇੱਕ ਤਾਂ ਤੇਰਾ ਇਹ ਚਾਚਾ ਬੰਦਾ ਨਹੀਂ, ਨਿਰੀ ਤੁਰਦੀ ਫਿਰਦੀ 302 ਹੈ, ਕਤਲ ਕਰਨਾ ਸੌਖਾ ਹੈ ਬਘੇਲ ਸਿਆਂ, ਭੁਗਤਣਾ ਬੜਾ ਔਖਾ। ਉਹ ਛੱਡੋ ਯਾਰ, ਕੋਈ ਚੰਗੀ ਗੱਲ ਕਰੋ। ਫੋਨ ਚੱਕ ਯਾਰ ਚੌਹਾਨ। ਹੈਲੋ, ਕੀ ਟੀਸੀ ਆਣਾ ਸੀ? ਠੀਕ ਹੈ, ਮੈਂ ਆ ਰਿਹਾ। ਚਿਕਤਾਰ ਸਿੰਘ ਚੱਕਰ ਪੈ ਗਿਆ, ਮੈਂ ਹੁਣੇ ਪਹੁੰਚ ਰਿਹਾ, ਜਸ ਕਮ। ਮੇਰਾ ਮਤਲਬ ਹਾਲੇ ਕੋਰਟ ਚ ਪੇਸ਼ ਨਹੀਂ ਕੀਤਾ ਸਰ। ਤੇ ਤਫਤੀਸ਼ ਵਿੱਚ ਤੁਸੀਂ ਉਸਦੀਆਂ ਲੱਤਾਂ ਤੋੜ ਦਿੱਤੀਆਂ, ਉਸ ਨੂੰ ਲਾਲ ਲੁਹਾਨ ਕਰ ਦਿੱਤਾ? ਇੰਸਪੈਕਟਰ, ਪਾਵਰਸ ਕਾਨੂੰਨ ਦੀ ਹਿਫਾਜ਼ਤ ਵਾਸਤੇ ਦਿੱਤੀਆਂ ਜਾਂਦੀਆਂ ਨੇ, ਤੇ ਤੁਸੀਂ ਕਾਨੂੰਨ ਨੂੰ ਹੀ ਆਪਣੇ ਹੱਥ ਵਿੱਚ ਲੈ ਲਿਆ, ਤੁਹਾਨੂੰ ਸ਼ਰਮ ਆਉਣੀ ਚਾਹੀਦੀ ਹੈ। ਮੈਂ ਹੁਣ SSP ਨੂੰ ਆਰਡਰ ਕਰਦਾ ਕਿ ਤੈਨੂੰ ਫੌਰਨ ਲਾਈਨ ਹਾਜ਼ਰ ਕਰੇ। ਪਰ ਜਨਾਬ ਇਹਦੇ 'ਚ ਮੇਰਾ ਕੋਈ ਕਸੂਰ ਨਹੀਂ, ਮੈਨੂੰ ਤਾਂ ਜੋ ਉੱਪਰੋਂ ਹੁਕਮ ਹੋਣਾ ਸੀ ਮੈਂ ਤਾਂ ਉਹੀ ਕਰਨਾ ਸੀ ਜਨਾਬ। ਹੁਕਮ ਕਿਸ ਨੇ ਦਿੱਤਾ ਤੇ ਕਿਉਂ ਦਿੱਤਾ, ਇਸ ਦਾ ਵੇਰਵਾ ਤੂੰ ਆਪਣੀ ਇਨਕੁਆਇਰੀ ਵਿੱਚ ਦੱਸੀ। ਅਫਸਰ, ਯੈਸ ਸਰ, ਤੁਸੀਂ ਫਟਾਫਟ ਜਗਦੀਸ਼ ਨੂੰ ਹਸਪੀਟਲ ਪਹੁੰਚਾਓ। ਯੈਸ ਸਰ, ਯੈਸ ਸਰ। ਮਿਸਟਰ ਬੈਨੀਵਾਲ, ਫੌਰਨ ਇੱਕ ਸਸਪੈਂਸ਼ਨ ਦੇ ਲਈ ਆਰਡਰ ਕੱਢੋ।
ਬੀਬੀ ਰਾਣੀ, ਇੱਥੇ ਮੇਰੇ ਪੁੱਤਰ ਜਗਦੀਸ਼ ਨੂੰ ਭਰਤੀ ਕਰਾਇਆ ਗਿਆ। ਤੂੰ ਦੱਸ ਸਕਦੀ ਹੋ ਇਸ ਵੇਲੇ ਕਿੱਥੇ ਹੋਏਗਾ? ਹਾਂਜੀ, ਆਪਰੇਸ਼ਨ ਥੀਏਟਰ ਵਿੱਚ ਹੈ, ਪਲੀਜ਼ ਤੁਸੀਂ ਬੈਠੋ। ਅੱਛਾ, ਦੋਨੋਂ ਲੱਤਾਂ ਵਿੱਚ ਰੋਡਸ ਪਾ ਦਿੱਤੀਆਂ ਨੇ। 2 ਦਿਨ ਤੱਕ ਤੁਸੀਂ ਉਹਨਾਂ ਨੂੰ ਆਪਣੇ ਘਰ ਲਿਜਾ ਸਕਦੇ ਹੋ। ਅੱਛਾ, ਓਏ ਸ਼ੁਕਰ ਹੈ ਮੇਰੇ ਰੱਬਾ, ਇਹ ਸੱਚੇ ਪਾਤਸ਼ਾਹ ਤੂੰ ਬਖਸ਼ਣ ਆਏ। ਹੌਸਲੇ ਤੋਂ ਕੰਮ ਲਓ, ਸਭ ਠੀਕ ਹੈ, ਚਿੰਤਾ ਦੀ ਕੋਈ ਗੱਲ ਨਹੀਂ। ਪਲੀਜ਼ ਦੇਖੋ, ਤੁਸੀਂ ਫਿਕਰ ਨਹੀਂ ਕਰਨਾ, ਠੀਕ ਹੋਣ 'ਚ ਥੋੜ੍ਹਾ ਟਾਈਮ ਲੱਗ ਸਕਦਾ। ਹਾਂ, 2 ਦਿਨ ਤੱਕ ਤੁਸੀਂ ਉਹਨੂੰ ਘਰ ਲਿਜਾ ਸਕਦੇ ਹੋ। ਹਾਂਜੀ ਪਹਿਲਵਾਨ ਜੀ, ਕੀ ਹਾਲ ਹੈ ਤੁਹਾਡਾ? ਅੱਗੇ ਨਾਲੋਂ ਤਾਂ ਕਾਫੀ ਵਧੀਆ ਲੱਗਦਾ ਤੁਹਾਡਾ ਹਾਲ। ਆਲੋ, 2 ਦਵਾਈਆਂ ਤੁਹਾਨੂੰ ਲਿਖ ਕੇ ਦੇਣਾ ਹੋਰ। ਭਰਾ ਜੀ, ਕੀ ਕਿਹਾ ਡਾਕਟਰ ਨੇ ਹੁਣ ਜਗਦੀਸ਼ ਬਾਰੇ? ਕਹਿੰਦਾ ਹੱਡੀ ਤਾਂ ਜੁੜ ਗਈ ਹੈ, ਪਰ ਅਜੇ ਇਸ ਲੱਤ ਤੇ ਜ਼ਿਆਦਾ ਭਾਰ ਨਾ ਪਾਵੇ। ਉਹ ਜਾਣਦੇ ਭਾ, ਤੂੰ ਕਿਹੜੇ ਡਾਕਟਰਾਂ ਵਾਟਰਾਂ ਦੇ ਚੱਕਰ ਚ ਪੈਣ ਡਿਆ? ਮੈਂ ਆਪਣੇ ਪੱਠੇ ਨੂੰ ਮਾਲਿਸ਼ ਕਰਕੇ ਠੀਕ ਕਰ ਦੇਣਾ। ਉਹ ਮੇਰੀ ਤਾਂ ਉਮਰ ਲੰਘ ਗਈ ਇਸ ਕੰਮ ਚ, ਮੱਦੀ ਭਲਵਾਨ ਅੰਮ੍ਰਿਤਸਰੀਏ ਨੂੰ ਕਿਹੜਾ ਨੀ ਜਾਣਦਾ। ਉਹ ਨਹੀਂ ਮਦਨ ਲਾਲ ਜੀ, ਜਦੋਂ ਤੱਕ ਡਾਕਟਰ ਨੀ ਕਹਿੰਦਾ ਆਪਾਂ ਆਪਣੀ ਤਰਫੋਂ ਕੋਈ ਇਲਾਜ ਨੀ ਸ਼ੁਰੂ ਕਰਨਾ। ਅਟਵਾਲ ਸਾਹਿਬ ਸਹੀ ਕਹਿ ਰਹੇ ਹੈ ਮਦਨ ਲਾਲ, ਕਈ ਵਾਰ ਘਰ ਦੇ ਇਲਾਜ ਪੁੱਠੇ ਪੈ ਜਾਂਦੇ ਹਾਂ। ਸਨ 2006 ਲਈ ਕੁਸ਼ਤੀ ਮੁਕਾਬਲਿਆਂ ਦਾ ਐਲਾਨ ਅੱਜ ਕਰ ਦਿੱਤਾ ਗਿਆ। ਪੰਜਾਬ ਰੈਸਲਿੰਗ ਬਾਡੀ ਦੇ ਪ੍ਰਧਾਨ ਸ਼੍ਰੀ ਬੀ ਐਸ ਚੌਹਾਨ ਨੇ ਅੱਜ ਜਲੰਧਰ ਵਿਖੇ ਬੁਲਾਈ ਪ੍ਰੈਸ ਕਾਨਫਰੰਸ ਵਿੱਚ ਇਸ ਦਾ ਖੁਲਾਸਾ ਕਰਕੇ ਦੱਸਿਆ ਕਿ 2 ਮਹੀਨੇ ਤੱਕ ਹੋਣ ਵਾਲੇ ਇਸ ਮੁਕਾਬਲੇ ਦੇ ਵਿੱਚ ਦੇਸ਼ ਦੇ ਵੱਖ ਵੱਖ ਸੂਬਿਆਂ ਤੋਂ ਆਏ ਉੱਘੇ ਪਹਿਲਵਾਨ ਹਿੱਸਾ ਲੈਣਗੇ। ਜਿੱਤਣ ਵਾਲੇ ਪਹਿਲਵਾਨ ਨੂੰ ਰੁਸਤਮੇ ਹਿੰਦ ਦੇ ਖਿਤਾਬ ਤੋਂ ਇਲਾਵਾ ਚਾਂਦੀ ਦਾ ਗੁਰਜ ਅਤੇ 5 ਲੱਖ ਰੁਪਏ ਦੇ ਨਾਲ ਸਨਮਾਨਿਆ ਜਾਵੇਗਾ। ਨਿਊਜ਼ ਵੇਖੀ ਪਾਪਾ? ਹਾਂ ਬੇਟਾ, 10 ਮਹੀਨੇ ਹੋ ਗਏ, ਜਗਦੀਸ਼ ਅਜੇ ਠੀਕ ਨਹੀਂ ਹੋਇਆ ਤੇ ਆ ਨਵੇਂ ਮੁਕਾਬਲਿਆਂ ਦਾ ਐਲਾਨ ਹੋ ਵੀ ਗਿਆ। ਮੈਂ ਸਮਝ ਸਕਦਾ ਬੇਟਾ, ਉਹਨਾਂ ਸਾਰਿਆਂ ਦੇ ਦਿਲਾਂ ਤੇ ਕੀ ਬੀਤ ਰਹੀ ਹੋਣੀ। ਪਾਪਾ, ਇਸ ਸਮੇਂ ਉਹਨਾਂ ਨੂੰ ਸਾਡੇ ਮੋਰਲ ਸਪੋਰਟ ਦੀ ਜ਼ਰੂਰਤ ਹੈ। ਮੇਰੇ ਖਿਆਲ ਨਾਲ ਸਾਨੂੰ ਪਰਮਿੰਦਰ ਦੇ ਘਰ ਜਾਣਾ ਚਾਹੀਦਾ ਹੈ। ਹਾਂ ਬੇਟਾ, ਆਪਾਂ ਕੱਲ ਹੀ ਚੱਲਦੇ ਹਾਂ। ਹਾਂ ਅਟਵਾਲ ਸਾਹਿਬ, ਸੁਣ ਲਈਏ ਅਨਾਊਂਸਮੈਂਟ। ਦੇਖੋ ਕਿਹੋ ਜਿਹੇ ਹਾਲਾਤ ਬਣ ਗਏ ਨੇ,
ਪੰਜਾਬ ਵਿੱਚ ਕੁਸ਼ਤੀ ਦੇ ਮੁਕਾਬਲੇ ਹੋ ਰਹੇ ਹੋਣ ਤੇ ਸਿਕੰਦਰ ਸਿਉਂ ਦੇ ਅਖਾੜੇ ਦੀ ਸ਼ਮੂਲੀਅਤ ਨਾ ਹੋਵੇ। ਤੂੰ ਸੱਚ ਆਨਾ ਭਾ, ਪਿਛਲੇ 10 ਸਾਲਾਂ ਚ ਤਾਂ ਨਹੀਂ ਉਹ ਕਦੇ ਏਦਾਂ ਹੋਇਆ। ਮੈਂ ਇਸ ਤੋਂ ਪਹਿਲਾਂ ਕਦੇ ਵੀ ਆਪਣੇ ਆਪ ਨੂੰ ਇੰਨਾ ਬੇਬਸ ਤੇ ਕਮਜ਼ੋਰ ਮਹਿਸੂਸ ਨਹੀਂ ਸੀ ਕੀਤਾ। ਪਰ ਭਾ ਪਤਾ ਨਹੀਂ ਹੋ, ਮੇਰੇ ਅੰਦਰੋਂ ਇੱਕ ਉਮੀਦ ਜਿਹੀ ਜ਼ਰੂਰ ਉੱਠਦੀ ਪਈ ਹੈ। ਦਿਲ ਰੱਖਣ ਦੀਆਂ ਗੱਲਾਂ ਹੈ ਮਦਨ ਲਾਲ, ਸੱਚਾਈ ਤਾਂ ਕੰਧ ਪੜ ਕੇ ਸਾਹਮਣੇ ਖੜੀ ਹੈ। ਸ਼ਾਇਦ ਮਦਨ ਜੀ ਠੀਕ ਕਹਿ ਰਹੇ ਨੇ। ਇਸ ਵਾਰ ਜੇ ਆਪਾਂ ਪਰਮਿੰਦਰ ਨੂੰ ਤਿਆਰੀ ਕਰਵਾਈਏ, ਕੀ ਵਿਚਾਰ ਹੈ? ਨਾ ਭਰਾ ਜੀ ਨਾ, ਅਸੀਂ ਹੁਣ ਹੋਰ ਮਾਰਾ ਸਹਿਣ ਜੋਗੇ ਨਹੀਂ ਰਹੇ। ਆ ਰਾਣਾ ਦੇ ਬਾਪੂ ਜੀ ਨੂੰ ਵੇਖ ਲਓ, ਸਾਰੀ ਉਮਰ ਇੰਨੀ ਘਾਲ ਨਾ ਘਾਲੀ, ਕੀ ਮਿਲਿਆ? ਧੋਖਾ, ਫਰੇਬ, ਨਿਰਾਸ਼ਾ। ਪਰ ਵੀ ਜੀ, ਗੇਮ ਚ ਹਿੱਸਾ ਲੈਣ ਚ ਕੀ ਹਰਜ ਹੈ? ਹਾਰ ਜਿੱਤ ਤਾਂ ਬਣੀ ਰਹਿੰਦੀ ਹੈ, ਘੱਟ ਤੋਂ ਘੱਟ ਅਸੀਂ ਪਾਰਟੀਸਿਪੇਟ ਤਾਂ ਕਰ ਰਹੇ ਹਾਂ। ਤੈਨੂੰ ਨੀ ਪਤਾ ਸਿਮਰਨ, ਗੇਮ ਹੁਣ ਲੜਾਈ ਚ ਬਦਲ ਚੁੱਕੀ ਹੈ। ਤੇਰੇ ਵੀਰ ਜੀ ਦਾ ਹਾਲ ਤਾਂ ਤੂੰ ਦੇਖ ਹੀ ਰਹੀ ਹੈ, 10 ਮਹੀਨੇ ਹੋ ਗਏ, ਹਜੇ ਆਪਣੇ ਪੈਰਾਂ ਤੇ ਖੜੇ ਨਹੀਂ ਹੋ ਸਕਦੇ। ਤੇ ਹੁਣ ਅਸੀਂ ਪਰਮਿੰਦਰ ਨੂੰ ਇਸ ਭੱਠੀ ਵਿੱਚ ਝੋਕ ਦੇਈਏ? ਨਹੀਂ, ਇਹ ਤਾਂ ਅਸੀਂ ਕਦੇ ਸੋਚ ਵੀ ਨਹੀਂ ਸਕਦੇ। ਦੇਖੋ, ਮੈਂ ਤੁਹਾਡੀਆਂ ਸਾਰਿਆਂ ਦੀਆਂ ਭਾਵਨਾਵਾਂ ਨੂੰ ਸਮਝ ਸਕਦਾ, ਪਰ ਫਿਰ ਵੀ ਇੱਕ ਵਾਰ ਇਸ ਪਾਸੇ ਸੋਚ ਕੇ ਦੇਖ ਲੈਣਾ, ਅਜੇ ਟਾਈਮ ਹੈ ਆਪਣੇ ਕੋਲ। ਅੱਛਾ ਭਰਾ ਜੀ, ਚੱਲਦੇ ਹਾਂ। ਅੱਛਾ ਜੀ। ਸਿਮਰਨ ਬੇਟਾ, ਹਾਂਜੀ, ਆਓ ਚੱਲੀਏ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੇਰੀ ਅੱਖਾਂ ਚ ਬੇਬਸੀ ਦੀ ਰੜਕ ਮੈਨੂੰ ਸੌਣ ਨਹੀਂ ਦੇ ਰਹੀ। ਸੌ ਜਾ ਨੀਰਿਆ, ਬਹੁਤ ਰਾਤ ਹੋ ਗਈ। ਮੇਰੇ ਲਈ ਤਾਂ ਹੁਣ ਦਿਨ ਵੀ ਰਾਤ ਹੀ ਹੈ ਛੋਟਿਆ। ਤੁਸੀਂ ਦਿਲ ਛੋਟਾ ਨਾ ਕਰੋ ਜੀ, ਸਭ ਠੀਕ ਹੋ ਜਾਣਾ। ਹੁਣ ਮੈਨੂੰ ਝੂਠੀਆਂ ਤਸੱਲੀਆਂ ਨਾ ਦਿਓ, ਸਭ ਕੁਝ ਖਤਮ ਹੋ ਗਿਆ। ਓ ਮੇਰੀ ਮਾਂ, ਕੀ ਹੋਇਆ? ਕੀ ਹੋਇਆ ਮੇਰੇ ਪੁੱਤਰ, ਕੀ ਹੋਇਆ? ਮੇਰੇ ਰੱਬਾ, ਕਿਹੜੇ ਜਨਮ ਦਾ ਲੇਖ ਜੁੱਤਾ ਲੈ ਰਿਹਾ ਤੂੰ? ਹੌਸਲਾ ਰੱਖੋ ਜੀ, ਕੱਲ ਇੱਕ ਹੋਰ ਡਾਕਟਰ ਤੋਂ ਵੀ ਟਾਈਮ ਲਿਆ। ਸਿਵਿਆਂ ਦੀ ਰਾਖ ਹੈ, ਹੌਲੀ ਜਾਓ, ਕੁਛ ਨਹੀਂ ਲੱਭਣਾ। ਨਾ ਪੁੱਤ ਨਾ, ਇਹੋ ਜਿਹੇ ਮਨਹੂਸ ਬੋਲ ਨਹੀਂ ਬੋਲੀ ਦੇ ਹੁੰਦੇ ਪੁੱਤ, ਨਾ। ਸੱਚ ਵੀ ਕਦੇ ਮਨਹੂਸ ਹੁੰਦਾ ਮਾਂ? ਜਿਹੜੇ ਪੈਰਾਂ ਦੇ ਚੱਲਣ ਮਾਂ,
ਕੱਲ ਧਰਤੀ ਹਿੱਲਦੀ ਸੀ, ਅੱਜ ਆਪਣੇ ਜਿਸਮ ਦਾ ਭਾਰ ਨਹੀਂ ਚੁੱਕਣ ਚੁੱਕੇ ਰਹੇ। ਸੱਚ ਮਨਹੂਸ ਨਹੀਂ ਹੈ ਤਾਂ ਹੋਰ ਕੀ ਹੈ ਮੇਰੇ ਨਾਲ? ਪਰਮਿੰਦਰ ਮੇਰੀ ਇੱਕ ਇੱਛਾ ਪੂਰੀ ਕਰ ਦੇ। ਤੂੰ ਹੁਕਮ ਤਾਂ ਕਰ ਵੀਰੇ, ਤੇਰੇ ਲਈ ਤਾਂ ਮੇਰੀ ਜਾਨ ਵੀ ਹਾਜ਼ਰ ਹੈ। ਮੇਰੀ ਅਧੂਰੀ ਲੜਾਈ ਦੀ ਕਮਾਨ ਹੁਣ ਤੂੰ ਸੰਭਾਲ। ਕੀ ਮਤਲਬ ਵੀਰੇ? ਆ ਦੇਖ, ਜਦੋਂ ਮੈਂ ਛਿੰਝਾਂ ਜਿੱਤ ਕੇ ਆਉਂਦਾ ਸੀ, ਤੂੰ ਮੇਰੀਆਂ ਜਿੱਤੀਆਂ ਹੋਈਆਂ ਗੁਰਜਾਂ ਤੇ ਟਰਾਫੀਆਂ ਨਾਲ ਕਿਵੇਂ ਫੋਟੋਆਂ ਖਿਚਾਉਂਦਾ ਸੀ। ਹੁਣ ਮੇਰੀ ਇੱਛਾ ਹੈ ਤੂੰ ਰੁਸਤਮੇ ਹਿੰਦ ਅੰਗਲ ਚ ਜਾਵੇਂ, ਤੇਰੀ ਜਿੱਤੀ ਹੋਈ ਗੁਰਜ ਮੈਂ ਆਪਣੀ ਬੁੱਕਲ ਚ ਰੱਖ ਕੇ ਫੋਟੋ ਖਿਚਵਾਵਾਂ। ਪਰ ਵੀਰਿਆ, ਮੈਂ ਇਹ ਕਿਵੇਂ ਕਰ ਸਕਦਾ? ਮੈਨੂੰ ਤੇਰੀ ਤਾਕਤ ਦਾ ਪਤਾ ਛੋਟਿਆ, ਤੂੰ ਕਰ ਸਕਦਾ। ਆਖਰੀ ਇੱਛਾ ਸਮਝ ਕੇ ਹੀ ਪੂਰੀ ਕਰ ਦੇ। ਨਾ ਪੁੱਤ ਨਾ, ਕਿਉਂ ਨਹੀਂ ਕਹੀਦਾ ਮੇਰੇ ਬੱਚੇ? ਪਰਮਿੰਦਰ ਪੁੱਤ, ਬੀਬੀ ਹੁਣ ਆਪਣੇ ਪਰਿਵਾਰ ਦੀ ਇੱਜ਼ਤ ਦਾ ਸਵਾਲ ਹੈ। ਤੇਰੇ ਬਾਪੂ ਜੀ ਨੇ ਵੀ ਇਹੀ ਝੋਰਾ ਖਾਈ ਜਾਂਦਾ, ਤੇ ਮੈਂ ਮੈਨੂੰ ਤਾਂ ਸੁਪਨੇ ਵਿੱਚ ਵੀ ਦੁਸ਼ਮਣਾਂ ਦੇ ਲਲਕਾਰੇ ਸੁਣਦੇ ਆ ਪੁੱਤ। ਆਪਣੇ ਤੇ ਜ਼ੁਲਮ ਹੋਇਆ, ਆਪਣੇ ਨਾਲ ਬਹੁਤ ਜ਼ੁਲਮ ਹੋਇਆ ਪੁੱਤ। ਦਸਮ ਪਿਤਾ ਨੇ ਕਿਹਾ ਕਿ ਜਦ ਜ਼ੁਲਮ ਦੀ ਇੰਤਿਹਾ ਹੋ ਜਾਏ ਤਾਂ ਉਦੋਂ ਹਥਿਆਰ ਚੁੱਕਣੇ ਜ਼ਰੂਰੀ ਵੀ ਨੇ ਤੇ ਜਾਇਜ਼ ਵੀ। ਜਾਣਦਾ ਯਾਰ ਬਣਾਉਣਾ ਓਕਾ ਏ ਜੇ ਤੂੰ।
ਹੈ ਸੱਚੇ ਪਾਤਸ਼ਾਹ ਤੇਰਾ ਲੱਖ ਲੱਖ ਸ਼ੁਕਰ ਹੈ। ਚਾਰੇ ਪਾਸੇ ਨਿਗਾਹ ਮਾਰ ਕੇ ਵੇਖ ਲਈ, ਇਹਨਾਂ ਦੇ ਮੁਕਾਬਲੇ ਦਾ ਕੋਈ ਯੋਧਾ ਹੀ ਹੈ ਨਹੀਂ, ਘੁਲਣਗੇ ਕਿਹਦੇ ਨਾਲ? ਭਤੀਜ, ਇਹ ਰੁਸਤਮੇ ਹਿੰਦ ਦਾ ਮੁਕਾਬਲਾ ਹੈ, ਦੂਰੋਂ ਦੂਰੋਂ ਵੀ ਪਹਿਲਵਾਨਾਂ ਨੇ ਆਣਾ ਹੈ। ਰਾਤੋ ਰਾਤ ਜੰਮ ਕੇ ਤਾਂ ਕੋਈ ਆਉਣ ਰਿਹਾ ਚਾਚਾ? ਆਜੋ ਨੀ, ਆ ਗਿਆ ਹੈ ਜੰਮ ਕੇ। ਪਰਮਿੰਦਰ ਕਰ ਰਿਹਾ ਤਿਆਰੀ, ਸਿਕੰਦਰ ਸਿੰਘ ਦਾ ਛੋਟਾ ਮੁੰਡਾ, ਉਸਦੇ ਸਰੀਰ ਦੇ ਜ਼ੋਰ ਬਾਰੇ ਨਹੀਂ, ਉਸਦੀ ਅੰਦਰਲੀ ਅੱਗ ਬਾਰੇ ਸੋਚੋ, ਅੰਦਰਲੀ ਅੱਗ ਬਾਰੇ। ਉਹ ਘੁਲਣ ਵਾਸਤੇ ਨਹੀਂ, ਸਮਝ ਲਓ ਮਰਨ ਜਾਂ ਮਾਰਨ ਵਾਸਤੇ ਆ ਰਿਹਾ। ਇਹ ਗੱਲ ਹੈ ਤਾਂ ਫਿਰ ਲਾ ਦਿੰਦੇ ਕੋਈ ਫਾਰਮੂਲਾ, ਤੁਸੀਂ ਬੈਠੇ ਹੋ ਪਿੱਛੇ ਸਾਂਭਣ ਵਾਲੇ। ਹੁਣ ਕੋਈ ਨਵੀਂ ਬੇਵਕੂਫੀ ਨਾ ਕਰ ਬੈਠੀ ਬਘੇਲ ਸਿਆਂ, ਪੁਰਾਣੇ ਸਾਂਭੇ ਸਾਂਭੇ ਨਹੀਂ ਗਏ, ਨਵੇਂ ਸਿਹੜੇ ਨੂੰ ਫਿਰਦਾ। ਹੁਣ ਭਤੀਜ, ਹੁਣ ਚਾਚਾ, ਭਤੀਜੇ ਦਿਮਾਗ ਦੀ ਕਲਾਬਾਜ਼ੀ ਨੇ। ਪਾਪਾ, ਜਿਸ ਤਰ੍ਹਾਂ ਪਰਮਿੰਦਰ ਦੀ ਤਿਆਰੀ ਚੱਲ ਰਹੀ ਹੈ, ਲੱਗਦਾ ਹੈ ਕੰਮ ਫਤਿਹ ਹੈ। ਬਿਲਕੁਲ ਬੇਟਾ, ਇਸ ਕੀ ਸ਼ੱਕ ਹੈ? ਨਮਸਕਾਰ, ਇੱਕ ਜ਼ਰੂਰੀ ਸੂਚਨਾ, ਪੰਜਾਬ ਰੈਸਲਿੰਗ ਬਾਡੀ ਦੀ ਉੱਚ ਪੱਧਰੀ ਕਮੇਟੀ ਵਿੱਚ ਇਹ ਫੈਸਲਾ ਲਿੱਤਾ ਗਿਆ ਕਿ ਆਉਣ ਵਾਲੇ ਰੁਸਤਮੇ ਹਿੰਦ ਕੁਸ਼ਤੀ ਦੇ ਮੁਕਾਬਲੇ ਮਿੱਟੀ ਦੀ ਬਜਾਏ ਮੈਟਾਂ ਤੇ ਕਰਵਾਏ ਜਾਣਗੇ, ਤੇ ਹਾਰ ਜਿੱਤ ਦੇ ਫੈਸਲੇ ਵੀ ਅੰਤਰਰਾਸ਼ਟਰੀ ਨਿਯਮਾਂ ਅਨੁਸਾਰ ਪੁਆਇੰਟਾਂ ਦੇ ਆਧਾਰ ਤੇ ਹੋਣਗੇ। ਆ ਕੀ ਫੈਸਲਾ ਹੋਇਆ ਭਲਾ? ਛੋਟੇ ਖਾੜਿਆਂ ਵਾਲੇ ਕਿੱਥੋਂ ਲਿਆਉਣਗੇ ਇੰਨੇ ਮਹਿੰਗੇ ਮੈਟ? ਇਹੀ ਕਾਰਨ ਹੈ ਸਾਡਾ ਖੇਡਾਂ ਵਿੱਚ ਪਿੱਛੇ ਰਹਿਣ ਦਾ। ਸਹੂਲਤਾਂ ਤਾਂ ਕੀ ਦੇਣੀਆਂ ਹੋਈਆਂ, ਆ ਨਵੀਂ ਮੁਸੀਬਤ ਖੜੀ ਕਰ। ਉਦਾਸ ਜਿਹਾ ਲੱਗਣ ਡਿਆ। ਹਾਂ ਮਦਨ ਲਾਲ, ਅੱਜ ਜਦੋਂ ਦੀਆਂ ਖਬਰਾਂ ਸੁਣੀਆਂ ਨੇ, ਮੈਂ ਇਹੀ ਸੋਚ ਰਿਹਾ ਕਿ ਕਰਤਾ ਤਰਤਾ ਕਹਾਉਣ ਵਾਲੇ ਲੋਕ ਖੇਡਾਂ ਨੂੰ ਕਿਸ ਪਾਸੇ ਲੈ ਕੇ ਜਾ ਰਹੇ ਨੇ। ਹੋਰ ਕੀ, ਉਹ ਨਾਲੇ ਭਾਅ ਜਿਹੜੇ ਹੁਣ ਤੱਕ ਮਿੱਟੀ ਦੀ ਕੁਸ਼ਤੀ ਦੀ ਤਿਆਰੀ ਕਰਨ ਡਏ ਨੇ, ਉਹ ਇੰਨੇ ਥੋੜੇ ਟਾਈਮ ਦੇ ਵਿੱਚ ਨਵੇਂ ਕਾਇਦੇ ਕਾਨੂੰਨ ਸਿੱਖਣਗੇ ਜਾਂ ਪ੍ਰੈਕਟਿਸ ਕਰਨਗੇ? ਉਹ ਨਾਲੇ ਭਾਅ, ਮਿੱਟੀ ਤੇ ਗੱਦਿਆਂ ਦੀ ਕੁਸ਼ਤੀ ਚ ਜ਼ਮੀਨ ਅਸਮਾਨ ਦਾ ਫਰਕ ਹੈ। ਤੇ ਦੂਜੀ ਗੱਲ ਇਹ ਕਿ ਇਹਨਾਂ ਮੈਟਾਂ ਦਾ ਇੰਤਜ਼ਾਮ ਕਿੱਥੋਂ ਤੇ ਕਿਵੇਂ ਹੋਊ? ਇੰਤਜ਼ਾਮ ਹੋ ਗਿਆ ਭਰਾ ਜੀ। ਹੋ ਗਿਆ? ਹਾਂ ਮਦਨ ਲਾਲ ਜੀ। ਹਾਂਜੀ, ਮੁੰਡਿਆਂ ਨੂੰ ਕਹਿ ਕੇ ਮੈਟ ਉਤਰਵਾਓ ਤੇ ਅੰਦਰ ਰਖਵਾਓ। ਮੈਟ ਆ ਕੇ ਇਹਨਾਂ ਨੂੰ ਮਿਲੋ, ਮਿਸਟਰ ਜੀ ਐਸ ਗਿੱਲ। ਸਤਿ ਸ੍ਰੀ ਅਕਾਲ ਜੀ। ਇੰਟਰਨੈਸ਼ਨਲ ਕੁਸ਼ਤੀ ਦੇ ਮਾਹਰ ਕੋਚ ਨੇ, ਪਰਮਿੰਦਰ ਨੂੰ ਮੈਟ ਵਾਲੀ ਕੁਸ਼ਤੀ ਹੁਣ ਇਹ ਸਿਖਾਉਣਗੇ। ਯਾਰ ਜੋ ਮੈਨੂੰ ਕਹਿੰਦਾ ਕੋਈ ਉਹ ਕਰੀ ਕੇ ਵਖਾ, ਯਾਰ ਜੋ ਮੈਨੂੰ ਕਹਿੰਦਾ ਕਰੀ ਕੇ ਵਖਾ, ਰੱਬ ਮੰਨ ਜਾਂਦਾ ਯਾਰ ਨੂੰ ਮੈਂ ਦੌੜਾ ਔਖਾ ਏ। ਰੱਬ ਨੂੰ ਮੰਨਵਾ ਪਹਿਲੇ ਯਾਰ ਨੂੰ ਮੰਨਾ, ਰੱਬ ਮੰਨ ਜਾਂਦਾ ਯਾਰ ਨੂੰ ਮੈਂ ਦੌੜਾ ਔਖਾ ਏ। ਜੇ ਤੂੰ ਰੱਬ ਨੂੰ ਮੰਨਵਾ ਪਹਿਲੇ ਯਾਰ ਨੂੰ ਮੰਨਾ, ਰੱਬ ਮੰਨ ਜਾਂਦਾ ਯਾਰ ਨੂੰ ਮੈਂ ਦੌੜਾ ਔਖਾ ਏ।
रख दे पुत्र। बापू जी पता नहीं एक गल मेरे दिल से बार बार आ रही है। बोल पुत्र। देख गल दिल च नहीं रखी थी, पिछली बारी गलती हो गई सी, ऐत की ध्यान रखियो। ओके पुत्र। इस बार पहला जाके खडूर साहब मत्था टेकांगे, फिर मुकाबले ले जावांगे। बिल्कुल ठीक पुत्र। ਉੱਥੇ ਮੱਥਾ ਟੇਕਣਾ ਤੇ ਬਹੁਤ ਜ਼ਰੂਰੀ ਹੈ। ਕਿਉਂ ਜਸਵੰਤ? ਤੇ ਹੋਰ ਇਹਦੇ ਚ ਕਾਹਦੀ ਦੇਰੀ ਹੈ, ਕੱਲ ਨੂੰ ਜਾਓ ਸੁਖ ਨਾਲ। ਮੇਰੀ ਗੱਲ ਧਿਆਨ ਨਾਲ ਸੁਣ, ਰੋਸਟ ਮੇ ਹਿੰਦੀ ਕੱਲ ਫਾਈਨਲ ਕੁਸ਼ਤੀ ਹੈ, ਅਖਾੜੇ ਵਿੱਚ ਕੱਲ ਰੈਫਰੀ ਦੇ ਨਾਲ, ਜੱਜਾਂ ਨਾਲ, ਆਪਣੇ ਸਪੋਰਟਸ ਡਿਪਾਰਟਮੈਂਟ ਦੇ ਬੰਦੇ ਤੈਨਾਤ ਕਰੋ ਤਾਂ ਕਿ ਕਿਸੇ ਵੀ ਕਿਸਮ ਦੀ ਹੇਰਾਫੇਰੀ ਨਾ ਹੋ ਸਕੇ। ਕੁਛ ਪੱਲੇ ਤਾਂ ਪਾ ਭਤੀਜ, ਵੱਡੇ ਦਾ ਕੰਡਾ ਮੁਕਾਬਲੇ ਤੋਂ ਪਹਿਲਾਂ ਕੱਢਿਆ ਸੀ ਤੇ ਛੋਟੇ ਦਾ ਮੁਕਾਬਲੇ ਦਰਮਿਆਨ ਕੱਢ ਦਿਆ। ਇੱਕ ਦਿਨ ਕੇ ਲਈ ਹਮੇ ਆਪਕਾ ਚੰਗੇਜ਼ੀ ਚਾਹੀਏ। ਮੁਕਾਬਲੇ ਵਾਲਾ ਛੋਕਰਾ ਅਖਾੜੇ ਸੇ ਸਾਬਤ ਨਹੀਂ ਜਾਣਾ ਚਾਹੀਏ। ਏਕ ਹੱਡੀ ਤੋੜਨੇ ਕਾ ਏਕ ਲਾਖ ਕਿ ਉਸਕੀ ਹਿੰਮਤ ਹੈ ਕਿ ਕਿਤਨੀ ਹੱਡੀਆਂ ਤੋੜ ਸਕਤਾ ਹੈ। ਠੀਕ ਹੈ, ਮਨਜ਼ੂਰ ਹੈ। Oh,
ਮੈਂ ਕਿਹਾ ਅਖੀਰਲਾ ਮੁਕਾਬਲਾ ਤੁਹਾਡੇ ਨਾਲ ਬਹਿ ਕੇ ਦੇਖ ਲੈਂਦੇ ਹਾਂ। ਬਹੁਤ ਜ਼ਬਰਦਸਤ ਮੁਕਾਬਲਾ ਹੈ, ਅੱਜ ਤਾਂ ਦੋਨਾਂ ਚੋਂ ਇੱਕ ਵਾਪਸ ਜਾਏਗਾ ਸਾਬਤ ਹੱਡੀਆਂ ਲੈ ਕੇ। ਉਹਨਾਂ ਦੀਆਂ ਹੱਡੀਆਂ ਦੀ ਚਿੰਤਾ ਛੱਡੋ ਮਿਸਟਰ ਚੌਹਾਨ, ਆਪਣੀ ਚਮੜੀ ਬਚਾਉਣ ਬਾਰੇ ਸੋਚੋ। ਸਮਝਿਆ ਨੀ ਅਟਵਾਲ ਸਾਹਿਬ, ਮੇਰਾ ਧਿਆਨ ਤਾਂ ਕੁਸ਼ਤੀ ਵੱਲ ਸੀ। ਤੇ ਤੁਹਾਡੇ ਮਿੱਤਰ ਚੌਹਾਨ ਸਾਹਿਬ ਦਾ ਧਿਆਨ ਆਪਣੇ ਗ੍ਰਹਿ ਸ਼ਾਂਤ ਕਰਨ ਵਾਸਤੇ ਤੁਹਾਡੀ ਬਲੀ ਦੇਣ ਵਿੱਚ ਹੈ। ਕੀ ਮਤਲਬ? ਜਗਦੀਸ਼ ਵਾਲਾ ਕੇਸ, ਆ ਕਬੂਤਰਬਾਜੀ ਵਗੈਰਾ ਵਗੈਰਾ ਵਿੱਚ ਤੁਹਾਨੂੰ ਲਪੇਟ ਲਿਆ ਗਿਆ ਹੈ। ਤੁਸੀਂ ਬੜੀ ਦਿੱਕਤ ਵਿੱਚ ਫਸਣ ਵਾਲੇ ਹੋ ਮਿਸਟਰ ਚੌਹਾਨ, ਲੇਕਿਨ ਕੋਈ ਸਬੂਤ, ਕੋਈ ਗਵਾਹ? ਜਰਾ ਸੋਚ ਕੇ ਦੇਖੋ ਜਗਤਾਰ ਸਿੰਘ ਜੀ, ਤੁਸੀਂ ਕਟਹਿਰੇ ਚ ਖੜੇ ਹੋ ਤੇ ਡਿਪਟੀ ਸਾਹਿਬ ਤੁਹਾਡੇ ਸਾਹਮਣੇ ਸਰਕਾਰੀ ਗਵਾਹ ਬਣ ਕੇ ਖੜੇ ਹੋ। ਡਿਪਟੀ ਜਗਤਾਰ,
ਤੇ ਸਰਕਾਰੀ ਗਵਾਹ? ਹਾਂ, ਸਰਕਾਰੀ ਗਵਾਹ। ਟਾਈਮ ਬੜਾ ਘੱਟ ਹੈ ਮਿਸਟਰ ਚੌਹਾਨ, ਅਫਸਰ ਭਰਾ ਹੋਣ ਦੇ ਨਾਤੇ ਤੁਹਾਨੂੰ ਦੱਸ ਦਿੱਤਾ ਗਿਆ ਹੈ। ਆਪਣੇ ਬਚਾਅ ਵਿੱਚ ਕੁਝ ਕਰਨਾ ਚਾਹੁੰਦੇ ਹੋ ਤੇ ਕਰ ਲਓ। ਕਿਸੇ ਵੀ ਤਰ੍ਹਾਂ ਜਗਤਾਰ ਸਿੰਘ ਨੂੰ ਚੱਕੋ, ਨਹੀਂ ਕਾਬੂ ਆਉਂਦਾ ਤਾਂ ਗੋਲੀ ਮਾਰ ਦਿਓ। ਅੱਜ ਉਹ ਅਖਾੜੇ ਵਿੱਚੋਂ ਜਿਉਂਦਾ ਵਾਪਸ ਨਹੀਂ ਜਾਣਾ ਚਾਹੀਦਾ। ਸ਼ਾਬਾਸ਼, ਆਪਣੀ ਔਕਾਤ ਵਿਖਾਈ ਗਿਆ ਡੀਐਸਪੀ। ਆਦੇ ਨੇ ਸੱਪ ਡੰਗ ਮਾਰਨਾ ਛੱਡ ਸਕਦਾ ਪਰ ਪੁਲਸੀਆ ਕਦੇ ਨਹੀਂ। ਆ ਤਾਂ ਹੋਰ ਹੀ ਡਰਾਮਾ ਸ਼ੁਰੂ ਹੋ ਗਿਆ ਬਘੇਲ ਸੇ। ਹੁਣ ਐਸੀ ਤੈਸੀ ਮੇਰਾ ਆ ਗਿਆ ਬੰਦੀ ਖਾਨਾ। ਤੂੰ ਖਿਸਕਲਾ ਬਘੇਲ ਸੇ, ਤੂੰ ਖਿਸਕਲਾ।
ਰਾਜ ਜੀ, ਲਾਲਚ ਨੇ ਮੈਨੂੰ ਅੰਨਿਆ ਕਰ ਦਿੱਤਾ ਸੀ। ਦੌਲਤ ਦੇ ਨਸ਼ੇ ਵਿੱਚ ਮੈਂ ਤੁਹਾਡੇ ਨਾਲ ਬੜੀਆਂ ਹੀ ਵਧੀਕੀਆਂ ਤੇ ਗੁਸਤਾਖੀਆਂ ਕਰ ਬੈਠਾ, ਪਰ ਹੁਣ ਮੇਰੀਆਂ ਅੱਖਾਂ ਖੁੱਲ ਗਈਆਂ ਨੇ। ਇੱਕ ਵਾਰ ਤੁਹਾਡੇ ਤੋਂ ਦੂਰ ਗਿਆ ਸੀ, ਹੈਵਾਨ ਬਣ ਕੇ ਆਇਆ ਸੀ, ਅੱਜ ਫੇਰ ਜਾ ਰਿਹਾ ਇਸ ਵਾਅਦੇ ਦੇ ਨਾਲ ਕਿ ਜਦੋਂ ਵੀ ਆਵਾਂਗਾ ਇਨਸਾਨ ਬਣ ਕੇ ਆਵਾਂਗਾ। ਹੋ ਸਕੇ ਤਾਂ ਮੈਨੂੰ ਮਾਫ ਕਰ ਦੀ ਬਾਪੂ। ਇਹਨੂੰ ਕਹਿੰਦੇ ਆ ਕੰਡੇ ਨਾਲ ਕੰਡਾ ਕੱਢਣਾ। ਚੌਹਾਨ ਨੂੰ ਜਗਤਾਰ ਹੱਥੋਂ ਮਰਵਾ ਕੇ ਤੁਸੀਂ ਫੈਡਰੇਸ਼ਨ ਦੇ ਪ੍ਰਧਾਨ ਬਣ ਗਏ, ਤੇ ਜਗਤਾਰ ਨੂੰ ਜੇਲ੍ਹ ਬਚਾ ਕੇ ਤੁਸੀਂ ਉਸਦੇ ਅਖਾੜੇ ਦੇ ਕਰਤਾ ਧਰਤਾ ਬਣ ਗਏ। ਇਹ ਤਾਂ ਦਸਤੂਰ ਹੈ ਤਲਵਾਰ ਸਾਹਿਬ, ਵੱਡੀ ਮੱਛੀ ਹਮੇਸ਼ਾ ਛੋਟੀ ਮੱਛੀ ਨੂੰ ਖਾਂਦੀ ਆਈ ਹੈ। ਬਿਲਕੁਲ, ਤੇ ਇਹ ਸਿਲਸਿਲਾ ਹਮੇਸ਼ਾ ਚੱਲਦਾ ਰਹੇਗਾ।